ਕੀ ਪੁੱਛਿਆ ਕੱਲੇ ਨਹੀਂ ਇਹਨੇ ਤੁਹਾਡੇ ਤੋਂ ਆ ਕੇ ਕੀ ਸਵਾਲ ਪੁੱਛੇ ਤੁਹਾਡਾ ਫੋਨ ਲੈ ਕੇ ਗੱਲਬਾਤ ਕੀ ਪੁੱਛੀ ਉਹਨਾਂ ਨੇ ਇਨੀਸ਼ੀਅਲੀ ਸਵਾਲ ਸੀਗਾ ਉਹ ਸਵਾਲ ਸੀਗਾ ਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਲੰਡਨ ਦੇ ਵਿੱਚ ਘਰ ਹਾਈ ਕਮਿਸ਼ਨ ਦੇ ਉੱਤੇ ਜਿਹੜੀ ਝੰਡੇ ਦੀ ਅਟੈਕ ਹੋਇਆ ਤੇ ਤੁਸੀਂ ਕਿਸੇ ਨੂੰ ਜਾਣਦੇ ਹੋ ਸੁੱਤੇ ਨੂੰ ਬੇਟੇ ਨੂੰ ਉਠਾ ਕੇ ਕਹਿੰਦੇ ਇਹਨੂੰ ਬਾਹਰ ਲੈ ਕੇ ਜਾਓ ਜਿੱਥੇ ਗੱਦੇ ਦੇ ਉਹ ਨੀਚੇ ਸੁੱਤੇ ਉਹ ਗੱਦਾ ਚੈੱਕ ਕਰਨਾ ਚਲੋ ਉਹਨਾਂ ਦਾ ਪ੍ਰੋਟੋਕਾਲ ਆ ਸੀ ਕੋਪਰੇਟ ਕੀਤਾ ਉਹਨੂੰ ਉਠਾਇਆ ਉਹਨੂੰ ਬਾਹਰਲੇ ਕਮਰੇ ਚ ਲੈ ਕੇ ਗਏ ਤੁਸੀਂ ਗੱਦੇ ਚੈੱਕ ਕਰ ਲਓ ਤੁਸੀਂ ਜੋ ਚੈੱਕ ਕਰਨਾ ਤੁਸੀਂ ਕਰੋ ਠੜਕ ਸਾਰਾ ਘਰ ਫੋੜਿਆ ਹਾਂਜੀ ਸਾਰਾ ਕੱਪੜੇ ਅਲਮਾਰੀਆਂ ਗੱਦੇ ਬੈੱਡ ఎవਰੀਥਿੰਗ ਕਾਫੀ ਜਿਆਦਾ ਉਹਨਾਂ ਕੋਲੇ ਕੋਈ ਕੰਟੈਕਟਸ ਡਿਟੇਲਸ ਹੁੰਦੀਆਂ ਨੇ ਪੂਰੇ ਕਿਉਂਕਿ ਤਕਰੀਬਨ 5.5 ਘੰਟੇ ਮੇਰੀ ਇਨਵੈਸਟੀਗੇਸ਼ਨ ਜਿਹੜੀ ਹੈ ਕੱਲ ਘਰ ਬੈਠ ਕੇ ਚੱਲੀ ਤੇ ਉਹਨਾਂ ਕੋਲੇ ਬਹੁਤ ਸਾਰੀਆਂ ਡਿਟੇਲਸ ਸੀਗੀਆਂ ਨੰਬਰ ਸੀਗੇ ਫੋਨ ਨੰਬਰਸ ਉਹਨਾਂ ਨੇ ਬੈਠ ਕੇ ਉਹ ਮੇਰੇ ਮੋਬਾਈਲ ਚ ਪਾਉਂਦੇ ਰਹੇ ਸਰਚ ਕਰਦੇ ਰਹੇ ਕਿ ਅਮਰਪ੍ਰੀਤ ਦੀ ਕਿਸੇ ਨਾਲ ਚੈਟ ਤਾਂ ਨਹੀਂ ਹੋਈ ਪੀ ਫਲਾਣੇ ਫਲਾਣੇ ਨਾਮ ਪੁੱਛੇ ਤੂੰ ਇਹਨੂੰ ਜਾਣਦਾ ਏ ਤੂੰ ਉਹਨੂੰ ਜਾਣਦਾ ਕੋਈ ਮੋٹے ਮੋٹے ਨਾਮ ਕਿਹੜੇ ਸੀ ਜਿਹੜੇ ਤੁਹਾਨੂੰ ਪੁੱਛੇਗੇ ਮੇਰੇ ਹਿਸਾਬ ਸਿਰ ਜੋ ਮੈਂ ਅੰਦਾਜ਼ਾ ਲਾਵਾ ਤਾਂ ਤਕਰੀਬਨ 150 200 ਨੰਬਰ ਫੋਨ ਨੰਬਰ ਉਹਨਾਂ ਕੋਲੇ ਸੀਗੇ ਜਿਹੜੇ ਉਹਨਾਂ ਨੇ ਇੱਕ ਇੱਕ ਨੰਬਰ ਪਾ ਕੇ ਮੇਰੇ ਮੋਬਾਈਲ ਚ ਚੈੱਕ ਕੀਤਾ ਪਰ ਜਦੋਂ ਉਹਨਾਂ ਨੇ ਖੰਡੇ ਦਾ ਪਾਇਆ ਤਾਂ ਖੰਡੇ ਦਾ ਨਾਮ ਮੇਰੇ ਮੋਬਾਈਲ ਚ ਸੇਵ ਸੀਗਾ ਲਾਈਕ ਉਹ ਰਵੀ ਸਿੰਘ ਦਾ ਦੋਸਤ ਸੀਗਾ। ਮੈਂ ਖੰਡੇ ਨਾਲ ਦੇਖੋ ਤੁਹਾਡੀ ਚੈਟ ਹੈ। ਮੈਂ ਕਿਹਾ ਪੜ ਲਓ ਚੈਟ ਕੀ ਹੈ। ਹੀ ਸੈਂਟ ਮੀ ਦਾ ਕੇਸ ਕਿ ਆ ਮੈਡੀਕਲ ਕੇਸ ਹੈ ਕਿਸੇ ਫਲਾਣਾ ਪੇਸ਼ੈਂਟ ਹੈ ਕੋਈ ਉਹਨੂੰ ਸਪੋਰਟ ਦੀ ਲੋੜ ਹੈ ਕਿ ਤੁਸੀਂ ਸਪੋਰਟ ਕਰ ਸਕਦੇ ਹੋ। ਜੋ ਵੀ ਸੀਗਾ ਉਹਨਾਂ ਦੇ ਸਾਹਮਣੇ ਸੀਗਾ ਮੈਂ ਕਿਹਾ ਵੀ ਆ ਦੇਖ ਲਓ ਜੇ ਖੰਡੇ ਦਾ ਨਾਮ ਸੇਵ ਹੈ ਅਗਰ ਕੋਈ ਚੈਟ ਹੋਈ ਹੈ ਤਾਂ ਤੁਸੀਂ ਪੜ ਸਕਦੇ ਹੋ। ਵੀ ਕੀ ਚੈਟ ਹੋਈ ਹੈ। ਉਹ ਵੀ 2-3 ਸਾਲ ਪਹਿਲਾਂ ਦੀ ਚੈਟ ਸੀਗੀ ਤਾਂ ਉਹਨਾਂ ਨੇ ਦੇਖੀ। ਬਟ ਕਹਿੰਦੇ ਕਿ ਅਸੀਂ ਮੋਬਾਈਲ ਲੈ ਕੇ ਜਾਣਾ ਚਾਹੁੰਦੇ ਹਾਂ। ਅਸੀਂ ਕਿ ਲੈ ਕੇ ਜਾ ਸਕਦੇ ਕੋਈ ਪ੍ਰੋਬਲਮ। ਕੋਚ ਦਿਓਗੇ ਮਤਲਬ ਤੁਸੀਂ ਕੋਈ ਵਾਇਲੈਂਸ ਬਾਰੇ ਸੋਚਦੇ ਹੋਗੇ ਜਾਂ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਵਾਇਲੈਂਟ ਲੋਕਲੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੋ ਜੋ ਉਹਨਾਂ ਨਾਲ ਤੁਹਾਡੇ ਰਿਲੇਸ਼ਨ ਇਸ ਟਾਈਮ ਘਰ ਆ ਕੇ ਫਰੋਲਾ ਫਰਾਲੀ ਕਰਨੀ ਸਵੇਰੇ 5:00 ਵਜੇ 15 16 ਬੰਦੇ ਚੈਨਾ ਹੱਥ ਫੜੀਆਂ ਹਥਕੜੀਆਂ ਫੜੀਆਂ ਹੋਈਆਂ ਲਾਈਕ ਔਰ ਕੁਦਰਤੀ ਉਸ ਦਿਨ ਮੇਰਾ ਬਰਥਡੇ ਸੀ ਮੈਂ ਮਤਲਬ ਲਾਈਕ ਮਜ਼ਾਕ ਚ ਕੱਲ ਪ੍ਰੈਸ ਕਾਨਫਰੰਸ ਮੇਰੇ ਮੂੰਹ ਨਿਕਲੇਗੀ ਆਈ ਥੋਟ ਕਿ ਸ਼ਾਇਦ ਕੋਈ ਦੋਸਤ ਇਕੱਠੇ ਹੋ ਕੇ ਆਏ ਨੇ ਸਰਪ੍ਰਾਈਜ਼ ਦੇਣ ਲਈ ਆਏ ਨੇ ਬਟ ਜਦੋਂ ਦੇਖਿਆ ਮਤਲਬ ਪੁਲਿਸ ਦੀਆਂ ਗੱਡੀਆਂ ਨੇ ਐਨਆਈਏ ਦਾ ਸਟਾਫ ਹੈ ਆਪਣਾ ਟੈਗ ਦਿਖਾ ਰਿਹਾ ਆਇਡੈਂਟੀਟੀ ਦਿਖਾ ਰਿਹਾ ਆ ਵਾਸ ਸ਼ੌਕ ਕਿ ਯਾਰ ਅਸੀਂ ਕ੍ਰਿਮੀਨਲ ਆ ਹਰ ਵਾਰ ਕੋਸ਼ਨਿੰਗ ਅਮਰ ਵੀ ਤੂੰ ਪਾਇਲਟ ਦੀ ਟ੍ਰੇਨਿੰਗ ਛੱਡ ਕੇ ਤੂੰ ਖਾਲਸੇੜ ਕਿਉਂ ਸ਼ੁਰੂ ਕੀਤੀ ਪਾਇਲਟ ਤਾਂ ਦੀ ਤਨਖਾਹ ਹੀ ਬੜੀ ਹੁੰਦੀ ਹੈ ਮੈਂ ਕਿਹਾ ਮੇਰਾ ਇਹ ਪੈਸ਼ਨ ਸੀ ਕੱਲ ਮੇਰਾ ਜਿਵੇਂ ਮੈਂ ਦੱਸਿਆ ਬਰਥਡੇ ਸੀ ਮੇਰਾ ਛੋਟਾ ਬੇਟਾ ਉਹ ਉਹਨਾਂ ਦੇ ਸਾਹਮਣੇ 10-15 ਪੁਲਿਸ ਵਾਲੇ ਅੰਦਰ ਬੈਠੇ ਨੇ ਕਾਰਡ ਲੈ ਕੇ ਆਇਆ ਸੁੱਤਾ ਉੱਠਾ ਸਵੇਰੇ 7 ਵਜੇ ਕਿਉਂਕਿ 5 ਵਜੇ ਉਹ ਆਗੇ ਸੀ ਕਾਰਡ ਲੈ ਗਿਆ ਪਾਪਾ ਮੈਂ ਤੁਹਾਡੇ ਲਈ ਕਾਰਡ ਬਣਾਇਆ ਸੀ ਮੈਂ ਵਾਈਫ ਨੂੰ ਕਿਹਾ ਵੀ ਇਹਨੂੰ ਅੰਦਰ ਲੈ ਕੇ ਜਾਓ ਬੱਚੇ ਤੇ ਕੀ ਇਮਪ੍ਰੈਸ਼ਨ ਪਾਇਆ ਹੈ ਕਿ ਤੁਸੀਂ ਬਟੇਨ ਦੇ ਅੰਦਰ ਜੋ ਹਮਲਾ ਹੋਇਆ ਜਾਂ ਉੱਥੇ ਰੰਗੇ ਦੀ ਜੋ ਬੀਤੀ ਤੁਸੀਂ ਉਹਦੇ ਖਿਲਾਫ 100% ਖਿਲਾਫ ਹਾਂ 100% ਓਪਨਲੀ ਖਿਲਾਫ ਹਾਂ ਇਸ ਚੀਜ਼ ਦੇ ਕਿ ਇੰਡੀਆ ਦਾ ਝੰਡਾ ਕਿਸੇ ਹੋਰ ਦੇਸ਼ 'ਚ ਉਹਨੂੰ ਮਤਲਬ ਉਸਦੀ ਇਨਸਲਟ ਕਰ ਰਹੇ ਨੇ ਤੇ ਅਸੀਂ ਅਸੀਂ ਜਵਾਬ ਦੇਈਆਂ ਨਾ ਇੱਥੇ ਕਿਉਂਕਿ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਅਸੀਂ ਇੰਡੀਅਨ ਸਿਟੀਜ਼ਨ ਆ ਅਸੀਂ ਇੱਥੇ ਦੇ ਨਾਗਰਿਕ ਆ ਸਾਡੇ ਪਾਸਪੋਰਟ ਇੰਡੀਅਨਸ ਨੇ ਬਟ ਮੈਂ ਤਾਂ ਓਪਨਲੀ ਕਹਿਣਾ ਮੇਰੇ ਕੋਲੇ ਉਸ ਟਾਈਮ ਵੀ ਜਦੋਂ ਇਹ ਚੀਜ਼ ਹੋਈ ਆ ਉਸ ਤੋਂ ਬਾਅਦ ਮੇਰੇ ਘਰੇ ਆਈ ਵੀ ਆਈ ਸੀ ਅੱਜ ਤੁਸੀਂ ਮੇਰੇ ਤੋਂ ਪਬਲਿਕਲੀ ਪਲੇਟਫਾਰਮ ਤੇ ਪੁੱਛਿਆ ਮੈਂ ਤੁਹਾਨੂੰ ਦੱਸ ਤਾਂ ਮੈਨੂੰ ਨਹੀਂ ਚੰਗਾ ਲੱਗਿਆ ਉਹ ਚੀਜ਼ ਮੈਂ ਕਲੀਅਰਲੀ ਕਹਿਣਾ ਕਿ ਇਹ ਇਹ ਚੀਜ਼ ਦਾ ਅਪਮਾਨ ਚੰਗਾ ਨਹੀਂ ਹੈ ਇਸ ਚੀਜ਼ ਨਾਲ ਨੁਕਸਾਨ ਹੁੰਦਾ ਥੋੜੀ ਲੋਚਨਾ ਤਾਂ ਇਸ ਕਰਕੇ ਹੁੰਦੀ ਹੈ ਕਿ ਤੁਸੀਂ ਹਿੰਦੂਆਂ ਕੋਲੇ ਚਲੇ ਜਾਂਦੇ ਹੋ ਸਿੱਖ ਥੋੜੀ ਲੋਚਨਾ ਕਰਦੇ ਜਿਹੜੇ ਤੁਹਾਡੀ ਲੂਚਨਾ ਇਸ ਕਰਕੇ ਹੁੰਦੀ ਹੈ ਕਿ ਤੁਸੀਂ ਤਾਂ ਜੀ ਸਿੱਖਾਂ ਨੂੰ ਛੱਡ ਕੇ ਪੰਜਾਬ ਨੂੰ ਛੱਡ ਕੇ ਦੁਨੀਆ ਦੇ ਹੋਰ ਕਿੱਤਿਆਂ ਜਿੱਤੇ ਰਫਰਦੇ ਹੋ ਪਰ ਤੁਹਾਡੇ ਤੇ ਰੇਡ ਜਿਹੜੀ ਹੁੰਦੀ ਹੈਗੀ ਉਹ ਸਿੱਖਾਂ ਨੂੰ ਸਿੱਖ ਹੋਣ ਕਰਕੇ ਹੁੰਦੀ ਹੈ ਸੋਸ਼ਲ ਮੀਡੀਆ ਕਹਿੰਦਾ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਭਈਆਂ ਨੂੰ ਤੁਸੀਂ ਰੋਟੀ ਖਵਾਉਂਦੇ ਹੋ ਚੱਕ ਲੋ ਬਾਲਟੀਆਂ ਚੱਕ ਲੋ ਕੜਚੀਆਂ ਸਾਨੂੰ ਇਹ ਚੀਜ਼ਾਂ ਕਈਆਂ ਜਿੰਦੀ ਮੈਂ ਜੇ ਪੁੱਛਾਂ ਕਿ ਖਾਲਸਾ ਇੰਡਿਆ ਹੂੰ ਕਿੰਨੇ ਅੰਪਲਏ ਨੇ ਪਰ ਤੁਹਾਡਾ ਸਟਰਕਚਰ ਕੀ ਹੈਗਾ 80 ਦੇ ਕਰੀਬ 80 85 ਦੇ ਕਰੀਬ ਸੈਲਰਡ ਨੇ ਸੈਲਰੀਡ ਬੰਦੇ ਸੈਲਰੀਡ ਬੰਦੇ ਨੇ ਜਿਹੜੇ 80 85 ਬੰਦੇ ਨੇ ਸਾਡੀ ਜਿਹੜੀ ਸੈਲਰੀ ਦੀ ਸ਼ੁਰੂਆਤ ਹੈ ਉਹ ਤਕਰੀਬਨ 5000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਉਹ ਜਿਹੜੀ ਮੈਕਸਿਮਮ ਸੈਲਰੀ ਹੈ ਸਾਡੀ ਇੰਡੀਆ ਦੇ ਵਿੱਚ ਘਰ ਉਹ ਤਕਰੀਬਨ ਮੇਰੇ ਖਿਆਲ 55000 ਰੁਪਏ ਦੇ ਕਰੀਬ ਹੋਏਗੇ ਤੁਸੀਂ 55 ਤੋਂ 60000 ਰੁਪਏ ਦੇ ਤੁਸੀਂ ਵੀ ਸੈਲਰੀ ਲੈਂਦੇ ਮੈਂ ਵੀ ਮੈਂ ਕੰਸਲਟੈਂਟ ਹਾਂ ਜੀ ਬੇਸਿਕਲੀ ਅੱਤਵਾਦ ਸ਼ਬਦ ਨੂੰ ਲੈ ਕੇ ਪਿਛਲੇ ਦੋ ਦਹਾਕਿਆਂ ਤੋਂ ਦੁਨੀਆ 'ਚ ਬਹੁਤ ਵੱਡੀ ਚਰਚਾ ਹੋ ਰਹੀ ਹੈ ਖਾਸ ਤੌਰ ਤੇ ਯੂਨ ਦੇ ਅੰਦਰ ਅਜੇ ਤੱਕ ਵੀ ਅੱਤਵਾਦ ਸ਼ਬਦ ਨੂੰ ਲੈ ਕੇ ਕੋਈ ਫਾਈਨਲ ਡੈਫੀਨੇਸ਼ਨ ਕੀ ਹੋਵੇ ਫਾਈਨਲ ਵਿਆਖਿਆ ਕੀ ਹੋਵੇ ਇਹਦੇ ਤੇ ਸਹਿਮਤੀ ਤੱਕ ਨਹੀਂ ਬਣੀ ਪਰ ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਅੱਤਵਾਦ ਨੂੰ ਲੈ ਕੇ ਵੱਡੀ ਚਰਚਾ ਹੋਈ ਪਿਛਲੇ ਦਿਨ ਪੰਜਾਬ ਦੇ ਅੰਦਰ ਐਨਆਈਏ ਨੇ 36 ਟਿਕਾਣਿਆਂ ਤੇ ਰੇਡ ਕੀਤੀ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਕਿਉਂਕਿ NIA ਦਾ ਮਤਲਬ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਸਪੈਸ਼ਲੀ ਇਸ ਗੱਲ ਨਾਲ ਬਣਾਈ ਗਈ ਸੀ ਕਿ ਅੱਤਵਾਦੀ ਗਤੀਵਿਧੀਆਂ ਜਾਂ ਅੱਤਵਾਦ ਦੇ ਜਿਹੜੇ ਲਿੰਕ ਨੇ ਜਿਨ੍ਹਾਂ 36 ਟਿਕਾਣਿਆਂ ਤੇ ਰੇਡ ਹੋਈ ਉਹਨਾਂ ਚੋਂ ਬਹੁਤ ਸਾਰੇ ਸਾਬਕਾ ਖਾੜਕੂ ਨੇ ਉਹਨਾਂ ਚ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਲੋਕ ਨੇ ਪਰ ਇੱਕ ਰੇਡ ਹੋਈ ਖਾਲਸਾ ਏਡ ਤੇ ਤੇ ਖਾਲਸਾ ਏਡ ਦੀ ਪਛਾਣ ਸੇਵਾ ਦੀ ਹੈ ਖਾਲਸਾ ਏਡ ਦੀ ਪਛਾਣ ਹੈ ਕਿ ਉਹ ਸਾਰੇ ਧਰਮਾਂ ਸਾਰੇ ਦੇਸ਼ਾਂ ਸਾਰੇ ਕਲਰ ਕ੍ਰੀਡ ਦੇ ਲਈ ਕੰਮ ਕਰਦੀ ਹੈਗੀ ਤੇ ਖਾਲਸਾ ਏਡ ਦੀ ਪਛਾਣ ਇੱਕ ਐਨ ਜੀਓ ਦੀ ਵੀ ਹੈਗੀ ਤੇ ਕਿਸਾਨ ਅੰਦੋਲਨ ਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਖਾਲਸਾ ਏਡ ਕਿਉਂ ਇਨਵੈਸਟੀਗੇਸ਼ਨ ਦੇ ਅੰਦਰ ਆ ਗਈ ਖਾਲਸਾ ਏਡ ਨੂੰ ਕਿਉਂ ਐਨ ਆਈ ਐ ਨੇ ਸਵਾਲ ਪੁੱਛੇ ਆ ਜਾਂ ਪੁੱਛਣੇ ਆ ਸਾਡੇ ਨਾਲ ਜਿਹੜਾ ਪੰਜਾਬ ਚ ਚਿਹਰਾ ਨੇ ਜਾਂ ਦੇਸ਼ ਚ ਚਿਹਰਾ ਨੇ ਖਾਲਸਾ ਏਡ ਦਾ ਉਹਨੇ ਅਮਰਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਅਮਰਪ੍ਰੀਤ ਸਿੰਘ ਕੌਣ ਨੇ ਖਾਲਸਾ ਏਡ ਕੌਣ ਹੈ ਖਾਲਸਾ ਏਡ ਦਾ ਕੰਮਕਾਰ ਕਿਵੇਂ ਹੁੰਦਾ ਇਹਦਾ ਸਾਰਾ ਸਟਰਕਚਰ ਕਿਵੇਂ ਚੱਲਦਾ ਹੈ ਤੇ ਕਿਉਂ ਇਹੇ ਨਿਸ਼ਾਨੇ ਤੇ ਆ ਗਈ ਜਾਂ ਐਨਆਈਏ ਨੇ ਨਾ ਤੋ ਕੀ ਪੁੱਛਿਆ ਸਵਾਗਤ ਹੈ ਅਮਰਪ੍ਰੀਤ ਜੀ ਬਹੁਤ-ਬਹੁਤ ਤੁਹਾਡਾ ਪੂਰਾ ਪੰਜਾਬ ਟੀਵੀ ਦੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਵੇਂ ਪੁੱਛਾਂ ਇੱਥੋਂ ਸ਼ੁਰੂ ਕਰ ਲੈਨੇ ਕਿਉਂਕਿ ਚਿਹਰਾ ਤੁਸੀਂ ਹੋ ਅਮਰਪ੍ਰੀਤ ਕੌਣ ਆ ਅਮਰਪ੍ਰੀਤ ਸਿੰਘ ਇੱਕ ਆਮ ਸਧਾਰਨ ਘਰ ਦਾ ਇੱਕ ਨੌਜਵਾਨ ਜਿਹੜਾ ਕਿ ਆਪਣੀ ਜ਼ਿੰਦਗੀ ਚ ਇੱਕ ਟਾਰਗੇਟ ਲਾ ਕੇ ਤੁਰਿਆ ਸੀ ਕਿ ਮੈਂ ਜਹਾਜ਼ ਉਡਾਉਣੇ ਨੇ ਮੈਂ ਪਾਇਲਟ ਬਣਨਾ ਹੈ ਤੇ ਮੈਂ ਕੋਈ ਵਧੀਆ 에ਅਰਲਾਈਨ ਦੇ ਵਿੱਚ ਘਰ ਜੌਬ ਕਰਨੀ ਹੈ ਪਰ ਤਕਰੀਬਨ ਜਦੋਂ ਮੈਂ ਪਾਇਲਟ ਦੀ ਟ੍ਰੇਨਿੰਗ 2000 8 10 ਦੇ ਕਰੀਬ ਸਟਾਰਟ ਕੀਤੀ ਔਰ ਹੌਲੀ 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 ਖਾਲਸਾਈਡ ਦੇ ਬਾਰੇ ਜਦੋਂ ਮੈਨੂੰ ਪਤਾ ਲੱਗਿਆ 2013 14 ਦੇ ਵਿੱਚ ਘਰ ਸੋ ਵਲੰਟੀਅਰ ਤੋਂ ਇੱਕ ਸੇਵਾਦਾਰ ਤੋਂ ਸ਼ੁਰੂਆਤ ਹੋਈ ਖਾਲਸਾ ਏਡ ਦੇ ਨਾਲ ਜੁੜਨ ਦੀ ਔਰ ਇਹੋ ਜਿਹਾ ਇੰਟਰਸਟ ਇਹੋ ਜਿਹਾ ਪੈਸ਼ਨ ਪੈਦਾ ਹੋ ਗਿਆ ਕਿ ਲਾਈਕ ਵੀ ਇਹ ਪਲੈਟਫਾਰਮ ਨੂੰ ਕਿਵੇਂ ਆਪਾਂ ਵੱਡਾ ਕਰ ਸਕਦੇ ਆ ਇੱਥੇ ਨੌਜਵਾਨਾਂ ਨੂੰ ਕਿੱਦਾਂ ਜੋੜ ਸਕਦੇ ਆ ਇੱਥੇ ਕਿਵੇਂ ਅਸੀਂ ਇੱਕ ਸੇਵਾ ਨੂੰ ਪੂਰੀ ਦੁਨੀਆ ਦੇ ਵਿੱਚ ਘਾਰ ਔਰ ਦੂਜੇ ਬਿਨਾਂ ਕਿਸੇ ਜਾਤ ਪਾਤ ਦੇ ਵਿਤਕਰੇ ਤੋਂ ਬਿਨਾਂ ਕਿਸੇ ਧਰਮ ਦੇ ਵਿਤਕਰੇ ਤੋਂ ਆਪਾਂ ਇਹ ਸੇਵਾ ਨੂੰ ਕਿੱਦਾਂ ਵੱਡੇ ਪਦਰ ਤੇ ਲੈ ਕੇ ਜਾ ਸਕਦੇ ਆ ਸੋ ਪਿਛਲੇ 10 ਸਾਲਾਂ ਤੋਂ ਤਕਰੀਬਨ ਤੁਸੀਂ ਕਹਿ ਸਕਦੇ ਹੋ ਸਿਰਫ ਇਸੇ ਕਾਰਜਾਚ ਅਮਰਪ੍ਰੀਤ ਸਿੰਘ ਲੱਗਿਆ ਹੋਇਆ ਖਾਲਸਾ ਏਡ ਕੀ ਹੈ ਜੀ ਮੈਂ ਹੁਣ ਪੁੱਛਾਂ ਕਿਉਂਕਿ ਖਾਲਸਾ ਏਡ ਤੇ ਅਮਰਪ੍ਰੀਤ ਨੂੰ ਅਲੱਗ-ਅਲੱਗ ਕੀਤਾ ਜਾ ਸਕਦਾ ਜਾਂ ਦੋਵੇਂ ਇੱਕ ਨੇ ਹੀ ਦੇਖੋ ਸ਼ਬਦਾਂ ਵਿੱਚ ਤਾਂ ਜਿਵੇਂ ਮਰਜ਼ੀ ਤੁਸੀਂ ਇਸ ਚੀਜ਼ ਨੂੰ ਪ੍ਰੈਜ਼ੈਂਟ ਕਰ ਸਕਦੇ ਹੋ ਬਟ ਜਦੋਂ ਇੱਕ ਨਾਰਮਲ ਇੱਕ ਇਨਸਾਨ ਦੀ ਜਦੋਂ ਇੱਕ ਕਰੀਅਰ ਬਣਾਉਣ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਜਿਹੜੀ ਏਜ ਹੁੰਦੀ ਹੈ ਉਸ ਏਜ 'ਚ ਜਿਹੜਾ ਇਨਸਾਨ ਕੋਈ ਸਟੈਪ ਚੱਕਦਾ ਜਾਹੂ ਆਪਣੇ ਸਟੱਡੀਜ਼ ਨੂੰ ਲੈ ਕੇ ਆ ਚਾਹੇ ਕੋਈ ਆਪਣੇ ਬਿਜ਼ਨਸ ਨੂੰ ਲੈ ਕੇ ਆ ਤੇ ਉਹੀ ਪਛਾਣ ਉਸ ਦੀ ਆਲਵੇਸ ਉਹਦੀ ਰਹਿੰਦੀ ਦੁਨੀਆ ਤੱਕ ਜਿਹੜੀ ਹੈ ਕਿ ਉਹ ਬਣੀ ਰਹਿੰਦੀ ਹੈ ਤੇ ਮੈਂ ਇਸ ਚੀਜ਼ ਨੂੰ ਚੂਜ਼ ਕੀਤਾ ਕਿ ਮੈਂ ਇੱਕ ਇਹੋ ਜਿਹਾ ਪਲੈਟਫਾਰਮ ਬਿਲਡ ਕਰਨਾ ਹੈ ਇਹੋ ਜਿਹਾ ਸਟਰਕਚਰ ਬਿਲਡ ਕਰਨਾ ਹੈ ਜਿੱਥੇ ਕਿ ਅਸੀਂ ਅੱਜ ਜਿਵੇਂ ਮੈਂ ਦੱਸਿਆ ਕਿ ਬਿਨਾ ਕਿਸੇ ਵਿਤ ਕਰੇ ਤੋਂ ਬਿਨਾ ਕਿਸੇ ਨਾਲ ਐਫੀਲੀਏਸ਼ਨ ਕੀਤੇ ਹੋਏ ਅਸੀਂ ਨਿਊਟਰਲ ਰਹਿ ਕੇ ਇੱਕ ਸੇਵਾ ਨੂੰ ਕਿਉਂਕਿ ਬਹੁਤ 84 ਤੋਂ ਲੈ ਕੇ ਹੁਣ ਤੱਕ ਬਹੁਤ ਜਥੇਬੰਦੀਆਂ ਬਣਦੀਆਂ ਨੇ ਬਟ ਹਰ ਇੱਕ ਦਾ ਕੋਈ ਨਾ ਕੋਈ ਕਈ ਵਾਰ ਮੋਟਿਵ ਹੁੰਦਾ ਬਟ ਵਿਦਆਊਟ ਐਨੀ ਮੋਟਿਵ ਅਸੀਂ ਅਗਰ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ ਕਿ ਹਾਂ ਵੀ ਐਵੇਂ ਵੀ ਕੰਮ ਹੋ ਸਕਦਾ ਮੇਰੀ ਸਿਰਫ ਉਹ ਥਾਟ ਸੀਗਾ ਤੇ ਉਸੇ ਥਾਟ ਨੂੰ ਅੱਜ ਕਰਦੇ ਕਰਦੇ ਸਾਡੇ ਨਾਲ ਹਜ਼ਾਰਾਂ ਲੱਖਾਂ ਲੋਕ ਜਿਹੜਾ ਐਜ਼ ਅ ਵੋਲੰਟੀਅਰ ਐਜ਼ ਅ ਸੇਵਾਦਾਰ ਜੁੜ ਚੁੱਕਿਆ ਸੋ ਇਹ ਖਾਲਸਾ ਐਡ ਤੁਹਾਡੀ ਲੋਚਨਾ ਤਾਂ ਇਸ ਕਰਕੇ ਹੁੰਦੀ ਹੈ ਕਿ ਤੁਸੀਂ ਹਿੰਦੂਆਂ ਕੋਲੇ ਚਲੇ ਜਾਨੇ ਹੋ ਸਿੱਖ ਤੁਹਾਡੀ ਲੋਚਨਾ ਕਰਦੇ ਜਿਹੜੇ ਤੁਹਾਡੀ ਲੋਚਨਾ ਇਸ ਕਰਕੇ ਹੁੰਦੀ ਹੈ ਕਿ ਤੁਸੀਂ ਤਾਂ ਜੀ ਸਿੱਖਾਂ ਨੂੰ ਛੱਡ ਕੇ ਪੰਜਾਬ ਨੂੰ ਛੱਡ ਕੇ ਦੁਨੀਆ ਦੇ ਹੋਰ ਕਿੱਤਿਆਂ ਤੇ ਰੇਫਰ ਦਿਓ ਪਰ ਤੁਹਾਡੇ ਤੇ ਰੇਡ ਜਿਹੜੀ ਹੁੰਦੀ ਹੈਗੀ ਉਹ ਸਿੱਖਾਂ ਨੂੰ ਸਿੱਖ ਹੋਣ ਕਰਕੇ ਹੁੰਦੀ ਹੈਗੀ ਦੇਖੋ ਮੈਂ ਉਹੀ ਚੀਜ਼ ਕਹਿਣਾ ਚਾਹ ਰਿਹਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਨੇ ਬਹੁਤ ਡੂੰਗਾ ਸਵਾਲ ਹੈ ਇਹ ਜਿਹੜਾ ਇਨਸਾਨ ਇਸ ਚੀਜ਼ ਨੂੰ ਲੀਡ ਕਰ ਰਿਹਾ ਜਿਹੜਾ ਇਨਸਾਨ ਜਾਂ ਸਾਡੀ ਟੀਮ ਇਸ ਚੀਜ਼ ਨੂੰ ਇਸ ਚੀਜ਼ ਤੋਂ ਗੁਜ਼ਰ ਰਹੀ ਹੈ ਚਾਹੇ ਉਹ ਸੋਸ਼ਲ ਮੀਡੀਆ ਅਟੈਕਸ ਨੇ ਸੋਸ਼ਲ ਮੀਡੀਆ ਕਹਿੰਦਾ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਭਈਆਂ ਨੂੰ ਤੁਸੀਂ ਰੋਟੀ ਖਵਾਉਂਦੇ ਹੋ ਚੱਕ ਲੋ ਬਾਲਟੀਆਂ ਚੱਕ ਲੋ ਕੜਚੀਆਂ ਸਾਨੂੰ ਇਹ ਚੀਜ਼ਾਂ ਕਹੀਆਂ ਜਾਂਦੀਆਂ ਜਦੋਂ ਅਸੀਂ ਸਿੱਖਾਂ ਲਈ ਕੰਮ ਕਰ ਰਹੇ ਹਾਂ ਤਾਂ ਸਾਡੇ ਘਰੇ ਰੇਡਾਂ ਵੱਜਦੀਆਂ ਨੇ ਜਦੋਂ ਅਸੀਂ ਮੁਸਲਮਾਨਾਂ ਲਈ ਕੰਮ ਕਰਦੇ ਹਾਂ ਇਹ ਦੇਸ਼ ਦੇ ਖਿਲਾਫ ਕੰਮ ਹੁੰਦਾ ਅਸੀਂ ਪਹਿਲੇ ਦਿਨ ਤੋਂ ਸਾਡੀ ਵੈਬਸਾਈਟ ਵੀ ਅਗਰ ਤੁਸੀਂ ਖੋਲੋਗੇ ਸਾਡੇ ਕਿਸੇ ਵੋਲੰਟੀਅਰ ਤੋਂ ਵੀ ਪੁੱਛੋਗੇ ਸਾਡੀ ਟੀ-ਸ਼ਰਟਾਂ ਵੀ ਜਿਹੜੀਆਂ ਪਾਈਆਂ ਲਿਖਿਆ ਸੀ ਇਹ ਸਿਰਫ ਲਿਖਿਆ ਨਹੀਂ ਹੈ ਸਾਡੇ ਦਿਲ 'ਚ ਵੀ ਇਹੀ ਹੈ ਕਿ ਰੈਕੋਗਨਾਈਜ਼ ਅ ਹੋਲ ਹਿਊਮਨ ਰੇਸ ਐਸ 1 ਬਟ ਫਿਰ ਵੀ ਉਸ 1 ਦੇ ਪਿੱਛੇ ਕੁਐਸਚਨ ਮਾਰਕ ਕਿਉਂ ਅੱਜ ਤੱਕ ਇਸ ਚੀਜ਼ ਦਾ ਪਿਛਲੇ 10 ਸਾਲਾਂ ਤੋਂ ਇਸ ਚੀਜ਼ ਦਾ ਜਵਾਬ ਮੈਨੂੰ ਨਹੀਂ ਮਿਲ ਪਾਇਆ ਜਦੋਂ ਅਸੀਂ ਕਿੱਥੇ ਸਪੀਚ ਕਰਨ ਜਾਈਦਾ ਜਦੋਂ ਅਸੀਂ ਕਿੱਥੇ ਕਿਸੇ ਡਿਬੇਟ 'ਚ ਬੈਠੀਦਾ ਹਰ ਇੱਕ ਬੰਦਾ ਆਪਣਾ ਏਜੰਡਾ ਲੈ ਕੇ ਸਾਨੂੰ ਕੁਐਸਚਨ ਪੁੱਟ ਕਰਦਾ ਕਿਉਂਕਿ ਹਰ ਇੱਕ ਏਜੰਡਾ ਦੇ ਵਿੱਚ ਘਰ ਅਸੀਂ ਫਿੱਟ ਬੈਠ ਜੰਨੇ ਆ ਜੇ ਕੋਈ ਕਿਸੇ ਧਰਮ ਦਾ ਕੁਐਸਚਨ ਹੈ Hindu ਦਾ ਕੁਐਸਚਨ ਹੈ ਤਾਂ ਅਸੀਂ ਫਿੱਟ ਬੈਹਿ ਜੰਨੇ ਆ ਕਿ ਤੁਸੀਂ ਯੂਪੀ ਚ ਲੰਗਰ ਕਿਉਂ ਲਾਤਾ ਤੁਸੀਂ ਬਿਹਾਰ ਚ ਲੰਗਰ ਕਿਉਂ ਲਾਤਾ ਜੇ ਕੋਈ ਮੁਸਲਮਾਨ ਦਾ ਕੋਈ ਕੁਐਸਚਨ ਹੁੰਦਾ ਤੁਸੀਂ ਉੱਥੇ ਕੀ ਕਹਿੰਦੇ ਨੇ ਕੋਈ ਕਿਹੜਾ ਲਾਈਕ ਸ਼ਹੀਨ ਬਾਗ ਦੇ ਵਿੱਚ ਘਰ ਤੁਸੀਂ ਲੰਗਰ ਕਿਉਂ ਵਰਤਾਇਆ ਐਂਟੀ ਨੈਸ਼ਨਲ ਲੋਕਾਂ ਨੂੰ ਤੁਸੀਂ ਲੰਗਰ ਛਕਾਤਾ ਜਦੋਂ ਸਿੱਖਾਂ ਦੇ ਪਰਿਵਾਰਾਂ ਨੂੰ ਅਸੀਂ ਪਿੰਡਾਂ ਚ ਬੱਚਿਆਂ ਨੂੰ ਪੜਾਉਂਦੇ ਆ ਕਿਸੇ ਪਰਿਵਾਰਾਂ ਦਾ ਘਰ ਬਣਾਤਾ ਇਹ ਅਮਰਤ ਹਰੀ ਸਿੰਘ ਸੀਗਾ ਜੀ ਇਹਦਾ ਘਰ ਕਿਉਂ ਬਣ ਗਿਆ ਸੋ ਯੂ نو ਐਵਰੀ ਟਾਈਮ ਇਹ ਤਿੰਨੋਂ ਕਨਸੈਪਟ ਦੇ ਵਿੱਚ ਘਰ ਖਾਲਸਾ ਫਿਟਬੈਟ ਦੀ ਇਸ ਕਰਕੇ ਖਾਲਸਾ ਨੂੰ ਹਰ ਇੱਕ ਜਗ੍ਹਾ ਤੋਂ ਅਟੈਕ ਹੈ ਤੇ ਅਸੀਂ ਉਹ ਅਟੈਕ ਹੀ ਫੇਸ ਕਰਦੇ ਕਰਦੇ ਅੱਜਿੱਥੇ ਪਹੁੰਚੇ ਅੱਛਾ ਕੀ ਪੁੱਛਿਆ ਕੱਲੇ ਨਈ ਇਹਨੇ ਤੁਹਾਡੇ ਤੋਂ ਆ ਕੇ ਕੀ ਸਵਾਲ ਪੁੱਛੇ ਤੁਹਾਡਾ ਫੋਨ ਲੈ ਕੇ ਹਾਂਜੀ ਗੱਲਬਾਤ ਕੀ ਪੁੱਛੀ ਉਹਨਾਂ ਨੇ ਆ ਬੇਸਿਕਲੀ ਜਦੋਂ ਉਹਨਾਂ ਦਾ ਮੇਨ ਜਿਹੜਾ ਸਭ ਤੋਂ ਇਨੀਸ਼ੀਅਲੀ ਸਵਾਲ ਸੀਗਾ ਉਹ ਸਵਾਲ ਸੀਗਾ ਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਲੰਡਨ ਦੇ ਵਿੱਚ ਘਰ ਹਾਈ ਕਮਿਸ਼ਨ ਦੇ ਉੱਤੇ ਜਿਹੜੀ ਝੰਡੇ ਦੀ ਅਟੈਕ ਹੋਇਆ ਤੇ ਤੁਸੀਂ ਕਿਸੇ ਨੂੰ ਜਾਣਦੇ ਹੋ ਮੈਂ ਕਿਹਾ ਜੀ ਨਹੀਂ ਮੇਰੇ ਕੋਲੇ ਕੋਈ ਨੋਲੇਜ ਨਹੀਂ ਅਸੀਂ ਵੀ ਮੀਡੀਆ ਚੋਂ ਦੇਖਿਆ ਤੇ ਸਾਡੇ ਕੋਲੇ ਵੀ ਉਸ ਟਾਈਮ ਬਹੁਤ ਮੀਡੀਆ ਨੇ ਸਵਾਲ ਕੀਤੇ ਵੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਅਸੀਂ ਹਮੇਸ਼ਾ ਕੰਡਮਨ ਕਰਤਾ ਕਿਉਂਕਿ ਖਾਲਸਾ ਏਡ ਦਾ ਏਜੰਡਾ ਜਿਹੜਾ ਹੈਗਾ ਉਹ ਬਿਲਕੁਲ ਕਲੀਅਰ ਹੈ ਅਗਰ ਤੁਸੀਂ ਮੇਰੇ ਤੋਂ ਇਹ ਚੀਜ਼ ਦਾ ਸਵਾਲ ਪੁੱਛ ਰਹੇ ਹੋ ਵੀ ਮੈਂ ਕਲੀਅਰਲੀ ਕਹਿਣਾ ਕਿ ਇਹ ਇਹ ਚੀਜ਼ ਦਾ અપਮਾਨ ਚੰਗਾ ਨਹੀਂ ਹੈ ਇਸ ਚੀਜ਼ ਦੇ ਨਾਲ ਨੁਕਸਾਨ ਇਹ ਜਿਹੜੇ ਵੀ ਲੋਕ ਕਰ ਰਹੇ ਨੇ ਗਲਤ ਹੋ ਰਿਹਾ ਸੋ ਇੱਥੋਂ ਦੀ ਸਵਾਲਾਂ ਦੀ ਸ਼ੁਰੂਆਤ ਹੁੰਦੀ ਹੈ ਔਰ ਸ਼ੁਰੂਆਤ ਤੋਂ ਬਾਅਦ ਕਾਫੀ ਜ਼ਿਆਦਾ ਉਹਨਾਂ ਕੋਲੇ ਕੋਈ ਕੰਟੈਕਸਟ ਡਿਟੇਲਸ ਹੁੰਦੀਆਂ ਨੇ ਪੂਰੇ ਕਿਉਂਕਿ ਤਕਰੀਬਨ 5.5 ਘੰਟੇ ਮੇਰੀ ਇਨਵੈਸਟੀਗੇਸ਼ਨ ਜਿਹੜੀ ਹੈ ਕੱਲ ਘਰ ਬੈਠ ਕੇ ਚੱਲੀ ਤੇ ਉਹਨਾਂ ਕੋਲੇ ਬਹੁਤ ਸਾਰੀਆਂ ਡਿਟੇਲਸ ਸੀਗੀਆਂ ਨੰਬਰ ਸੀਗੇ ਫੋਨ ਨੰਬਰਸ ਉਹਨਾਂ ਨੇ ਬੈਠ ਕੇ ਉਹ ਮੇਰੇ ਮੋਬਾਈਲ ਚ ਪਾਉਂਦੇ ਰਹੇ ਸਰਚ ਕਰਦੇ ਰਹੇ ਕਿ ਅਮਰਪ੍ਰੀਤੀ ਕਿਸੇ ਨਾਲ ਚੈਟ ਤਾਂ ਨਹੀਂ ਹੋਈ ਪੀ ਫਲਾਣੇ ਫਲਾਣੇ ਨਾਮ ਪੁੱਛੇ ਤੂੰ ਇਹਨੂੰ ਜਾਣਦਾ ਹੈ ਤੂੰ ਉਹਨੂੰ ਜਾਣਦਾ ਬਟ ਮੇਰੀ ਨੌਲੇਜ ਜਿੰਨੇ ਉਹਨਾਂ ਨੇ ਸਵਾਲ ਕੀਤੇ ਮੈਂ ਇੱਕ ਵੀ ਬੰਦੇ ਨੂੰ ਇਹੋ ਜਿਹਾ ਨਹੀਂ ਸੀ ਕਿ ਜਿਹੜਾ ਜਾਣਦਾ ਹਾਂ ਜਿਵੇਂ ਮੋٹے ਮੋٹے ਨਾਂ ਕਿਹੜੇ ਸੀ ਜਿਹੜੇ ਤੁਹਾਡੇ ਤੋਂ ਪੁੱਛੇਗੇ ਅ ਮੈਨੂੰ ਐਗਜ਼ੈਕਟਲੀ ਨਹੀਂ ਯਾਦ ਪਰ ਤਿੰਨ ਚਾਰ ਨਾਂ ਸੀ ਕੋਈ ਮਨਮੂਨ ਲੈਂਦਾ ਸੀ ਨਾਂ ਕੋਈ ਅ ਲਾਈਕ ਖੰਡੇ ਦਾ ਨਾਂ ਸੀਗਾ ਅ ਸ਼ੋ ਬਾਕੀ ਮੈਨੂੰ ਹੁਣ ਇਦਾਂ ਬਿਲਕੁਲ ਨਹੀਂ ਚੇਤੇ ਆ ਬਾਹਰ ਦੇ ਸਾਰੇ ਬੰਦੇ ਬਾਹਰ ਦੇ ਸੀ ਹਾਂਜੀ ਮਤਲਬ ਇੰਡੀਆ ਦਾ ਕੋਈ ਵੀ ਬੰਦਾ ਯਾਨੀ ਇੰਗਲੈਂਡ ਦੇ ਜਾਂ ਕਿਸੇ ਹੋਰ ਥਾਂ ਦੇ ਵੀ ਮਤਲਬ 99% ਇੰਗਲੈਂਡ ਦੇ ਰਿਲੇਟਿਡ ਸਾਰੀ ਕੁਐਰੀ ਸੀਗੀ ਔਰ ਉਹਨਾਂ ਨੇ ਪਤਾ ਸੀ ਕਿ ਖਾਲਸਾ ਏਡ ਚ ਰਵੀ ਭਾਜੀ ਵਰੀ ਇੰਗਲੈਂਡ ਚ ਬੈਠੇ ਨੇ ਸੋ ਉਸ ਕਰਕੇ ਉਹਨਾਂ ਨੇ ਉਹਨਾਂ ਦੇ ਆਲੇ ਦੁਆਲੇ ਬਹੁਤ ਕੁਐਸਚਨਿੰਗ ਕੀਤੀ ਸਾਡੇ ਜਿਹੜੇ ਹੋਰ ਚੈਪਟਰਸ ਨੇ ਉਹਨਾਂ ਦੇ ਆਲੇ ਦੁਆਲੇ ਬਹੁਤ ਕੁਐਸਚਨਿੰਗ ਕੀਤੀ ਕੌਣ ਬੰਦੇ ਕਿਵੇਂ ਇਦਾਂ ਉਦਾਂ ਮੈਨੂੰ ਲਾਈਕ ਜੋ ਵੀ ਉਹਨਾਂ ਨੂੰ ਬੇਸਿਕ ਬੈਕਗਰਾਉਂਡ ਡਿਟੇਲਸ ਨੇ ਜਿਹੜੀਆਂ ਖਾਲਸਾ ਏਡ ਦੀਆਂ ਨੇ ਤੇ ਉੱਥੇ ਤੇ ਜਿਹੜੇ ਨਾਮ ਉਹਨਾਂ ਕੋਲੇ ਸੀਗੇ ਜਾਂ ਜਿਹੜੇ ਫੋਨ ਨੰਬਰ ਸੀਗੇ ਮੇਰੇ ਹਿਸਾਬ ਸਿਰ ਮੈਂ ਅੰਦਾਜ਼ਾ ਲਾਵਾ ਤਾਂ ਤਕਰੀਬਨ 150 200 ਨੰਬਰ ਫੋਨ ਨੰਬਰ ਉਹਨਾਂ ਕੋਲੇ ਸੀਗੇ ਜਿਹੜੇ ਉਹਨਾਂ ਨੇ ਇੱਕ ਇੱਕ ਨੰਬਰ ਪ ਪਰ ਜਦੋਂ ਉਹਨਾਂ ਨੇ ਖੰਡੇ ਦਾ ਪਾਇਆ ਤਾਂ ਖੰਡੇ ਦਾ ਨਾਮ ਮੇਰੇ ਮੋਬਾਈਲ 'ਤੇ ਸੇਵ ਸੀਗਾ ਕਿਉਂਕਿ ਲਾਈਕ ਔਰ ਰਵੀ ਸਿੰਘ ਦਾ ਦੋਸਤ ਸੀਗਾ ਕਾਫੀ ਪੁਰਾਣਾ ਸੋ ਮੈਂ ਜਦੋਂ ਅਸੀਂ ਐਨੂਅਲ ਡਿਨਰ ਤੇ ਸਾਡਾ ਹਰ ਸਾਲ ਇੱਕ ਐਨੂਅਲ ਡਿਨਰ ਹੁੰਦਾ ਜਿੱਥੇ ਅਸੀਂ ਆਪਣੀ ਸੰਗਤ ਨੂੰ ਦੱਸਦੇ ਹਾਂ ਤੇ ਉੱਥੇ ਅਕਸਰ ਜਦੋਂ ਵੀ ਮੈਂ ਜਾਣਾ ਤਾਂ ਉੱਥੇ ਉਹ ਡਿਨਰ 'ਚ ਪ੍ਰੈਜ਼ੈਂਟ ਹੁੰਦਾ ਸੀ ਸੋ ਜੋ ਵੀ ਸੀਗਾ ਉਹਨਾਂ ਦੇ ਸਾਹਮਣੇ ਸੀਗਾ ਮੈਂ ਕਿਹਾ ਵੀ ਆਹ ਦੇਖ ਲਓ ਜੇ ਖੰਡੇ ਦਾ ਨਾਮ ਸੇਵ ਹੈ ਅਗਰ ਕੋਈ ਚੈਟ ਹੋਈ ਹੈ ਤਾਂ ਤੁਸੀਂ ਪੜ ਸਕਦੇ ਹੋ ਵੀ ਕੀ ਚੈਟ ਹੋਈ ਹੈ ਉਹ ਵੀ 2-3 ਸਾਲ ਪਹਿਲਾਂ ਦੀ ਚੈਟ ਸੀਗੀ ਤਾਂ ਉਹਨਾਂ ਨੇ ਦੇਖੀ ਬਟ ਕਹਿੰਦੇ ਕਿ ਅਸੀਂ ਮੋਬਾਈਲ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਕਿ ਲੈ ਕੇ ਜਾ ਸਕਦੇ ਕੋਈ ਪ੍ਰੋਬਲਮ ਨਹੀਂ ਹਮ ਹਮ ਬਟ ਮੈਂ ਬਟ ਮੈਂ ਵਾਸਤਾ ਵੀ ਪਾਇਆ ਉਹਨਾਂ ਨੂੰ ਕਹਿੰਦੇ ਆ ਨਾ ਕਿ ਇੱਕ ਉਹਨਾਂ ਨੂੰ ਅਪੀਲ ਵੀ ਕੀਤੀ ਕਿ ਸਾਡਾ ਬਹੁਤ ਇੰਪੋਰਟੈਂਟ ਪ੍ਰੋਜੈਕਟ ਪੰਜਾਬ ਤੇ ਹਰਿਆਣਾ ਦੇ ਵਿੱਚ ਘਰ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ ਸਾਡੀ ਸੇਵਾ ਚੱਲ ਰਹੀ ਹੈ ਔਰ ਮੇਰਾ ਮੋਬਾਈਲ ਹੀ ਹੈ ਵੀ ਜਿਸ ਤੋਂ ਸਾਰੇ ਆਪਰੇਸ਼ਨਸ ਲੀਡ ਹੋ ਰਹੇ ਨੇ ਸਾਡੀਆਂ 20 ਟੀਮਾਂ ਕੰਮ ਕਰ ਰਹੀਆਂ ਨੇ ਅਲੱਗ-ਅਲੱਗ ਲੋਕੇਸ਼ਨਸ ਤੇ ਕਿ ਮੇਰੇ ਕੰਟੈਕਟਸ ਵਿੱਚ ਨੇ ਮੇਰਾ ਸਾਰਾ ਕੁਝ ਡਾਟਾ ਵਿੱਚ ਹੈ ਸਾਡਾ ਆਨ ਗoing ਪ੍ਰੋਜੈਕਟ ਹੈ ਵੀ ਤੁਸੀਂ ਐਟਲੀਸਟ ਮੈਨੂੰ 1-2 ਦਿਨ ਦੇ ਦਿਓ ਮੈਂ ਡਾਟਾ ਕਾਪੀ ਕਰ ਲਾਂ ਜਾਂ 2 ਘੰਟੇ ਦੇ ਦਿਓ ਮੈਂ ਨਵਾਂ ਫੋਨ ਲਾ ਕੇ ਸਾਰ ਬਟ ਉਹਨਾਂ ਨੇ ਡਿਨਾਈ ਕਰਤਾ ਕਿ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਅਸੀਂ ਲੈ ਕੇ ਜਾਣਾ ਸੋ ਆਈ ਸੈਡ ਓਕੇ ਚਲੋ ਜੋ ਤੁਹਾਡਾ ਪ੍ਰੋਟੋਕੋਲ ਹੈ ਤੁਸੀਂ ਕਰ ਲਓ ਹੁਣ ਤੁਹਾਨੂੰ ਬੁਲਾਇਆ ਇਨੀ ਇਨੀ ਹਾਂਜੀ ਕੱਲ ਯਹ ਕੱਲ 3 ਤਰੀਕ ਉਹਨਾਂ ਨੇ ਬੁਲਾਇਆ ਆਫਿਸ ਉੱਥੇ ਦਿੱਲੀ ਹਮ ਇੱਕ ਵਾਰ ਪਹਿਲਾਂ ਵੀ ਤੁਹਾਨੂੰ ਇਨੀ ਇਨੀ ਬੁਲਾਇਆ ਸੀਗਾ ਹਾਂਜੀ ਕਿਸਾਨੇ ਮੋਰਚੇ ਵੇਲੇ ਵੀ ਜਦੋਂ ਖਾਲਸਾਡ ਯੂ نو ਟੌਪ ਲਿਸਟ ਦੇ ਉੱਤੇ ਉੱਥੇ ਸੇਵਾਵਾਂ ਨਿਭਾ ਰਹੇ ਸੀ ਤਾਂ ਵੀ ਸਾਡੇ ਤਿੰਨ ਬੰਦੇ ਨੂੰ ਨੋਟਿਸ ਆਇਆ ਸੀਗਾ ਬਟ ਮੇਰਾ ਨੋਟਿਸ ਜਿਹੜੀ ਡੇਟ ਸੀਗੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਮਨਾਂ ਕਰਤਾ ਕਿ ਤੁਸੀਂ ਨਾ ਆਇਓ ਸਾਡਾ ਇੱਕ ਬੰਦਾ ਇਨਕੁਆਇਰੀ ਤੇ ਗਿਆ ਸੀਗਾ ਸਾਡਾ ਟਰਸਟੀ ਬਟ ਬਾਕੀ ਦੋ ਬੰਦਿਆਂ ਨੂੰ ਉਹਨਾਂ ਨੇ ਮਨਾਂ ਕਰਤਾ ਸੀ ਤੇ ਉਹ ਦੋ ਬੰਦੇ 'ਚ ਮੇਰਾ ਨਾਮ ਸੀਗਾ ਤੇ ਮੈਂ ਗਿਆ ਨਹੀਂ ਸੀਗਾ ਜਿਵੇਂ ਮੈਂ ਕਿਹਾ ਕਿ ਯੂਐਨ ਦੇ ਵਿੱਚ ਵੀ ਡਿਬੇਟ ਚੱਲਦੀ ਹੈਗੀ ਇਹਨਾਂ ਗੱਲਾਂ ਨੂੰ ਲੈ ਕੇ ਕਿ ਵਾਟ ਇਜ਼ ਟੈਰਰਿਜ਼ਮ ਖਾਸ ਤੌਰ ਤੇ ਵਰਗਨ ਟੈਰਰਿਜ਼ਮ ਜਦੋਂ 2001 'ਚ ਅਮਰੀਕਾ ਤੇ ਅਟੈਕ ਹੋਇਆ ਉਸ ਤੋਂ ਬਾਅਦ ਦੇ ਵੱਡੇ ਪੱਧਰ ਦੇ ਉੱਤੇ ਚਰਚਾ ਹੋਣ ਲੱਗੀ ਦੁਨੀਆ 'ਚ ਕੌਣ ਕੀ ਹੈ ਕੌਣ ਕੀ ਨਹੀਂ ਹੈ ਕਿਨੂੰ ਕਿਵੇਂ ਡਿਫਾਈਨ ਕੀਤਾ ਜਾਵੇ ਜੀ ਉਸੀਂ ਹੁਣ ਕੋਈ ਹਥਿਆਰ ਦਾ ਚੱਕੀ ਨਹੀਂ ਹੋਏ ਸਾਨੂੰ ਦੇਖ ਹੀ ਰਹੇ ਹੋਗੇ ਹਨਾ ਕਿ ਨਹੀਂ ਉਹ ਤਾਂ ਹੁਣ ਸਾਰੇ ਦਿਖ ਹੀ ਰਹੇ ਤੁਹਾਡੇ ਕੋਲ ਤਾਂ ਕੜਛੀਆਂ ਹੁੰਦੀਆਂ ਨੇ ਭਾਂਡੇ ਹੁੰਦੇ ਨੇ ਅਸੀਂ ਦੇਖਦੇ ਆ ਉਹ ਕਿ ਅਸੀਂ ਵੀ ਕਵਰੇਜ ਕਰਦੇ ਆ ਤੁਸੀਂ ਉੱਥੇ ਹੁੰਦੇ ਹੋ ਹੁਣ ਦੂਜਾ ਐਂਗਲ ਹੁੰਦਾ ਲਿੰਕ ਦਾ ਹਣਾ ਮੈਂ ਤੁਹਾਡੇ ਤੋਂ ਪੁੱਛਦਾਗਾ ਕਿ ਤੁਹਾਡਾ ਆਈਡੀਆ ਆਫ ਪੰਜਾਬ ਕੀ ਹੈ ਤੁਸੀਂ ਕੀ ਸੋਚਦੇ ਹੋਗੇ ਮਤਲਬ ਤੁਸੀਂ ਕੋਈ ਵਾਇਲੈਂਸ ਬਾਰੇ ਸੋਚਦੇ ਹੋਗੇ ਜਾਂ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਵਾਇਲੈਂਟ ਲੋਕ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੋ ਜਾਂ ਉਹਨਾਂ ਨਾਲ ਤੁਹਾਡਾ ਰਿਲੇਸ਼ਨ ਨੇ ਦੇਖੋ ਮੈਂ ਉਹੀ ਚੀਜ਼ ਕਹਿਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਵੀ ਇਨਸਾਨ ਦੇ ਅੰਦਰ ਕਦੇ ਵੀ ਕੋਈ ਚੀਜ਼ ਹੈ ਨਾ ਤੁਹਾਡੇ ਅੰਦਰ ਜਰਨਲਿਜ਼ਮ ਦਾ ਜਜ਼ਬਾ ਹੈ ਚਾਹੇ ਤੁਸੀਂ ਸਟੱਡੀ ਹੈ ਜਰਨਲਿਜ਼ਮ ਦੀ ਡਿਗਰੀ ਭਾਵੇਂ ਨਾ ਵੀ ਕੀਤੀ ਹੋਵੇ ਬਟ ਉਹ ਜਿਹੜਾ ਅੰਦਰੋਂ ਦੀ ਜਿਹੜੀ ਚੀਜ਼ ਹੈ ਨਾ ਉਹ ਇੱਕ ਦਿਨ ਬਾਹਰ ਆਉਂਦੀ ਹੈ ਰਾਈਟ ਇਸੇ ਤਰੀਕੇ ਦੇ ਨਾਲ ਜੋ ਸਾਡੇ ਅੰਦਰ ਇੱਕ ਸੇਵਾ ਦੀ ਭਾਵਨਾ ਹੈ ਸਾਡੇ ਅੰਦਰ ਇੱਕ ਕਨਸੈਪਟ ਹੈ ਕਿ ਅਸੀਂ ਸਿਰਫ ਨਿਊਟਰਲ ਰਹਿ ਕੇ ਸੇਵਾ ਕਰਨੀ ਹੈ ਅਸੀਂ ਆਪਣੇ ਸੋਸ਼ਲ ਪਲੇਟਫਾਰਮ ਸਾਡੇ ਦੇਖ ਲਓ ਚਾਹੇ ਖਾਲਸਾ ਜੀ ਇੰਡੀਆ ਦੇ ਦੇਖ ਲਓ ਚਾਹੇ ਤੁਸੀਂ ਮੇਰੇ ਪਰਸਨਲ ਦੇਖ ਲਓ ਅੱਜ ਤੱਕ ਸਾਡਾ ਕੋਈ ਵੀ ਇਹੋ ਜਿਹਾ ਤੁਹਾਨੂੰ ਬਿਆਨ ਤੁਹਾਡਾ ਇਹੋ ਜਿਹਾ ਕੋਈ ਤੁਹਾਡੀ ਸਟੇਟਮੈਂਟ ਤੁਹਾਡਾ ਇਹੋ ਜਿਹਾ ਕੋਈ ਐਕਸ਼ਨ ਜਿਹੜਾ ਕਿ ਵਾਇਲੈਂਸ ਨੂੰ ਪ੍ਰੋਮੋਟ ਵੀ ਕਰਦਾ ਹੋਵੇ ਤੇ ਅਸੀਂ ਜਵਾਬ ਦਈਆਂ ਅਮਰਪੁਰੀ ਤੁਹਾਡੇ ਸਾਹਮਣੇ ਬੈਠਾ ਸਾਨੂੰ ਇਹ ਤਾਂ ਹੈ ਨਹੀਂ ਕਿ ਅਸੀਂ ਕੱਲ ਸੇਵਾ ਸ਼ੁਰੂ ਕੀਤੀ ਹੈ ਤੇ ਅੱਜ ਸਾਡੀ ਇਨਕੁਆਇਰੀ ਹੋ ਰਹੀ ਹੈ ਸਾਨੂੰ ਸਾਲੋ ਸਾਲ ਹੋ ਗਏ ਕੰਮ ਕਰਦੇ ਸਾਡੇ ਕੋਲੇ ਕੁਐਸਚਨ ਕਰ ਸਕਦੇ ਹੋ ਔਰ ਇਹ ਪਹਿਲੀ ਇਨਕੁਆਇਰੀ ਨਹੀਂ ਹੈ ਨਾ ਸਾਡੀ ਮੈਂ 2014 ਤੋਂ ਆਈ ਥਿੰਕ ਸਾਡਾ ਖਾਲਸਾ ਡ ਰਜਿਸਟਰਡ ਹੋਇਆ ਹੈ ਇੰਡੀਆ ਦੇ ਵਿੱਚ ਘਰ ਟਰਸਟ ਰਜਿਸਟਰਡ ਹੋਇਆ 2014 ਤੋਂ ਲੈ ਕੇ ਮੈਂ ਇਨਕੁਆਰੀਆਂ ਫੇਸ ਕਰ ਰਹੇ ਹਾਂ ਏਵਰੀ ਟਾਈਮ ਅਸੀਂ ਕੋਆਪਰੇਟ ਕੀਤਾ ਉਹਨਾਂ ਨੇ ਬੁਲਾਇਆ ਅਸੀਂ ਜਾਂਦੇ ਹਾਂ ਬਟ ਥਿਸ ਟਾਈਮ ਘਰ ਆ ਕੇ ਫਰੋਲਾ ਫਰਾਲੀ ਕਰਨੀ ਸਵੇਰੇ 5:00 ਵਜੇ 15 16 ਬੰਦੇ ਚੈਨਾ ਹੱਜ ਫੜੀਆਂ ਹਥਕੜੀਆਂ ਫੜੀਆਂ ਹੋਈਆਂ ਲਾਈਕ ਔਰ ਕੁਦਰਤੀ ਉਸ ਦਿਨ ਮੇਰਾ ਬਰਥਡੇ ਸੀ ਮੈਂ ਮਤਲਬ ਲਾਈਕ ਮਜ਼ਾਕ ਚ ਕੱਲ ਪ੍ਰੈਸ ਕਾਨਫਰੈਂਸ ਮੇਰੇ ਮੂੰਹ ਨਿਕਲੇਗੀ ਆਈ ਥੌਟ ਕਿ ਸ਼ਾਇਦ ਕੋਈ ਦੋਸਤ ਇਕੱਠੇ ਹੋ ਕੇ ਆਏ ਨੇ ਸਰਪ੍ਰਾਈਜ਼ ਦੇਣ ਲਈ ਆਏ ਨੇ ਬਟ ਜਦੋਂ ਦੇਖਿਆ ਮਤਲਬ ਪੁਲਿਸ ਦੀਆਂ ਗੱਡੀਆਂ ਨੇ ਐਨ ਆਈ ਏ ਦਾ ਸਟਾਫ ਹੈ ਆਪਣਾ ਟੈਗ ਦਿਖਾ ਰਿਹਾ ਆਈਡੈਂਟੀਟੀ ਦਿਖਾ ਰਿਹਾ ਆਈ ਵਾਸ ਸ਼ੌਕਡ ਕਿ ਯਾਰ ਅਸੀਂ ਕ੍ਰਿਮੀਨਲ ਆ ਮੈਂ ਰਾਤੀ 2 ਵਜੇ ਸੇਵਾ ਖਤਮ ਕਰਕੇ ਆਪਣੇ ਘਰੇ ਜਾ ਕੇ ਸੁੱਤਾ ਤੇ ਸਵੇਰੇ 5 ਵਜੇ ਐਨ ਆਈ ਏ ਮੇਰੇ ਘਰ ਆ ਕੇ ਦਰਵਾਜ਼ਾ ਖੜਕਾ ਰਹੀ ਹੈ ਲਾਈਕ ਕਿ ਉਹ ਐਜ਼ ਅ ਕ੍ਰਿਮੀਨਲ ਮੈਨੂੰ ਦੇਖ ਰਹੀ ਹੈ ਐਨ ਆਈ ਇਹ ਤਾਂ ਕੰਮ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਉਹਨਾਂ ਦਾ ਕੰਮ ਹੈ ਕਿ ਐਂਟੀ ਟੈਰਰ ਐਕਟੀਵਿਟੀਆਂ ਦੇ ਉੱਤੇ ਵਾਚ ਕਰਨਾ ਮੈਂ ਇਹ ਚੀਜ਼ ਮੰਨਦਾ ਕਿ ਠੀਕ ਹੈ ਤੁਸੀਂ ਇਸ ਚੀਜ਼ ਨੂੰ ਵਾਚ ਕਰਦੇ ਹੋ ਸਾਰੇ ਤੁਹਾਡੇ ਤੁਸੀਂ ਕਿਸੇ ਨੂੰ ਵੀ ਜਾਂਚ ਕਰ ਸਕਦੇ ਹੋ ਬਟ ਅਸੀਂ ਸੇਵਾ ਕਰ ਰਹੇ ਹਾਂ ਸਾਡੀ ਭਾਵਨਾ ਜਾਂ ਸਾਡੀ ਐਕਟੀਵਿਟੀਆਂ ਕਿਸੇ ਤੋਂ ਮਤਲਬ ਲੁਕੋ ਨਹੀਂ ਹੈ ਅਸੀਂ ਬਿਲਕੁਲ ਟਰਾਂਸਪੇਰੈਂਟ ਆ ਪਾਰਦਰਸ਼ੀ ਤਰੀਕੇ ਨਾਲ ਤੁਸੀਂ ਵੀ ਦੇਖਿਆ ਸਾਨੂੰ ਚਾਹੇ ਉਹ ਕਿਸਾਨੀ ਮੋਰਚਾ ਚਾਹੇ ਉਹ 2019 ਦੇ ਹੜ੍ਹ ਨੇ ਚਾਹੇ ਕੁਝ ਵੀ ਪ੍ਰੋਜੈਕਟ ਨੇ ਇਸ ਟਾਈਮ ਇੰਡੀਆ ਦੇ ਵਿੱਚ ਘਰ ਭਾਰਤ ਦੇ ਵਿੱਚ ਘਰ ਤਕਰੀਬਨ 50 ਤੋਂ 52 ਆਪਰੇਸ਼ਨਸ ਮੈਂ ਖੁਦ ਲੀਡ ਕਰ ਚੁੱਕਿਆ ਚਾਹੇ ਅਸਾਮ ਹੈ ਗੁਜਰਾਤ ਹੈ ਨਾਰਥ-ਈਸਟ ਹੈ ਕੋਈ ਵੀ ਸਟੇਟ ਹੈ ਆਈ ਥਿੰਕ ਇੰਡੀਆ ਦੀ ਕੋਈ ਸਟੇਟ ਨਹੀਂ ਅਸੀਂ ਛੱਡੀ ਕੋਵਿਡ ਦੇ ਵੇਲੇ ਸਰਕਾਰਾਂ ਨੇ ਸਾਨੂੰ ਕਿਹਾ ਕਿ ਸਾਨੂੰ ਸਮਾਨ ਚਾਹੀਦਾ ਕਿ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਸਾਨੂੰ ਸਾਡੇ ਕੋਲੇ ਸ਼ਾਰਟੇਜ ਹੈ ਅਸੀਂ ਉਦੋਂ ਤੱਕ ਸਾਰਾ ਸਾਥ ਦਿੱਤਾ ਜਿੱਥੇ ਸਰਕਾਰਾਂ ਨੂੰ ਵੀ ਲੋੜ ਹੈ ਅਸੀਂ ਇਹ ਨਹੀਂ ਰੱਖੇ ਕਿ ਕਿਹੜੀ ਸਰਕਾਰ ਹੈ ਜੇ ਨਾਰਥ-ਈਸਟ ਕੋਈ ਹੋਰ ਸਰਕਾਰ ਹੈ ਉਹਨਾਂ ਨੇ ਸਾਡੇ ਤੋਂ ਡਿਮਾਂਡ ਕੀਤੀ ਅਸੀਂ ਸਪੋਰਟ ਦਿੱਤਾ ਪੰਜਾਬ ਚ ਕਿਹੜੀ ਸਰਕਾਰ ਹੈ ਸਾਨੂੰ ਉਸ ਦੇ ਨਾਲ ਕੋਈ ਮੈਟਰ ਨਹੀਂ ਸਾਨੂੰ ਲੋਕਾਂ ਨਾਲ ਮੈਟਰ ਹੈ ਕਿ ਜਿਸ ਟਾਈਮ ਲੋਕਾਂ ਨੂੰ ਲੋੜ ਹੈ ਅਸੀਂ ਉੱਥੇ ਖੜੀਏ ਅਸੀਂ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਯਾਰ ਫਲਾਣੀ ਸਰਕਾਰ ਹੋएगी ਅਸੀਂ ਕੰਮ ਨਹੀਂ ਕਰਨਾ ਫਲਾਣੇ ਬੰਦੇ ਹੋਣਗੇ ਜਾਂ ਫਲਾਣੇ ਧਰਮ ਦੇ ਹੋਣਗੇ ਅਸੀਂ ਕੰਮ ਨਹੀਂ ਕਰਨਾ ਤੁਸੀਂ ਕੋਈ ਧਰਮ ਦਾ ਨਾਮ ਲਓ ਕੋਈ ਸਰਕਾਰ ਦਾ ਨਾਮ ਲਓ ਕਿੱਥੇ ਅਸੀਂ ਨਹੀਂ ਖੜੇ ਅਸੀਂ ਹਰ ਇੱਕ ਜਗ੍ਹਾ ਕੋਆਪਰੇਟਿਵ ਕੀਤਾ ਹੈ ਕਿ ਲੋਕਾਂ ਦਾ ਭਲਾ ਹੋਵੇ ਸਾਡੀ ਪ੍ਰਾਇੋਰਟੀ ਲੋਕਾਂ ਦਾ ਭਲਾ ਕਰਨਾ ਬਟ ਪਿਛਲੇ 10 ਸਾਲਾਂ ਤੋਂ ਕਵੋਸ਼ਨ ਮਾਰਕ ਕਿਉਂ ਚੱਲਦਾ ਆ ਰਿਹਾ ਕਦੋਂ ਇੱਕ ਕਲੀਨ ਚਿੱਟ ਮਿਲੇਗੀ ਕਿ ਯਾਰ ਖਾਲਸਾਡ ਕੌਣ ਆ ਅਮਰਪ੍ਰੀਤ ਸਿੰਘ ਕੀ ਕਰ ਰਿਹਾ ਹਰ ਵਾਰ ਕੁਐਸਚਨਿੰਗ ਅਮਰਪੀ ਤੂੰ ਪਾਇਲਟ ਦੀ ਟ੍ਰੇਨਿੰਗ ਛੱਡ ਕੇ ਤੂੰ ਖਾਲਸਾਡ ਕਿਉਂ ਸ਼ੁਰੂ ਕੀਤੀ ਪਾਇਲਟਾਂ ਦੀ ਤਨਖਾਹ ਹੀ ਬੜੀ ਹੁੰਦੀ ਹੈ ਮੈਂ ਕਿਹਾ ਮੇਰਾ ਇਹ ਪੈਸ਼ਨ ਸੀ ਮੇਰਾ ਸੇਵਾ ਕਰਨਾ ਮੈਨੂੰ ਇਸ ਚੋਂ ਸੈਟੀਸਫੈਕਸ਼ਨ ਮਿਲਦੀ ਹੈ ਮੇਰਾ ਦਿਲ ਕਰਦਾ ਸੇਵਾ ਕਰਨਾ ਇਸ ਚ ਕਿਸੇ ਨੂੰ ਕੁਐਸਚਨ ਕਿਉਂ ਹੋ ਸਕਦਾ ਬਟ ਹਰ ਇੱਕ ਵਾਰ ਤੂੰ ਤੁਹਾਨੂੰ ਇੱਕ ਕੁਐਸਚਨ ਮਾਰਕ ਦੇ ਨਜ਼ਰੀਏ ਨਾਲ ਦੇਖਣਾ ਹੁਣ ਤੁਸੀਂ ਜਰਨਲਿਜ਼ਮ ਕਰ ਰਹੇ ਹੋ ਭਾਜੀ ਤੁਸੀਂ ਜਰਨਲਿਜ਼ਮ ਕਰ ਰਹੇ ਹੋ ਚਾਹੇ ਤੁਹਾਨੂੰ ਰਾਤ ਹੋ ਗਈ 2 ਵਜੇ ਤੁਸੀਂ ਇੰਟਰਵਿਊ ਕਰਨ ਜਾਣਾ ਤੁਸੀਂ ਜਾਓਗੇ ਕਿਉਂਕਿ ਤੁਹਾਡਾ ਜज्ਬਾ ਹੈ ਅਸੀਂ ਅਗਰ 2 2 3 3 ਵਜੇ ਤੱਕ ਬਿਨਾਂ ਖਾਦੇ ਪੀਤੇ ਬਿਨਾਂ ਸੁੱਤੇ ਅਗਰ ਕੰਮ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਤਾਂ ਸਾਡੀ ਸੇਵਾ ਤੇ ਕੁਐਸਚਨ ਮਾਰ ਕਿਉਂ ਅਸੀਂ ਉਹ ਐਂਟੀ ਨੈਸ਼ਨਲ ਮਤਲਬ ਉਹਨਾਂ ਨੂੰ ਕਿਉਂ ਦਿਖ ਰਿਹਾ ਮਤਲਬ ਮੇਰੀ ਮੈਂ ਇਸ ਚੀਜ਼ ਤੋਂ ਬਹੁਤ ਹਰਟ ਹੁਣਾ ਕਿ ਸਾਡੇ ਨਾਲ ਇੱਕ ਪਾਸੇ ਅਸੀਂ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਪੋਲੀਟਿਸ਼ੀਅਨਸ ਇਹ ਗੱਲ ਕਹਿੰਦੇ ਆ ਪੰਜਾਬ ਦੇ ਵਿੱਚ ਘਰ ਨਸ਼ਾ ਹੈ ਯੂਥ ਬਾਹਰ ਨੂੰ ਭੱਜ ਰਿਹਾ ਹੈ ਬਾਹਰ ਵੱਲ ਮੂੰਹ ਕਰ ਰਿਹਾ ਹੈ ਤੇ ਸਾਡੇ ਖਾਲਸਾ ਏਡ ਦੇ ਨਾਲ ਤਾਂ ਸਾਨੂੰ ਐਸੀ ਚੀਜ਼ ਯੂਥ ਵੀ ਇੱਥੇ ਪੰਜਾਬ ਚ ਬੈਠਾ ਹੈ ਇੰਡੀਆ ਚ ਬੈਠਾ ਹੈ ਬਿਨਾ ਨਸ਼ੇ ਕੀਤੇ ਹੋਏ ਉਹ ਸੇਵਾ ਵੀ ਕਰ ਰਿਹਾ ਉਹ ਜੁੜ ਵੀ ਰਿਹਾ ਸਾਡੇ ਨਾਲ ਫਿਰ ਵੀ ਕੁਐਸਚਨ ਮਾਰ ਕਿਉਂ ਕਿ ਅਸੀਂ ਇਹ ਪੋਜ਼ਿਟਿਵ ਨੈਟਵਰਕ ਇਹ ਪੋਜ਼ਿਟਿਵ ਪਲੇਟਫਾਰਮ ਨਹੀਂ ਚਾਹੁੰਦੇ ਜੇ ਨਹੀਂ ਚਾਹੁੰਦੇ ਤਾਂ ਸਾਨੂੰ ਕਲੈਰਿਟੀ ਤਾਂ ਹੋਵੇ ਸੋ ਮਤਲਬ ਇਟ ਹਰਟਸ ਮਤਲਬ ਲਿਟਰਲੀ ਮਤਲਬ ਕਈ ਵਾਰ ਮਨ ਭਰਦਾ ਹੈ ਕਿ ਲਾਈਕ ਜਿਸ ਤਰੀਕੇ ਦੇ ਨਾਲ ਤੁਹਾਡੇ ਘਰਾਂ ਚ ਰੇਡ ਹੁੰਦੀ ਹੈ ਮੇਰਾ ਛੋਟਾ ਬੇਟਾ ਹੈ 4.5 ਸਾਲ ਦਾ ਮੇਰੇ ਮਦਰ ਫਾਦਰ ਨੇ ਅਸੀਂ ਇੱਕ ਪ੍ਰੋਫੈਸ਼ਨਲ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਮੇਰੀ ਸਿਸਟਰ ਡਾਕਟਰ ਹੈ ਮੈਂ ਪਾਇਲਟ ਦੀ ਟ੍ਰੇਨਿੰਗ ਕਰ ਰਿਹਾ ਹਾਂ ਮਤਲਬ ਲਾਈਕ ਯੂ نو ਸਟਾ ਬੈਕਗਰਾਉਂਡ ਨਹੀਂ ਕਿਸੇ ਚੀਜ਼ ਦੇ ਨਾਲ ਫਿਰ ਵੀ ਅਸੀਂ ਇੱਕ ਸੇਵਾ ਦੇ ਵਿੱਚ ਘਰ ਜੁੜੇ ਕਿ ਇਹ ਪਲੇਟਫਾਰਮ ਬਿਲਡ ਕਰਨਾ ਹੈ ਇਹ ਮੇਰਾ ਪੈਸ਼ਨ ਸੀਗਾ ਮੈਂ 10 ਸਾਲ ਪਹਿਲਾਂ ਇਹ ਚੀਜ਼ ਸੋਚੀ ਸੀ ਖਾਲਸਾਡ ਘਰ ਘਰ ਪਹੁੰਚਣੀ ਚਾਹੀਦੀ ਹੈ ਜਦੋਂ ਖਾਲਸਾਡ ਨੂੰ ਕੋਈ ਨਹੀਂ ਸੀ ਜਾਣਦਾ ਤੇ ਉਹਨੂੰ ਸੁੱਤੇ ਨੂੰ ਬੇਟੇ ਨੂੰ ਉਠਾ ਕੇ ਕਹਿੰਦੇ ਇਹਨੂੰ ਬਾਹਰ ਲੈ ਕੇ ਜਾਓ ਜਿੱਥੇ ਗੱਦੇ ਦੇ ਉਹ ਨੀਚੇ ਸੁੱਤੇ ਉਹ ਗੱਦਾ ਚੈ ਚਲੋ ਉਹਨਾਂ ਦਾ ਪ੍ਰੋਟੋਕਾਲ ਆ ਸੀ ਕੋਪਰੇਟ ਕੀਤਾ ਉਹਨੂੰ ਉਠਾਇਆ ਉਹਨੂੰ ਬਾਹਰਲੇ ਕਮਰੇ ਚ ਲੈ ਕੇ ਗਏ ਤੁਸੀਂ ਗੱਦੇ ਚੈੱਕ ਕਰ ਲਓ ਤੁਸੀਂ ਜੋ ਚੈੱਕ ਕਰਨਾ ਤੁਸੀਂ ਕਰੋ ਟੁੜਕ ਸਾਰਾ ਘਰ ਫੋਲੇ ਹਾਂਜੀ ਸਾਰਾ ਕੱਪੜੇ ਅਲਮਾਰੀਆਂ ਗੱਦੇ ਬੈੱਡ ఎవਰੀਥਿੰਗ ਰਸੋਈਆਂ ਸਾਰਾ ਕੁਝ ਕਿ ਇਹ ਜਾਕੀ ਲਬਰੇ ਇਸ ਮੈ ਲੋ ਕੁਝ ਕਿਹਾ ਉਹਨਾਂ ਨੇ ਤੁਹਾਨੂੰ ਵੀ ਤੁਹਾਡੇ ਕੋਲ ਕੁਝ ਵੀ ਨਹੀਂ ਮੈਂ ਪੁੱਛਿਆ ਮੈਂ ਕਿ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਤੁਹਾਨੂੰ ਤੁਸੀਂ ਲੱਭਣਾ ਕੀ ਚਾਹੁੰਦੇ ਹੋ ਨਹੀਂ ਥਿਸ ਇਜ਼ आवर ਪ੍ਰੋਟੋਕਾਲ ਅਸੀਂ ਸਰਚ ਕਰਨੀ ਹੈ ਸਾਡੇ ਕੋਲੇ ਆਰਡਰਸ ਨੇ ਸਰਚ ਕਰਨ ਦੇ ਜੋ ਸਰਚ ਕੀਤਾ ਉਹ ਕੁਝ ਲੈ ਕੇ ਗਏ ਤੁਹਾਡੇ ਘਰ ਚੋ ਨਹੀਂ ਕੁਝ ਹੈ ਹੀ ਨਹੀਂ ਸੀਗਾ ਕੁਝ ਲੈ ਕੇ ਕੀ ਜਾਣਾ ਸੀਗਾ ਜੀ ਮੋਬਾਈਲ ਸੀਗਾ ਜੀ ਬਸ ਮੋਬਾਈਲ ਲੈ ਕੇ ਗਏ ਡਾਕੂਮੈਂਟਸ ਡਾਕੂਮੈਂਟਸ ਵੀ ਮੇਰੇ ਘਰ ਚ ਕੋਈ ਡਾਕੂਮੈਂਟਸ ਨਹੀਂ ਸੀਗੇ ਉਸ ਤੋਂ ਬਾਅਦ ਮੇਰੇ ਘਰੇ ਇਨਵੈਸਟੀਗੇਸ਼ਨ ਦੇ ਦੌਰਾਨ ਕਹਿੰਦੇ ਅਸੀਂ ਆਫਿਸ ਵਿਜ਼ਿਟ ਕਰਨਾ ਉਹ ਆਫਿਸ ਦੇ ਵਿੱਚ ਘਰ ਆਏ ਆਫਿਸ ਦੇ ਵਿੱਚ ਘਰ ਸਾਰੇ ਪੇਪਰਸ ਵਰਕ ਜਿਹੜੇ ਜਿਹੜੇ ਹੁਣ ਆਫਿਸ ਚ ਅਸੀਂ ਫਲੱਡ ਆਇਆ ਹੋਇਆ ਸੀਗਾ ਕਹਿੰਦੇ ਇਹਨਾਂ ਮੈਸੀ ਕਿਉਂ ਆ ਮਗਾ ਸਾਡੇ ਫਲੱਡ ਆਇਆ ਹੋਇਆ ਹੈ ਉਰੇ 7-7 ਫੁੱਟ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਤਾਂ ਸੋਸ਼ੀਅਲੀ ਪਾਉਂਦੇ ਰਹਿੰਦੇ ਆ ਹਰ ਇੱਕ ਅਪਡੇਟ ਸੋ ਸਾਰੇ ਕਮਰੇ ਖੋਲ ਕੇ ਜੋ ਜੋ ਡਾਕੂਮੈਂਟਸ ਉਹਨਾਂ ਨੇ ਦੇਖਣੇ ਸੀਗੇ ਉਹਨਾਂ ਨੇ ਟਾਈਮ ਲਗਾਇਆ ਉਹਨਾਂ ਚੋਂ ਇੱਕ ਦੋ ਡਾਕੂਮੈਂਟਸ ਉਹਨਾਂ ਨੂੰ ਲੱਗੇ ਕਿ ਅਸੀਂ ਲੈ ਕੇ ਜਾਣਾ ਹੈ ਕਹਿੰਦੇ ਲੈ ਕੇ ਜਾਣਾ ਚਾਹੁੰਦੇ ਆ ਓਕੇ ਲੈ ਜਾਓ ਕੋਈ ਪ੍ਰੋਬਲਮ ਨਹੀਂ ਸਾਨੂੰ ਸਾਨੂੰ ਕਿਸ ਚੀਜ਼ ਦਾ ਲਕੂ ਹੈ ਕਿਹੜੇ ਡਾਕੂਮੈਂਟਸ ਸੀ ਉਹ ਕੋਈ ਸਾਡੇ ਜਿਵੇਂ ਹੁਣ ਸਾਡੇ ਸਟਾਫ ਕੰਮ ਕਰਦਾ ਇੱਥੇ ਸਾਡੇ ਕੋਲੇ ਕੁੜੀ ਕੰਮ ਕਰਦੀ ਹੈ ਉਹਦੀ ਡਾਇਰੀ ਸੀਗੀ ਡਾਇਰੀ ਦੇ ਵਿੱਚ ਕਰ ਜਿਵੇਂ ਟੂ-डू ਲਿਸਟ ਕਰਦੇ ਆ ਕੈਲੰਡਰ ਸੈੱਟ ਕਰਦੇ ਆ ਕਿ ਅੱਜ ਦੀ ਵਰਕਿੰਗ ਸਾਡੀ ਹੈ ਉਸ ਦੀ ਪੂਰੇ ਜਿਵੇਂ ਵਰਕਿੰਗ ਸਾਲ ਦੀ ਲਿਖੀ ਹੋਣੀ ਉਹਨਾਂ ਨੂੰ ਲੱਗੇ ਕਿ ਬਹੁਤ ਜ਼ਿਆਦਾ ਡਾਟਾ ਪੈਨਡਾਊਨ ਹੈ ਸੋ ਉਹ ਲੈ ਕੇ ਗਏ ਨੇ ਉਹ ਨਾਲ ਉਹਨਾਂ ਦੀ ਕਸਟਡੀ ਚ ਮੇਰਾ ਮੋਬਾਈਲ ਤੇ ਉਹ ਡਾਇਰੀ ਯਾ ਆ ਦੋ ਤਿੰਨ ਚੀਜ਼ਾਂ ਉਹਨਾਂ ਕੋਲ ਸੀ ਪੁੱਛਿਆ ਕਿ ਜਿਵੇਂ ਇੱਕ ਤਾਂ ਇਹ ਹੈ ਕਿ ਤਾਂ ਸਾਨੂੰ ਦਿਖ ਰਹੀ ਹੈਗੀ ਕਿ ਸਾਹਮਣੇ ਹੈ ਨਾ ਕੀ ਗੱਲ ਸਾਈਡ ਕੀ ਕਰਦੀ ਹੈ ਦੂਸਰਾ ਇੰਗਲੇ ਹੀ ਹੁੰਦਾਗਾ ਕਿ ਭਾਈ ਇਹਦੇ ਕੋਈ ਗੁਪਤ ਲਿੰਕ ਨੇ ਉਹ ਨੇਗੇ ਮੈਂ ਇਹਦੇ ਤੇ ਜ਼ਰੂਰ ਪੁੱਛਣਾ ਚਾਹਣਾ ਤੁਹਾਨੂੰ ਕਿ ਮਤਲਬ ਇਨਵੈਸਟੀਗੇਸ਼ਨ ਦਾ ਤਾਂ ਇਹੀ ਆ ਨਾ ਇੱਕ ਇਨਵੈਸਟੀਗੇਸ਼ਨ ਤਾਂ ਡਾਇਰੈਕਟ ਹੋਊਗੀ ਜੋ ਟੈਰਰ ਲਿੰਕ ਨਾਲ ਜਾਂ ਟੈਰਰ ਦੇ ਤੌਰ ਦੇ ਉੱਤੇ ਤੁਸੀਂ ਜਾਂ ਅਤਵਾਦ ਦੇ ਤੌਰ ਤੇ ਕਿਸੇ ਨੂੰ ਇਨਵੈਸਟੀਗੇਸ਼ਨ ਕਰਦੇ ਹੋ ਇੱਕ ਤਾਂ ਤੁਹਾਡੇ ਸਾਹਮਣੇ ਆ ਉਹ ਕੀ ਕਰ ਰਿਹਾਗਾ ਜੀ ਹਨ ਤੇ ਦੂਸਰਾ ਹੁੰਦਾਗਾ ਕਿ ਤੁਹਾਡੇ ਲਿੰਕ ਨੇ ਜਾਂ ਤੁਹਾਡਾ ਕੋਈ ਵਿਚਾਰ ਆਗਾ ਬਿਲਕੁਲ 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 ਤੁਸੀਂ ਇਸ ਗੱਲ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਵੀ ਲਿੰਕਾਂ ਤੇ ਕਦੇ ਕੋਈ ਤੁਹਾਡਾ ਮਤਲਬ ਜਿੰਨਾ ਮਰਜ਼ੀ ਇਨਵੈਸਟੀਗੇਸ਼ਨ ਕਰ ਲੈਣ ਜਾਂ ਵਿਚਾਰ ਦੇ ਲੈਵਲ ਦੇ ਉੱਤੇ ਵੀ ਤੁਹਾਡੀ ਕੋਈ ਰਾਜਨੀਤੀ ਨਹੀਂ ਆ ਤੁਸੀਂ ਸਿਰਫ ਇੱਕ ਸੇਵਾ ਦੀ ਐਨਜੀਓ ਸੇਵਾ ਲਈ ਚਲਾਉਂਦੇ ਹੋ ਭਾਜੀ ਸਿੰਪਲ ਜੀ ਗੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤਾ ਹੈ ਕਿ ਸਾਡੇ ਕੋਲੇ ਰਾਜਨੀਤਿਕ ਪਾਰਟੀਆਂ ਵੀ ਅਪਰੋਚ ਕਰਦੀਆਂ ਨੇ ਕਿ ਫਲਾਣੀ ਥਾਂ ਦੇ ਉੱਤੇ ਫਲਾਣੇ ਹਸਪਤਾਲ 'ਚ ਆ ਚੀਜ਼ ਦੀ ਲੋੜ ਹੈ ਕਿ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਇੱਕ ਰਾਜਨੀਤਿਕ ਪਾਰਟੀ ਨਹੀਂ ਹੈ ਬੜੀਆਂ ਰਾਜਨੀਤਿਕ ਵਾਟੀਆਂ ਅਪਰੋਚ ਕਰਦੀਆਂ ਕਿਉਂਕਿ ਉਹਨਾਂ ਨੇ ਸਿਸਟਮ ਚਲਾਉਣਾ ਹੈ ਉੱਥੇ ਜਿਨ੍ਹਾਂ ਨੂੰ ਐਨਜੀਓਜ਼ ਦੀ ਸਪੋਰਟ ਦੀ ਲੋੜ ਹੈ ਲੋਕਾਂ ਦੇ ਲਈ ਅਸੀਂ ਉੱਥੇ ਉਹਨਾਂ ਨੂੰ ਐਂਟਰਟੇਨ ਕਰਦੇ ਆਂ ਦੱਸੋ ਕੀ ਲੋੜ ਹੈ ਅਸੀਂ ਕਰਾਂਗੇ ਕੋਵਿਡ ਦੇ ਵੇਲੇ ਕੀ ਕੰਮ ਨਹੀਂ ਕੀਤਾ ਮੈਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਤੁਸੀਂ ਸਾਡੇ ਜਾਓ ਰਿਪੋਰਟਾਂ ਚੈੱਕ ਕਰੋ ਕਿੱਥੇ-ਕਿੱਥੇ ਕਿਹੜੇ-ਕਿਹੜੇ ਸਰਕਾਰੀ ਹਸਪਤਾਲਾਂ 'ਚ ਸਰਕਾਰੀ ਜਗਾਵਾਂ ਤੇ ਕੀ-ਕੀ ਅਸੀਂ ਦਿੱਤਾ ਕੀ ਲਗਾਇਆ ਸਾਰਾ ਕੁਝ ਸਾਹਮਣੇ ਆ ਪਰ ਜੇ ਤੁਸੀਂ ਵਿਚਾਰਾਂ ਦੀ ਗੱਲ ਕਰ ਰਹੇ ਹੋ ਵਿਚਾਰ ਮੈਂ ਕਿਵੇਂ ਦੱਸ ਸਕਦਾ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਮੈਂ ਆਪਣੇ ਵਿਚਾਰ ਦੱਸ ਰਿਹਾ ਤੁਸੀਂ ਮੇਰੇ ਤੋਂ ਪੁੱਛੋਗੇ ਦਿਸ ਇਜ਼ ਰਾਈਟ ਦਿਸ ਇਜ਼ ਰੋਂਗ ਮੈਂ ਦੱਸਾਂਗਾ ਕਿ ਹਾਂ ਮੇਰੀ ਨਜ਼ਰ 'ਚ ਰਾਈਟ ਹੈ ਇਹ ਰੋਂਗ ਹੈ ਕਿ ਤੁਸੀਂ ਬਰਟੇਨ ਦੇ ਅੰਦਰ ਜੋ ਹਮਲਾ ਹੋਇਆ ਜਾਂ ਉੱਥੇ ਤਰੰਗੇ ਦੀ ਜੋ ਬੀਤੀ ਤੁਸੀਂ ਉਹਦੇ ਖਿਲਾਫ ਹੋ 100% ਖਿਲਾਫ ਹਾਂ 100% ਓਪਨਲੀ ਖਿਲਾਫ ਹਾਂ ਇਸ ਚੀਜ਼ ਦੇ ਅਗਰ ਕਿਸੇ ਤਰੀਕੇ ਦੇ ਨਾਲ ਜਦੋਂ ਕੈਨੇਡਾ ਦੇ ਵਿੱਚਕਾਰ ਜਾਂ ਯੂ ਐਸ ਏ ਦੇ ਵਿੱਚਕਾਰ ਯੂ ਕੇ ਦੇ ਵਿੱਚਕਾਰ ਜਦੋਂ ਵੀ ਵਿਸਾਖੀ ਮਨਾਈ ਜਾਂਦੀ ਹੈ ਉੱਥੇ ਉਸ ਦੇਸ਼ ਦਾ ਝੰਡਾ ਨਾਲ ਲੜਾ ਰਿਹਾ ਉਸੇ ਨਾਲ ਉੱਥੇ ਆਪਣਾ ਸਿੰਘਾਂ ਦਾ ਵੀ ਝੰਡਾ ਸਾਡਾ ਖਾਲਸਾ ਨਿਸ਼ਾਨ ਵੀ ਉੱਪਰ ਜਾਂਦਾ ਤੇ ਉਹ ਪ੍ਰਾਊਡ ਫੀਲ ਕਰਦੇ ਨੇ ਤੇ ਅਗਰ ਇੰਡੀਆ ਦੇ ਵਿੱਚ ਘਾਰ ਮਤਲਬ ਇੰਡੀਆ ਦਾ ਝੰਡਾ ਕਿਸੇ ਹੋਰ ਦੇਸ਼ 'ਚ ਉਹ ਨੂੰ ਮਤਲਬ ਉਸ ਦੀ ਇਨਸਲਟ ਕਰ ਰਹੇ ਨੇ ਤੇ ਅਸੀਂ ਅਸੀਂ ਜਵਾਬ ਦੇਈਆਂ ਨਾ ਇੱਥੇ ਕਿਉਂਕਿ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਅਸੀਂ ਇੰਡੀਅਨ ਸਿਟੀਜ਼ਨ ਆ ਅਸੀਂ ਇੱਥੇ ਦੇ ਨਾਗਰਿਕ ਆ ਸਾਡੇ ਪਾਸਪੋਰਟ ਇੰਡੀਅਨਸ ਨੇ ਤੇ ਕਿਉਂ ਸਾਰਿਆਂ ਨੂੰ ਫੀਲ ਹੋ ਰਿਹਾ ਤੁਸੀਂ ਕਿਸੇ ਵੀ ਕਿਸੇ ਨਾਲ ਗੱਲ ਕਰਕੇ ਦੇਖੋ ਜਿਹੜਾ ਐਕਚੁਅਲ ਚ ਇੱਕ ਨਿਊਟਰਲ ਬੰਦਾ ਹੋਏਗਾ ਵਿਦਾਊਟ ਕਿਸੇ ਦਾ ਕੋਈ ਏਜੰਡਾ ਨਹੀਂ ਹੋਏਗਾ ਤੇ ਉਹ ਤੁਹਾਡੇ ਨਾਲ ਕੱਲਿਆਂ ਚ ਭਾਵੇਂ ਮਤਲਬ ਔਨ ਕੈਮਰਾ ਨਾ ਗੱਲ ਕਰੇ ਬਟ ਕੱਲਿਆਂ ਚ ਕਹੇਗਾ ਵੀ ਗਲਤ ਹੋਇਆ ਬਟ ਮੈਂ ਤਾਂ ਓਪਨਲੀ ਕਹਿਣਾ ਮੇਰੇ ਕੋਲੇ ਉਸ ਟਾਈਮ ਵੀ ਜਦੋਂ ਇਹ ਚੀਜ਼ ਹੋਈ ਆ ਉਸ ਤੋਂ ਬਾਅਦ ਮੇਰੇ ਘਰੇ ਆਈ ਵੀ ਆਈ ਸੀ ਉਹਨਾਂ ਨੇ ਮੇਰੇ ਤੋਂ ਇਹ ਸਵਾਲ ਕੀਤੇ ਸੀ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਦੱਸੋ ਕਿੰਨੇ ਤੁਸੀਂ ਪਬਲੀਕਲੀ ਪਾ ਦੋ ਮੈਂ ਕਿਹਾ ਪਬਲੀਕਲੀ ਤੁਸੀਂ ਮੇਰੇ ਤੋਂ ਪੁੱਛ ਰਿਹਾ ਜੀ ਤੁਸੀਂ ਮੇਰੇ ਤੋਂ ਪਬਲੀਕਲੀ ਪਲੇਟਫਾਰਮ ਤੇ ਪੁੱਛ ਮਤੋਂ ਦੱਸ ਤਾਂ ਮੈਂ ਮੈਨੂੰ ਨਹੀਂ ਚੰਗਾ ਲੱਗਿਆ ਉਹ ਚੀਜ਼ ਹੂੰ ਹੂੰ ਉਸ ਚੀਜ਼ ਦੇ ਨਾਲ ਤੁਸੀਂ ਇਹ ਦੇਖੋ ਕਿ ਅਗਰ ਲੱਖਾਂ ਸਿੱਖਾਂ ਦੀ ਲੱਖਾਂ ਲੋਕਾਂ ਦੀ ਲੱਖਾਂ ਪੰਜਾਬੀਆਂ ਦੀ ਲੱਖਾਂ ਭਾਰਤੀਆਂ ਦੀ ਸੇਵਾ ਚੱਲ ਰਹੀ ਹੈ ਸਿਰਫ ਇੱਕ ਇਨਸੀਡੈਂਟ ਦੇ ਕਰਕੇ ਅਗਰ ਉਹ ਸੇਵਾ ਨੂੰ ਇਫੈਕਟ ਕਰ ਰਿਹਾ ਕਿ ਅਸੀਂ ਉਸ ਨੂੰ ਜਸਟੀਫਾਈ ਕਰ ਸਕਦੇ ਹਾਂ ਮੈਂ ਨਹੀਂ ਕਰ ਸਕਦਾ ਜਸਟੀਫਾਈ ਮੇਰੀ ਥਿੰਕਿੰਗ ਇਸ ਤਰੀਕੇ ਦੀ ਹੈ ਮੈਂ ਜਸਟੀਫਾਈ ਨਹੀਂ ਕਰ ਸਕਦਾ ਕਿ ਕਿਸੇ ਦੇ ਇੱਕ ਐਕਸ਼ਨ ਕਰਕੇ ਪੂਰੀ ਸੇਵਾ ਕੁਐਸਚਨ ਮਾਰਕ ਚ ਹੋਵੇ ਸਾਡੇ ਕੋਲੇ ਹਜ਼ਾਰਾਂ ਵੋਲੰਟੀਅਰ ਕੰਮ ਕਰ ਰਹੇ ਨੇ ਇਸ ਟਾਈਮ ਵੀ ਪੰਜਾਬ ਹਰਿਆਣਾ ਚ ਜੋ ਪ੍ਰੋਜੈਕਟ ਚੱਲ ਰਿਹਾ ਹੈ ਖੜਾ ਦਾ 450 ਵੋਲੰਟੀਅਰ ਕੰਮ ਕਰ ਰਹੇ ਤੇ ਕੱਲ ਦੀ ਰੇਟ ਦੇ ਕਰਕੇ ਹਰ ਇੱਕ ਬੰਦਾ ਦਹਿਸ਼ਤ ਚ ਆ ਜਾਂਦਾ ਹਰ ਇੱਕ ਬੰਦਾ ਕੁਐਸਚਨ ਮਾਰਕ ਚ ਆ ਜਾਂਦਾ ਹਰ ਇੱਕ ਬੰਦਾ ਉਹਨਾਂ ਦਾ ਮੋਰਲ ਡਾਊਨ ਹੁੰਦਾ ਤੇ ਸਾਡੀ ਰਿਸਪੌਂਸਿਬਿਲਟੀ ਦਾ ਜੋੜਨ ਦੀ ਹੈ ਜਾਂ ਤੋੜਨ ਦੀ ਹੈ ਜਾਂ ਜਿਹੜੀਆਂ ਏਜੰਸੀਜ਼ ਇੱਕ ਸਿਸਟਮ ਨੂੰ ਪ੍ਰੋਟੈਕਟ ਕਰਨ ਦੇ ਲਈ ਬਣੀਆਂ ਐ ਜਿਹੜੀਆਂ ਏਜੰਸੀਜ਼ ਗਲਤ ਕੰਮ ਰੋਕਣ ਨੂੰ ਬਣੀਆਂ ਐ ਉਹ ਇਹ ਚੀਜ਼ ਦਾ ਵੀ ਖਿਆਲ ਰੱਖਣ ਕਿ ਜਿਹੜੇ ਲੋਕ ਚੰਗੇ ਕੰਮ ਨੂੰ ਜੁੜਨਾ ਚਾ ਰਹੇ ਨੇ ਤੁਸੀਂ ਸਟਰੈਂਥਨ ਕਰੋ ਉਸ ਚੀਜ਼ ਨੂੰ ਤੁਸੀਂ ਉਸ ਚੀਜ਼ ਨੂੰ ਵੀਕ ਨਾ ਕਰੋ ਕਿਉਂਕਿ ਮੈਂ ਇਸ ਕਰਕੇ ਪੁੱਛਿਆ ਸੀ ਰੇਡ ਸਿਰਫ ਉਸ ਕਰਕੇ ਹੋਈ ਹੈ ਦੇਖੋ ਜਿਹਨੀਆਂ ਰੇਡਾਂ 36 ਥਾਵਾਂ ਦੇ ਉੱਤੇ ਰੇਡ ਹੋਈ ਹੈ ਪੰਜਾਬ ਤੇ ਉਸ ਦਾ ਕਾਰਨ ਇੱਕੋ ਹੀ ਹੈ ਤਾਂ ਉੱਥੇ ਤੁਹਾਡੇ ਕੋਈ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਤਾਂ ਉਹਨੂੰ ਕੰਡੈਮ ਕਰਦੇ ਹੋਗੇ ਤੁਸੀਂ ਕਹਿੰਦੇ ਉਹ ਗਲਤ ਹੋਇਆ ਚਾਹੇ ਭਾਰਤ ਦੇ ਤਿਰੰਗੇ ਝੰਡੇ ਨਾਲ ਜੋ ਹੋਇਆ ਹੋਵੇ ਜਾਂ ਭਾਰਤੀ ਦੂਤਾਂਵਾਸ ਦੇ ਨਾਲ ਜੋ ਗੱਲ ਹੋਈ ਫਿਰ ਵੀ ਮੈਂ ਤਾਂ ਹੀ ਪੁੱਛ ਰਿਹਾਗਾ ਫਿਰ ਵੀ ਤੁਸੀਂ ਅੰਡਰ ਸਕੈਨਰ ਕਿਉਂ ਹੋਗੇ ਫਿਰ ਵੀ ਕਿਉਂ ਲੱਗਦਾ ਕੋਈ ਕੋਈ ਲਿੰਕ ਆ ਜਾਂ ਤੁਸੀਂ ਕਿਹਾ ਵੀ ਖੰਡੇ ਨਾਲ ਤੁਹਾਡੀ ਇੱਕ ਵਾਰ ਗੱਲ ਹੋਈ ਹੈਗੀ ਉਹ ਵੀ ਸਿੰਪਲ ਕੋਈ ਗੱਲਬਾਤ ਹੈਗੀ ਉਸ ਸਿੰਪਲ ਗੱਲਬਾਤ ਨਹੀਂ ਮਤਲਬ ਜਦੋਂ ਔਨ ਰਿਕਾਰਡ ਹੈ ਆਈਬੀ ਨੇ ਜਦੋਂ ਮੇਰੇ ਘਰੇ ਰੀਚ ਆਊਟ ਕੀਤਾ ਜਦੋਂ ਅਮਰਿਤਪਾਲ ਸਿੰਘ ਵਾਲਾ ਇਸ਼ੂ ਚੱਲ ਰਿਹਾ ਸੀਗਾ ਤੇ ਉਹਨਾਂ ਨੇ ਸਰਚ ਕੀਤਾ ਜਦੋਂ ਨੰਬਰ ਕਹਿੰਦੇ ਖੰਡੇ ਨਾਲ ਦੇਖੋ ਤੁਹਾਡੀ ਚੈਟ ਹੈ ਮੈਂ ਕਿਹਾ ਪੜ ਲਓ ਚੈਟ ਕੀ ਹੈ ਹੀ ਸੈਂਟ ਮੀ ਦਾ ਕੇਸ ਕਿ ਆ ਮੈਡੀਕਲ ਕੇਸ ਹੈ ਕਿਸੇ ਫਲਾਣਾ ਪੇਸ਼ੈਂਟ ਹੈ ਕੋਈ ਉਹਨੂੰ ਸਪੋਰਟ ਦੀ ਲੋੜ ਹੈ ਕਿ ਤੁਸੀਂ ਸਪੋਰਟ ਕਰ ਸਕਦੇ ਹੋ ਕਿਉਂਕਿ ਉਹ ਜਰਨਲਿਸਟ ਜਰਨਲਿਸਟ ਸੀਗਾ ਉੱਥੇ ਚੈਨਲ ਚਲਾਉਂਦਾ ਸੀਗਾ ਉਹਨੇ ਮੇਰੀ ਇੰਟਰਵਿਊ ਕੀਤੀ ਹੋਈ ਆਨਲਾਈਨ ਤੇ ਜਿੰਨਾ ਕਿ ਸਾਡਾ ਮਤਲਬ ਉਸ ਤਰੀਕੇ ਨਾਲ ਸਾਡਾ ਵਾਹ ਵਾਸਤਾ ਸੀਗਾ ਉਸ ਤਰੀਕੇ ਨਾਲ ਮੈਂ ਉਹਨੂੰ ਐਂਟਰਟੇਨ ਕੀਤਾ ਹੋਇਆ ਮੈਂ ਕੋਈ ਜਾਂਤੇ ਉਹਦਾ ਕੋਈ ਮੈਸੇਜ ਆਇਆ ਹੋਵੇ ਨਾਲ ਨਾਲ ਡਿਲੀਟ ਕੀਤਾ ਹੋਵੇ ਤਾਂ ਤਾਂ ਮੈਂ ਸ਼ੱਕ ਦੇ ਘੇਰੇ ਚਾਹਨਾ ਮੈਨੂੰ ਕਹਿੰਦੇ ਤੁਸੀਂ ਵਟਸਐਪ ਆ ਤੁਹਾਡੇ ਕੋਲੇ ਦੋ ਤਿੰਨ ਸੌਫਟਵੇਅਰ ਦੇ ਨਾਮ ਲਿੱਤੇ ਉਹ ਸੌਫਟਵੇਅਰ ਤੇ ਕਿਉਂ ਨਹੀਂ ਚੈਟ ਤੁਸੀਂ ਕਰਦੇ ਮੈਂ ਕਿ ਮੈਨੂੰ ਲੁਕੋ ਕੀ ਹੈ ਮੈਂ ਕਿਉਂ ਇਹੋ ਜੇ ਸੌਫਟਵੇਅਰ ਡਾਊਨਲੋਡ ਕਰਕੇ ਚੈਟ ਕਰਾਂ ਜਿਵੇਂ ਕਿ ਕਿਹੜੇ ਸੌਫਟਵੇਅਰ ਮਤਲਬ ਲਾਈਕ ਤੁਸੀਂ ਟੈਲੀਗ੍ਰਾਮ ਕਿਉਂ ਨਹੀਂ ਕੀਤਾ ਹੋਇਆ ਜਾਂ ਮਤਲਬ ਜਿਹੜੇ ਕੰਪਰੋਮਾਈਜ਼ ਨਹੀਂ ਹੋ ਸਕਦੇ ਹੋਣਗੇ ਮੈਂ ਕਿ ਮੇਰਾ ਆ WhatsApp ਹੈ ਮੇਰੇ WhatsApp 2000 ਮੈਸੇਜ ਅਨਰੀਡ ਹੈ ਕਿਉਂਕਿ ਮੇਰਾ ਨੰਬਰ ਪਬਲਿਕ ਹੈ ਲੋਕੀ ਮੈਨੂੰ ਰੀਚ ਆਊਟ ਕਰਦੇ ਆ ਖਾਲਸਾਈਡ ਕਰਕੇ ਤੇ ਮੈਂ ਉਹਨਾਂ ਕੋ ਐਕਸੈਸਿਬਲ ਹੈਗਾ ਕਿ ਕੋਈ ਵੀ ਮੈਨੂੰ ਕੰਟੈਕਟ ਕਰ ਸਕਦਾ ਤੇ ਮੇਰੇ ਕੋਲ ਤਾਂ ਇਸ ਤੋਂ ਵੇਲ ਨਹੀਂ ਮੈਨੂੰ ਦੂਜੇ-ਦੂਜੇ ਜਗ੍ਹਾ ਤੇ ਚੈਟ ਕਰਨ ਦੀ ਕੀ ਲੋੜ ਆ ਬਟ ਸਟਿਲ ਅਸੀਂ ਫਿਰ ਵੀ ਕੋਆਪਰੇਟ ਕਰ ਰਹੇ ਹਾਂ ਘਰ ਆਏ ਨੇ ਜੀ ਕੋਈ ਗੱਲ ਨਹੀਂ ਤੁਸੀਂ ਜੋ ਚੀਜ਼ ਚੈੱਕ ਕਰਨੀ ਹੈ ਕਰ ਲਓ ਘਰ ਦਾ ਉਥਲ-ਪੁਥਲ ਕਰ ਚੁੱਕਿਆ ਕੱਲ ਸ਼ਾਮ ਤੱਕ ਸਰ ਮੇਰੇ ਪੇਰੈਂਟਸ ਮੇਰੀ ਵਾਈਫ ਸਾਰੇ ਉਹ ਘਰ ਹੀ ਸੰਭਾਲਦੇ ਰਹਿਗੇ ਸੋ ਬਟ ਤਾਂ ਵੀ ਅਸੀਂ ਕੋਆਪਰੇਟ ਕਰਦੇ ਹਾਂ ਬਟ ਮੈਂ ਇਹ ਚੀਜ਼ ਚਾਹੁੰਦਾ ਕਿ ਹਰ ਇੱਕ ਚੀਜ਼ 'ਚ ਡਾਇਰੈਕਟ ਡਿਬੇਟ ਵੀ ਹੋ ਜਣੀ ਚਾਹੀਦੀ ਹੈ ਡਾਇਰੈਕਟ ਕੁਐਸਚਨਿੰਗ ਹੋਵੇ ਕਿ ਤੁਹਾਡਾ ਥਾਟ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਉਹ ਆ ਕੇ ਪੁੱਛਦੇ ਕਿ ਤੁਹਾਡੇ ਘਰੇ ਆ ਚੀਜ਼ ਹੈਗੀ ਐ ਮੈਂ ਮਨਾਂ ਕਰਦਾ ਤੇ ਉਹ ਲੱਭ ਜਾਂਦੀ ਫਿਰ ਤਾਂ ਗੱਲ ਹੈਗੀ ਐ ਜਿਵੇਂ ਤੁਹਾਡਾ ਵਿਚਾਰ ਤਾਂ ਖਾਲਸਾ ਏਡਾ ਤੁਸੀਂ ਕਹਿੰਦੇ ਤੁਹਾਡਾ ਇਹੀ ਵਿਚਾਰ ਆ ਕਿ ਸਾਰੀ ਹਿਊਮਨ ਰੇਸ ਆ ਜਿਹੜੀ ਉਹ ਹੋਲ ਐ ਭਾਜੀ ਖਾਲਸਾ ਏਡਾ ਵਿਚਾਰ ਤੇ ਖਾਲਸਾ ਏਡ ਦੀ ਐਡਾਲੋਜੀ ਤੇ ਸਾਡਾ ਏਮ ਇਹੀ ਐ ਕਿ ਅਸੀਂ ਕਿਸੇ ਵੀ ਧਰਮ ਨੂੰ ਕਿਸੇ ਵੀ ਕਿਸੇ ਨਾਲ ਵਿਤਕਰਾ ਕੀਤੇ ਬਿਨਾ ਅਸੀਂ ਸੇਵਾ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਤੇ ਇਹੀ ਏਮ ਦੇ ਵੱਲ ਅਸੀਂ ਦਿਨੋ ਦਿਨ ਵੱਧ ਰਹੇ ਹਾਂ ਬਾਕੀ ਸੰਵਿਧਾਨ ਨੂੰ ਤੁਸੀਂ ਮੰਨਣ ਵਾਲੇ ਲੋਕ ਹੋ ਪਾਜੀ ਖਾਲਸਾ ਇਡ ਰਜਿਸਟਰਡ ਹੈ ਇੰਡੀਆ ਦੇ ਵਿੱਚਕਾਰ ਇੰਡੀਆ ਦੇ ਵਿੱਚਕਾਰ ਟਰਸਟ ਹੈ ਇੰਡੀਆ ਦੇ ਗਵਰਨਮੈਂਟ ਤੋਂ ਅਸੀਂ ਪਰਮਿਸ਼ਨਸ ਲੈ ਕੇ ਕੰਮ ਕਰਦੇ ਆਂ ਉਹਨਾਂ ਨੂੰ ਰਿਪੋਰਟਾਂ ਸਬਮਿਟ ਹੁੰਦੀਆਂ ਹਰ ਸਾਲ ਅਸੀਂ ਅਸੀਂ ਨਾ ਆਈਟੀਆਰ ਫਿਲ ਹੁੰਦੀ ਹੈ ਉਹਨਾਂ ਕੋਲੇ ਜਾਂਦਾ ਹੈ ਕਿ ਕੀ ਤੁਹਾਡਾ ਇਨਕਮ ਆਈ ਹੈ ਕੀ ਤੁਸੀਂ ਸਪੈਂਡਿੰਗ ਕੀਤੀ ਹੈ ਕਿੱਥੋਂ ਡੋਨੇਸ਼ਨ ਆਈ ਹੈ ਤੁਹਾਡੇ ਡੋਨਰਸ ਕੋਣ ਨੇ ਤੁਸੀਂ ਸਮਾਨ ਕਿਸ ਤੋਂ ਲਿੱਤਾ ਇਹ ਈਚ ਐਂਡ ਐਵਰੀ ਮਾਈਨੂਟ ਡਿਟੇਲਸ ਉਹਨਾਂ ਕੋਲੇ ਜਾ ਰਹੀਆਂ ਨੇ ਅਸੀਂ ਰਜਿਸਟਰਡ ਆ ਉਹਨਾਂ ਦੇ ਨਾਲ ਅਗਰ ਅਸੀਂ ਰਜਿਸਟਰਡ ਨਾ ਹੁੰਦੇ ਤਾਂ ਤੁਸੀਂ ਮੇਰੇ ਤੋਂ ਸਵਾਲ ਕਰੋਗੇ ਕਿ ਤੁਹਾਨੂੰ ਡੋਨੇਸ਼ਨ ਕਿੱਥੋਂ ਆਉਂਦੀਆਂ ਜੀ ਤੁਹਾਡਾ ਡੋਨਰ ਕੌਣ ਹੈ ਜੀ ਤੁਸੀਂ ਸਪੈਂਡਿੰਗ ਕਿੱਥੇ ਕਰਦੇ ਹੋ ਕਿ ਇਹਨਾਂ ਨੂੰ ਏਡ ਜਾਂਦੀ ਹੈ ਕਿ ਇਹੋ ਜਿਹਿਆਂ ਨੂੰ ਤਾਂ ਨਹੀਂ ਏਡ ਜਾਂਦੀ ਜਿਹੜੇ ਐਂਟੀ ਨੈਸ਼ਨਲ ਹੋਣ ਮੈਂ ਤਾਂ ਕਹਿੰਦਾ ਸਾਡਾ ਤਾਂ ਟਰਾਂਸਪੇਰੈਂਟ ਪੇਅਰ ਸਿਸਟਮ ਔਰ ਇਹ ਨਹੀਂ ਵੀ ਪਹਿਲੇ ਪਹਿਲੇ ਸਾਲ ਤੋਂ ਰਜਿਸਟਰਡ ਹੋ ਕੇ ਤੁਹਾਡੀ ਲਾਇਬਿਲਟੀ ਬਣਦੀ ਕਿ ਤੁਸੀਂ ਗਵਰਨਮੈਂਟ ਨੂੰ ਰਿਕਾਰਡ ਦੇਣਾ ਅਸਟਾ ਰਿਕਾਰਡ ਸਬਮਿਟ ਕਰਦੇ ਆਏ ਹਾਂ ਤਾਂ ਤੁਸੀਂ ਨਾ ਰਜਿਸਟਰਡ ਹੋ ਐਜ਼ ਅ ਐਂਟੀ ਰਜਿਸਟਰਡ ਹੋ ਐਜ਼ ਅ ਟਰਸਟ ਰਜਿਸਟਰਡ ਆ ਐਜ਼ ਅ ਟਰਸਟ ਰਜਿਸਟਰਡ ਹਾਂਜੀ ਹਾਂਜੀ ਪੂਰੀ ਦੁਨੀਆ ਚ ਵੀ ਤੇ ਇੱਥੇ ਵੀ ਨਹੀਂ ਇੰਡੀਆ ਚ ਮੈਂ ਇੰਡੀਆ ਦੀ ਗੱਲ ਕਰਦਾ ਬਾਕੀ ਥਾਵਾਂ ਦੇ ਅਲੱਗ-ਅਲੱਗ ਚੈਪਟਰਸ ਨੇ ਜੀ ਉਹਨਾਂ ਦਾ ਅਲੱਗ-ਅਲੱਗ ਐਂਟੀਟੀ ਉਹਨਾਂ ਦਾ ਅਲੱਗ-ਅਲੱਗ ਰਜਿਸਟਰਡ ਉਹਨਾਂ ਦੇ ਕਾਨੂੰਨ ਦੇ ਹਿਸਾਬ ਸੇ ਉਹ ਰਨ ਕਰ ਰਹੇ ਨੇ ਬਟ ਮੈਂ ਇੱਥੇ ਰਨ ਕਰ ਰਿਹਾ ਤੇ ਮੈਨੂੰ ਇੱਥੇ ਦੇ ਸਿਸਟਮ ਦੇ ਬਾਰੇ ਮੈਂ ਹਰ ਇੱਕ ਚੀਜ਼ ਤੁਹਾਨੂੰ ਡਿਟੇਲ ਚ ਦੱਸ ਸਕਦਾ ਐਫਸੀਆਰਏ ਤੁਸੀਂ ਨਹੀਂ ਅਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਜੀ ਐਫਸੀਆਰਏ ਕਦੇ ਵੀ ਕੋਈ ਰੋਲਾ ਤਾਂ ਹੀ ਪੈਂਦਾ ਨਾ ਵਿਦੇਸ਼ੀ ਫੰਡਿੰਗ ਦਾ ਹੀ ਰੋਲਾ ਪੈਂਦਾ ਮੇਨ ਤਾਂ ਵੀ ਬਾਹਰੋਂ ਪੈਸਾ ਜੰਦੇਗਾ ਉਹ ਲੋਕ ਤੁਹਾਨੂੰ ਬੋਧਾ 17 ਵਾਲੀ ਆਮ ਆਦਮੀ ਪਾਰਟੀ ਨੂੰ ਆਗੇ ਇਹਨੂੰ ਆਗੇ ਆਮ ਹੀ ਚੱਲਦਾ ਹੁੰਦਾ ਹੈ ਗਾ ਬਾਹਰੋਂ ਪੈਸਾ ਆ ਗਿਆ ਬਿਲਕੁਲ ਅਸੀਂ ਉਹ ਕੰਪਲਿਕੀਸ਼ਨ ਚ ਪੈਸਾ ਲੈਂਦੀ ਨਹੀਂ ਅਸੀਂ ਕੰਪਲਿਕੀਸ਼ਨ ਚ ਪਹਿਲੇ ਦਿਨ ਤੋਂ ਹੀ ਨਹੀਂ ਪਏ ਅਸੀਂ ਐਫਸੀਆਰਏ ਅਪਲਾਈ ਕਰ ਸਕਦੇ ਹਾਂ ਕੀ ਪਤਾ ਮਿਲ ਵੀ ਜਾਵੇ ਕੀ ਪਤਾ ਰੈਸਟ੍ਰਿਕਸ਼ਨ ਵੀ ਲੱਗ ਜਾਏ ਬਟ ਸਟਿਲ ਅਸੀਂ ਹਜੇ ਤੱਕ ਅਜੇ ਤੱਕ ਐਫਸੀਆਰਏ ਸਾਡੇ ਕੋਲੇ ਨਹੀਂ ਸੀ ਤੇ ਨਹੀਂ ਅਸੀਂ ਲੇਤਾ ਅੱਜ ਤੱਕ ਤੁਹਾਡਾ ਤਰੀਕਾ ਮੈਂ ਜੇ ਪੁੱਛਾਂ ਕਿ ਖਾਲਸਾ ਇੰਡੀਆ ਹੂੰ ਹੂੰ ਕਿੰਨੇ ਅਪਲਏ ਨੇ ਕਿੰਨੇ ਵਲੰਟੀ ਵਲੰਟੀਅਰ ਦਾ ਚਲੋ ਬਦਲਦੇ ਰਹਿੰਦੇ ਹੁਣ ਵਲੰਟੀਅਰ ਦਾ ਕੋਈ ਵੀ ਆ ਜਾਂਦਾ ਜੀ 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 ਬਿਲਕੁਲ ਸੇਵਾ ਕਰਨ ਵਾਲੇ ਅਸੀਂ ਅੰਦੋਲਨ ਚ ਖੁਦ ਦੇਖਿਆ ਤੁਹਾਨੂੰ ਸੇਵਾ ਕਰਦੇ ਸੀ ਕਿੰਨੇ ਬੰਦੇ ਅਸੀਂ ਦੇਖਦੇ ਸੀ ਰੋਜ਼ ਨਵਾਂ ਹਾਂਜੀ ਹਾਂਜੀ ਕੋਈ ਨਾ ਕੋਈ ਚੱਲਦਾ ਸਾਰੇ ਮੁੰਡੇ ਪੰਜਾਬ ਦੇ ਤੁਹਾਡਾ ਸੇਵਾ ਕਰਦੇ ਸੀ ਬੀਬੀਆਂ ਸੇਵਾ ਕਰਦੀਆਂ ਸੀ ਪਰ ਤੁਹਾਡਾ ਸਟਰਕਚਰ ਕੀ ਹੈਗਾ ਸਟਰਕਚਰ ਭਾਜੀ ਸਾਡਾ ਜਿਵੇਂ ਟਰਸਟ ਬੋਰਡ ਹੈ ਬੋਰਡ ਮੈਂਬਰਸ ਹੁੰਦੇ ਨੇ ਬੋਰਡ ਮੈਂਬਰਸ ਤੋਂ ਬਾਅਦ ਸਾਡਾ ਸਟਾਫ ਹੈ ਸੋ ਆਰਾਊਂਡ ਸਾਡੇ ਕੋਲੇ 80 ਦੇ ਕਰੀਬ 80 85 ਦੇ ਕਰੀਬ ਸਾਡੇ ਸੈਲਰੀਟ ਨੇ ਸੈਲਰੀਟ ਬੰਦੇ ਨੇ ਜਿਹੜੇ 80 85 ਬੰਦੇ ਨੇ ਉਹ ਸਾਰੇ ਪਟਿਆਲੇ 'ਚ ਨੇ ਨਹੀਂ ਜੀ ਨਹੀਂ ਅਲੱਗ-ਅਲੱਗ ਜਿਵੇਂ ਸਾਡਾ ਸਕੂਲ ਚੱਲਦਾ ਸੰਗਰੂਰ ਦੇ ਵਿੱਚ ਘਰ ਸਕੂਲ 'ਚ ਸਾਰਾ ਸਟਾਫ ਹੈ ਆਫਿਸ ਦੇ ਵਿੱਚ ਘਰ 15 17 ਜਣੇ ਆਫਿਸ ਦੇ ਵਿੱਚ ਘਰ ਨੇ ਕੁਝ ਸਾਡੇ ਵੇਅਰ ਹਾਊਸ 'ਚ ਕੰਮ ਕਰਦੇ ਨੇ ਜੰਮੂ ਦੇ ਵਿੱਚ ਘਰ ਸਾਡੇ ਇੱਕ ਹਸਪੀਟਲ ਚੱਲ ਰਿਹਾ ਉੱਥੇ ਬੰਦੇ ਨੇ ਉਹ ਸਾਡੇ ਈਵਨਿੰਗ ਦੇ ਵਿੱਚ ਘਰ ਟਿਊਸ਼ਨ ਸੈਂਟਰਸ ਚੱਲਦੇ ਨੇ ਪਿੰਡਾਂ ਦੇ ਵਿੱਚ ਘਰ ਸਪੈਸ਼ਲੀ ਜਿਹੜੇ ਬਾਰਡਰ ਏਰੀਆਜ਼ ਨੇ ਉੱਥੇ ਐਜੂਕੇਸ਼ਨ ਦਾ ਪ੍ਰੋਜੈਕਟ ਚੱਲਦਾ ਉੱਥੇ ਟੀਚਰ ਸਾਰੇ ਉਹ ਸੈਲਰੀਡ ਨੇ ਸੋ ਇਦਾਂ ਜਿਹੜੇ ਸਾਡੇ ਜਿਹੜੇ ਪਰਮਨੈਂਟ ਪ੍ਰੋਜੈਕਟਸ ਨੇ ਇਹ ਤਾਂ ਡਿਜ਼ਾਸਟਰ ਹੈ ਜਾਂ ਕੋਈ ਹੜ ਆ ਗਿਆ ਕੋਈ ਤੂਫਾਨ ਆ ਗਿਆ ਉੱਥੇ ਤਾਂ ਚਲੋ ਖਲ ਸਾਈਡ ਇੱਕ ਐਂਡ ਦਿਖਦੀ ਹੈ ਵੀ ਹਾਂ ਇਹ ਇਹਨਾਂ ਦਾ ਇਹੀ ਜੌਬ ਹੈ ਬਟ ਸਾਡੇ ਪਰਮਨੈਂਟ ਪ੍ਰੋਜੈਕਟਸ ਵੀ ਬਹੁਤ ਨੇ ਹਰ ਮਹੀਨੇ ਅਸੀਂ ਮੈਡੀਕਲ ਦੇ ਲੱਖਾਂ ਦੇ ਆਪਰੇਸ਼ਨ ਸਪான்ਸਰ ਕਰਦੇ ਆਂ ਬੱਚਿਆਂ ਤੇ ਐਜੂਕੇਸ਼ਨ ਸਪான்ਸਰ ਹੁੰਦੀ ਹੈ ਘਰ ਬਣਾਏ ਜਾਂਦੇ ਨੇ ਬਹੁਤ ਸਾਰੇ ਤਰ੍ਹਾਂ ਦੇ ਪ੍ਰੋਜੈਕਟਸ ਨੇ ਲੋਕਾਂ ਨੂੰ ਇਮਪਲੋਇਮੈਂਟ ਦਿੱਤੀ ਜਾ ਰਹੀ ਹੈ। ਸੋ ਇਹ ਸਾਰੇ ਪ੍ਰੋਜੈਕਟਸ ਖਾਲਸਾਈਡ ਦੇ ਨੇ ਉਹਨਾਂ ਦੇ ਲਈ ਪਰਮਨੈਂਟ ਸਟਾਫ ਹੈ, ਡੈਡੀਕੇਟਿਡ ਸਟਾਫ ਹੈ ਹਰ ਇੱਕ ਪ੍ਰੋਜੈਕਟ ਦੇ ਲਈ, ਉਹਨਾਂ ਦਾ ਕੋਆਰਡੀਨੇਟਰ ਹੈ, ਪ੍ਰੋਗਰਾਮ ਮੈਨੇਜਰ ਹੈ, ਫਾਈਨੈਂਸ ਟੀਮ ਹੈ। ਸਾਰਾ ਸਟਰਕਚਰ ਸੈਲਰੀ ਦਾ ਸਟਰਕਚਰ ਕੀ ਹੈਗਾ? ਲਾਈਕ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਤਨਖਾਹ ਦਿੰਦੇ ਹੋ ਤੁਸੀਂ? ਸਾਡੀ ਜਿਹੜੀ ਸੈਲਰੀ ਦੀ ਸ਼ੁਰੂਆਤ ਹੈ ਉਹ ਤਕਰੀਬਨ 5000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜੀ ਮੈਕਸਿਮਮ ਸੈਲਰੀ ਹੈ ਸਾਡੇ ਇੰਡੀਆ ਦੇ ਵਿੱਚ ਘਰ ਉਹ तकरीबन ਮੇਰੇ ਖਲ 55000 ਰੁਪਏ ਦੇ ਕਰੀਬ ਹੋਏਗੇ ਜੀ ਤੁਸੀਂ 55 ਤੋਂ 60000 ਰੁਪਏ ਦੇ ਤੁਸੀਂ ਵੀ ਸੈਲਰੀ ਲੈਂਦੇ ਮੈਂ ਮੈਂ ਕੰਸਲਟੈਂਟ ਆ ਜੀ ਬੇਸਿਕਲੀ ਯੇ ਐਜ਼ ਅ ਕੰਸਲਟੈਂਟ ਜੋ ਪਰਿਵਾਰ ਦੇ ਕਰ ਰਹੇ ਆ ਓਬਵੀਅਸਲੀ ਤੁਸੀਂ ਸੇਵਾ ਕਰ ਰਹੇ ਹੋ ਤਾਂ ਮੈਂ ਆਪਣੀ ਕੰਸਲਟੈਂਸੀ ਫੀਸ ਚਾਰਜ ਕਰਦਾ ਜੀ ਅੱਛਾ ਕੰਸਲਟੈਂਸੀ ਫੀਸ ਉਸੇ ਸੈਲਰੀ ਚੀ ਆਉਂਦੀ ਹੈ ਹਾਂ ਜੀ ਹਾਂ ਜੀ ਮਤਲਬ ਇਹਦੇ ਲਈ ਫਿਰ ਜਿਹੜੀ ਕਿਉਂਕਿ ਜਿਵੇਂ ਕੋ ਪੁੱਛ ਸਕਦਾਗਾ ਕੀ ਪੈਸਾ ਕਿੱਥੋਂ ਆਉਂਦਾਗਾ ਜਿਵੇਂ ਲੋਏ ਨਹੀਂ ਇਹ ਗੱਲ ਨੂੰ ਪੁੱਛਲੇ ਭਾਈ ਜਿਹੜੀ ਸੈਲਰੀ ਦਿਨੇ ਪੈਸੇ ਕਿੱਥੋਂ ਆਉਂਦੇ ਨੇ ਪਾਜੀ ਮੈਂ ਉਹੀ ਤਾਂ ਕਹਿ ਰਿਹਾ ਨਾ ਉਹੀ ਤਾਂ ਸਾਰਾ ਰਿਕਾਰਡ ਜਿਹੜਾ ਅਸੀਂ ਆਲਰੇਡੀ ਭਾਰ ਸਰਕਾਰ ਨੂੰ ਦੇ ਚੁੱਕੇ ਹਾਂ ਮੈਂ ਉਹੀ ਦੱਸ ਰਿਹਾ ਜੀ ਸਾਡਾ ਇੱਕ ਇੱਕ ਹੁੰਦਾ ਜਦੋਂ ਤੁਸੀਂ ਕੋਈ ਟਰਸਟ ਕੋਈ ਐਨਜੀਓ ਰਨ ਕਰਦੇ ਹੋ ਹਨ ਉਸ ਦੇ ਵਿੱਚ ਘੱਟ ਤੁਹਾਡਾ 1% ਹੁੰਦੀ ਹੈ ਐਨਜੀਓਜ਼ ਨੂੰ ਕਿ ਤੁਸੀਂ ਇੰਨੇ ਪਰਸੈਂਟ ਐਡਮਿਨ ਕੋਸਟ ਲਗਾ ਸਕਦੇ ਹੋ ਇੰਨੇ ਪਰਸੈਂਟ ਤੋਂ ਉੱਪਰ ਨਹੀਂ ਲਗਾ ਸਕਦੇ ਸਾਡੀ ਉਹ ਜਿਹੜੀ ਸਲੈਬ ਹੈ ਸੈਲਰੀ ਸਲੈਬ ਹੈ ਉਹ ਵੀ ਕਿੰਨੇ ਗੁਣਾ ਉਸ ਤੋਂ ਨੀਚੇ ਆ लेट सपोज ਕਿ ਉਹ ਕਹਿੰਦੇ ਕਿ ਤੁਸੀਂ 5% ਲਾ ਸਕਦੇ ਹੋ ਪੈਸਾ ਐਡਮਿਨ ਕੋਸਟ ਦੇ ਉੱਤੇ ਸੈਲਰੀਆਂ ਤੇ ਖਰਚਿਆਂ ਤੇ ਤੇ ਸਾਡੀ 2% ਆਂਦੀ ਹੈ ਕਿਉਂਕਿ ਮੈਂ ਉਹੀ ਦੱਸ ਰਿਹਾ ਨਾ ਸ਼ਾਇਦ ਸੰਗਤੀ ਹੁੰਦਾ ਮੈਂ ਪੁੱਛਦਾ ਮੈਂ ਉਹੀ ਦੱਸ ਰਿਹਾ ਸਾਡੇ ਕੋਲੇ ਕਾਰਪੋਰੇਟਸ ਨੇ ਜਿਹੜੇ ਸਾਨੂੰ ਸਾਡੇ ਡੋਨਰਸ ਨੇ ਸਾਡੇ ਕੋਲੇ ਸੀਐਸਆਰ ਚਾਹੁੰਦਾ ਤੁਹਾਡੇ ਕੋਲ ਸੀਐਸਆਰ ਚਾਹੁੰਦਾ ਜਿਵੇਂ ਮੰਨ ਲਓ ਕਿ ਸਾਡੇ ਕੋਲੇ ਸੀ ਨਹੀਂ ਮੈਂ ਐਵੇਂ ਡਿਸਕਲੋਸ ਕੀ ਕਰਨਾ ਕੱਲ ਨੂੰ ਉਹਨਾਂ ਨੂੰ ਪ੍ਰੋਬਲਮ ਹੋਵੇ ਉਹ ਤਾਂ ਸਾਡੇ ਗਵਰਨਮੈਂਟ ਕੋਲੇ ਸਾਰਾ ਰਿਕਾਰਡ ਹੈ ਉਹ ਵੀ ਜਿਹੜਾ ਸੀਐਸਆਰ ਦੇ ਰਿਹਾ ਉਹ ਵੀ ਰਿਕਾਰਡ ਦਿੰਦਾ ਅਸੀਂ ਵੀ ਦਿੰਦੇ ਹਾਂ ਬਟ ਦ ਥਿੰਗ ਇਜ਼ ਕਿ ਸਾਰੇ ਡੋਨਰਸ ਨੇ ਇੰਡੀਵਿਜੂਅਲ ਡੋਨਰਸ ਨੇ ਜਿਹੜੇ 10 10 ਰੁਪਏ ਡੋਨੇਟ ਕਰਦੇ ਨੇ 100 100 ਰੁਪਏ ਡੋਨੇਟ ਕਰਦੇ ਨੇ ਲੱਖਰ ਰੁਪਏ ਡੋਨੇਟ ਕਰਦੇ ਨੇ ਬਟ ਉਹ ਸਾਰਾ ਅਕਾਉਂਟੇਬਲ ਹੈ ਉਸ ਚੀ ਦੀ ਰਿਪੋਰਟ ਅਸੀਂ ਗਵਰਨਮੈਂਟ ਨੂੰ ਹਰ ਸਾਲ ਦੇ ਰਹੇ ਹਾਂ ਤੇ ਉਹ ਰਿਪੋਰਟਾਂ ਦੇ ਤਹਿਤ ਸਾਨੂੰ ਹਰ ਸਾਲ ਜਿਹੜੀਆਂ ਆਈਟੀਆਰ ਆਪਾਂ ਸਾਰੇ ਭਰਦੇ ਹਾਂ ਨਾ ਤੇ ਕਲ ਸਾਈਡ ਵੀ ਭਰ ਰਹੀ ਹੈ ਕਿਉਂਕਿ ਰਜਿਸਟਰਡ ਚੈਰਿਟੀ ਹੈ ਰਜਿਸਟਰਡ ਬਾਡੀ ਹੈ ਸੋ ਇਸ ਚੀਜ਼ ਦੇ ਵਿੱਚ ਘਰ ਇਹ ਇਸ ਨੂੰ ਕੁਐਸਚਨ ਬਣਾ ਦੇਣਾ ਮੈਨੂੰ ਉਸ ਚੀਜ਼ ਦਾ ਨਹੀਂ ਸਮਝ ਆਉਂਦਾ ਅੰਦੋਲਨ ਚ ਸਮਾਨ ਜਿਵੇਂ ਅਸੀਂ ਉੱਥੇ ਦੇਖਦੇ ਸੀ ਲੋਕ ਲੈ ਆਉਂਦੇ ਸੀ ਤੁਸੀਂ ਅੱਗੇ ਵੰਡ ਦਿੰਦੇ ਸੀ ਉੱਥੇ ਤਾਂ ਤੁਹਾਡਾ ਇਹ ਜ਼ਿਆਦਾਤਰ ਫਾਰਮੂਲਾ ਇਹ ਹੁੰਦਾ ਸੀਗਾ ਮੈਨੂੰ ਲੱਗਦਾ ਹਨਾ ਤੁਸੀਂ ਸਮਾਨ ਹਾਂਜੀ ਅੱਜ ਵੀ ਉੱਥੇ ਪੈਸੇ ਮੈਲਾ ਨਹੀਂ ਲੈਂਦੇ ਰਹੇ ਤੁਸੀਂ ਨਹੀਂ ਸਾਡੀਆਂ ਡੋਨੇਸ਼ਨਸ ਵੀ ਕਲੈਕਟ ਹੁੰਦੀਆਂ ਨੇ ਜੀ ਸਾਡੇ ਬੈਂਕ ਅਕਾਊਂਟਸ ਵੀ ਹੈਗੇ ਨੇ ਸਾਡੇ ਯੂਪੀਆਈਸ ਵੀ ਨੇ ਉਸ ਦੇ ਥਰੂ ਵੀ ਡੋਨੇਸ਼ਨਸ ਆਉਂਦੀਆਂ ਨੇ ਪ੍ਰੋਜੈਕਟ ਦੇ ਉੱਤੇ ਔਰ ਸਮਾਨ ਦੀ ਜਿਹੜੀ ਇਨ ਕਾਈਂਡ ਡੋਨੇਸ਼ਨਸ ਹੈ ਉਹ ਵੀ ਆਉਂਦੀ ਹੈ ਬਟ ਸਾਡਾ ਇੱਕ ਪ੍ਰੋਸੀਜਰ ਹੈ ਕਿ ਜੇ ਤੁਸੀਂ ਅੱਜ 10 ਥੈਲੇ ਆਟੇ ਦੇ ਵੀ ਦੇ ਕੇ ਗਏ ਹੋ ਤਾਂ ਸਾਡੇ ਕੋਲੇ ਉਸ ਚੀਜ਼ ਦਾ ਵੀ ਰਿਕਾਰਡ ਹੈ ਕਿ ਆਹ ਫਲਾਣੇ ਬੰਦੇ ਨੇ ਫਲਾਣੇ ਫੋਨ ਨੰਬਰ ਤੋਂ ਜਾਂ ਫਲਾਣੇ ਐਡਰੈਸ ਤੋਂ ਆਹ 10 ਥੈਲੇ ਆਟੇ ਦੇ ਭੇਜੇ ਨੇ ਅਸੀਂ ਕਿਸਾਨੇ ਮੋਰਚੇ 'ਚ ਅਗਰ ਕਿਸਾਨ ਮੌਲਿਕ ਸੈਟਅਪ ਕੀਤਾ ਸੀਗਾ ਕਿਸਾਨ ਮਾਲ ਦੇ ਵਿੱਚ ਕਰ ਅਸੀਂ ਅਲੱਗ-ਅਲੱਗ ਆਈਟਮਸ ਲਗਾਈਆਂ ਸੀ ਕਿ ਅਸੀਂ ਇਹ ਆਈਟਮਸ ਕੋਈ ਵੀ ਕਿਸਾਨ ਨੂੰ ਕਿਉਂਕਿ ਸਾਲ ਪਰ ਉੱਥੇ ਰਿਹਾ ਜਾਂ 2 ਮਹੀਨੇ ਘਰ ਨਹੀਂ ਗਿਆ ਉਹਨੂੰ ਕੋਈ ਕੱਪੜੇ ਲੀੜੇ ਦੀ ਲੋੜ ਹੈ ਸਾਬਣ ਦੀ ਲੋੜ ਹੈ ਭੇਜ ਦੀ ਲੋੜ ਹੈ ਵੀ ਅਸੀਂ ਵੰਡਣ ਦੇ ਨਾਲੋਂ ਰਿਕੁਆਇਰਮੈਂਟ ਦੇ ਹਿਸਾਬ ਸਿਰ ਉਹ ਲੈ ਕੇ ਜਾਵੇ ਤੇ ਉਹ ਕਿਸਾਨ ਮਾਲ ਦੇ ਵਿੱਚ ਕਰ ਜਿੰਨੀਆਂ ਆਈਟਮਾਂ ਮੈਂ ਉਦੋਂ ਵੀ ਇੰਟਰਵਿਊ ਦਿੱਤਾ ਸੀ ਜਿੰਨੀਆਂ ਆਈਟਮਾਂ ਨੂੰ ਸੰਗਰ ਨਹੀਂ ਦਿੱਤੀਆਂ ਸਾਨੂੰ ਜਿਹੜੀ ਸ਼ਾਰਟ ਹੁੰਦੀ ਸੀ ਸੀ ਉਹ ਪ੍ਰੋਕਿਊਰ ਕਰਦੇ ਸੀ ਤੇ ਸਾਡੇ ਕੋਲੇ ਐਂ ਫੋਨ ਆਂਦਾ ਸੀਗਾ ਜੀ ਅਸੀਂ 5000 ਰੁਪਏ ਸਾਬਣ ਦਾ ਭੇਜਤਾ ਤੋ 5000 ਨੂੰ ਅਸੀਂ ਐਕਨੋਲਜ ਕਰਕੇ ਰਿਕਾਰਡ ਚ ਰੱਖ ਕੇ ਅਸੀਂ ਐਟ ਐਂਡ ਆਫ ਦਾ ਡੇ ਸਾਡੇ ਕੋਲੇ ਆ ਰਿਕਾਰਡ ਆਇਆ ਕਿ ਅਸੀਂ ਕਿਸਾਨੀ ਮੋਰਚੇ ਦੇ ਵਿੱਚ ਘਰ ਸਾਬਣ ਕਿੰਨਾ ਵੰਡਿਆ ਤੇ ਕਿਸਾਨੀ ਮੋਰਚੇ ਦੇ ਵਿੱਚ ਘਰ ਅਸੀਂ ਅੰਡਰ ਗਾਰਮੈਂਟ ਕਿੰਨਾ ਵੰਡਿਆ ਤੋਲੀਆਂ ਕਿੰਨੇ ਵੰਡੇ ਨੇ ਇਸ ਚੀਜ਼ ਦਾ ਰਿਕਾਰਡ ਸਾਡੀ ਇਸ ਤਰੀਕੇ ਨਾਲ ਅਸੀਂ ਰਿਪੋਰਟਿੰਗ ਆਪਣੀ ਰੱਖਦੇ ਹਾਂ ਇੰਨੀ ਸਟਰਕਚਰ ਨੂੰ ਸਟਰੋਂਗ ਕਰਨ ਦੇ ਲਈ ਆ ਚੀਜ਼ਾਂ ਮੇਨਟੇਨ ਕਰਦੇ ਅੱਛਾ ਐਨਆਈਏ ਤਾਂ ਤੁਹਾਡੇ ਤੋਂ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਤੁਹਾਡੀਆਂ ਕਰੂਗੀ ਅੱਗੇ ਪਰ ਸਿੱਖਾਂ ਚ ਕੁਝ ਲੋਕ ਨੇ ਜਿਹੜੇ ਤੁਹਾਡੇ ਤੇ ਲਗਾਤਾਰ ਇਸ ਤਰ੍ਹਾਂ ਦੀ ਧਿਆਨ ਰੱਖਦੇ ਨੇ ਤੁਸੀਂ ਉਹਨਾਂ ਦੇ ਵੀ ਅੰਡਰਸਕੈਨਰ ਰਹੇ ਹੋ ਜਿਹੜੇ ਤੁਹਾਡੀ ਫੰਡਿੰਗ ਤਮਾਮ ਚੀਜ਼ਾਂ ਨੂੰ ਲੈ ਕੇ ਸਵਾਲ ਖੜੇ ਕਰਦੇ ਆ ਕਿ ਇਹ ਫੇਅਰ ਨਹੀਂ ਹੈਗੇ ਜੀ ਇੱਕ ਤਾਂ ਉਹਨਾਂ ਦਾ ਇਹ ਇਤਰਾਜ਼ ਆਖੀ ਕਿ ਸਿੱਖਾਂ ਲਈ ਨਹੀਂ ਕਰਦੇ ਉਹ ਚਲੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਜਵਾਬ ਦਿੱਤਾ ਇਹ ਕਿ ਇਤਰਾਜ਼ ਆ ਜੀ ਫੰਡਿੰਗ ਨੂੰ ਲੈ ਕੇ ਪੈਸਿਆਂ ਨੂੰ ਲੈ ਕੇ ਵੀ ਜੀ ਪੂਰੀ ਸਹੀ ਤਸਵੀਰ ਪੇਸ਼ ਨਹੀਂ ਹੋਦੀ ਪਾਜੀ ਸਿੰਪਲ ਜੀ ਗੱਲ ਹੈ ਮੈਂ ਤਾਂ ਮਤਲਬ ਜੇ ਕੋਈ ਵੀ ਇਸ ਚੀਜ਼ ਦਾ ਮੇਰਾ ਕੋਈ ਇੰਟਰਵਿਊ ਸੁਣਦਾ ਜਿਸ ਨੂੰ ਕੋਈ ਇਤਰਾਜ਼ ਹੈ ਤੁਸੀਂ ਸਾਡੇ ਤੱਕ ਰੀਚ ਆਊਟ ਤਾਂ ਕਰੋ ਤੁਸੀਂ ਕੋਈ ਵੀ ਅਮਰਪੁਰਿਤ ਮੈਨੂੰ ਆਜ ਹਿਸਾਬ ਚਾਹੀਦਾ ਜਿਵੇਂ ਮੈਂ ਲੋ ਹੁਣ ਮਤਲਬ ਜਿਵੇਂ ਹੁਣ ਹੜਾ ਮਿਲਿਆ ਆ ਰਿਹਾ ਪੈਸਾ ਹਾਂਜੀ ਬਿਲਕੁਲ ਉਹ ਤੁਸੀਂ ਨਾਲ ਦੀ ਨਾਲ ਰੱਖ ਦਿੰਦੇ ਹੋ ਤੁਸੀਂ ਓਪਨ ਵੀ ਕਰਦੇ ਹੋ ਕਿ ਉਹ ਨਾ ਨਹੀਂ ਓਪਨ ਗਵਰਨਮੈਂਟ ਨੂੰ ਓਪਨ ਕਰਦੇ ਹਾਂ ਪਬਲਿਕਲੀ ਡੋਮੇਨ ਦੇ ਉੱਤੇ ਅਗਰ ਕਿਸੇ ਨੂੰ ਚਾਹੀਦਾ ਅਸੀਂ ਇੱਕ ਪ੍ਰੋਸੀਜਰ ਬਣਾਇਆ ਹੋਇਆ ਹੈ ਤੁਸੀਂ ਆਪਣਾ ਆਈਡੀ ਭੇਜੋ ਅਸੀਂ ਤੁਹਾਨੂੰ ਹਿਸਾਬ ਈਮੇਲ ਕਰ ਦਾਂਗੇ ਉਹ ਪੂਰੀ ਇੰਟਰਨੈਸ਼ਨਲ ਖਾਲਸਾਈਟ ਦਾ ਹੀ ਮਿਲ ਜੂਗਾ ਜਾਂ ਇੰਡੀਆ ਦੀ ਖਾਲਸਾਈਟ ਇੰਡੀਆ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਮੈਂ ਇੰਡੀਆ ਦੀ ਗੱਲ ਕਰ। ਇੱਕ ਨੈਸ਼ਨਲ ਤਾਂ ਚਾਹੀਦਾ ਕਿਸੇ ਨੂੰ। ਤੁਸੀਂ ਜਿਹੜੇ ਚੈਪਟਰ ਦੇ ਤੁਸੀਂ ਅਗਰ ਯੂਐਸਏ 'ਚ ਬੈਠੇ ਹੋ ਤੁਸੀਂ ਯੂਐਸਏ ਨਾਲ ਗੱਲ ਕਰ ਸਕਦੇ ਤੁਸੀਂ ਕੈਨੇਡਾ ਬੈਠੇ ਹੋ ਉਹਨਾਂ ਨਾਲ ਗੱਲ ਕਰ ਲਓ। ਯੂਕੇ ਬੈਠੇ ਹੋ ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਬਟ ਉਹਨਾਂ ਦੀ ਉਹ ਆਨਸਰ ਕਿਸ ਤਰੀਕੇ ਨਾਲ ਤੁਹਾਡੇ ਕੋਲੇ ਪਹੁੰਚਦਾ ਉਹਨਾਂ ਦਾ ਕੀ ਪ੍ਰੋਸੈਸ ਹੈ ਉਹ ਉਸ ਚੀਜ਼ ਦੇ ਵਿੱਚ ਕਰ ਉਹਨਾਂ ਦੀ ਈਮੇਲ ਉਹਨਾਂ ਦੇ ਨਾਲ ਹੈ। ਇੱਥੇ ਦੀ ਜਵਾਬ ਇੰਡੀਆ ਦੇ ਅਕਾਊਂਟਸ ਮੇਰੇ ਗਵਰਨਮੈਂਟ ਨੂੰ ਸਬਮਿਟ ਕਰਦਾ। ਹਰ ਸਾਲ ਹਰ ਸਾਲ ਜੇ ਕੋਈ ਸਾਡੇ ਕੋਲੇ ਕੁਐਰੀਜ਼ ਆਉਂਦੀਆਂ بڑے ਬੰਦੇ ਲੈਂਦੇ ਨੇ। ਜਿਵੇਂ ਤੁਸੀਂ ਗੱਲ ਕੀਤੀ ਨਾ ਕਿਸੇ ਇੰਡੀਵਿਜੂਅਲ ਨੇ ਸਾਨੂੰ ਈਮੇਲ ਕਰਤੀ ਕਿ ਤੁਸੀਂ ਜੀ ਫਾਰਮਰ ਪ੍ਰੋਟੈਸਟ ਦੇ ਉੱਤੇ ਕਿੰਨੇ ਪੈਸੇ ਤੁਹਾਡੇ ਕੋਲੇ ਆਏ ਸੀ ਅਸੀਂ ਬਕਾਇਦਾ ਉਹਨੂੰ ਐਗਜ਼ੈਕਟ ਨੰਬਰਸ ਭੇਜਦੇ ਹਾਂ ਕਿ ਆ ਸਾਡੇ ਕੋਲੇ ਰੇਜ਼ ਹੋਇਆ ਸੀ ਪੈਸਾ ਆ ਸਪੈਂਡਿੰਗ ਹੋਈ ਹੈ ਜੇ ਤੁਸੀਂ ਐਜ਼ ਅ ਡੋਨਰ ਐਜ਼ ਅ ਸਾਡੇ ਸ਼ੁਭਚਿੰਤਕ ਤੁਸੀਂ ਕੋਈ ਚੀਜ਼ ਪੁੱਛਣਾ ਚਾਹੁੰਦੇ ਹੋ ਤੇ ਅਸੀਂ ਕਿਉਂ ਨਾ ਦੱਸੀਏ ਸਾਡੇ ਕਿਸੇ ਪ੍ਰੋਜੈਕਟ 'ਚ ਮੰਨ ਲਓ ਕਿਸਾਨ ਦੂਨ ਵੇਲੇ ਪੈਸੇ ਇਕੱਠੇ ਹੋ ਗਏ ਬਚ ਗਏ ਉਹਨਾਂ ਦਾ ਫਿਰ ਕੀ ਅੱਗੇ ਤੁਸੀਂ ਜਿਵੇਂ ਤੁਸੀਂ ਵੀ ਕੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦ ਤੱਕ ਪ੍ਰੋਜੈਕਟ ਚੱਲ ਰਿਹਾ ਜਾਂ ਜਦ ਤੱਕ ਉੱਥੇ ਰਿਕੁਆਇਰਮੈਂਟ ਹੈ ਅਸੀਂ ਉਹ ਪੈਸਾ ਉਸੇ ਪ੍ਰੋਜੈਕਟ ਦੇ ਉੱਤੇ ਲਗਾਈਏ ਬਟ ਜੇ ਉਹ ਪੈਸਾ ਜੇ ਪੈਸਾ ਉਹ ਬਚ ਗਿਆ ਲੈਟਸ ਸਪੋਜ਼ ਕਿ ਕੁਝ ਅਮਾਉਂਟ ਕੁਝ ਪਰਸੈਂਟੇਜ ਉਹ ਬਚ ਜਾਂਦੀ ਹੈ ਤੇ ਉਹ ਸਾਡੇ ਜਨਰਲ ਫੰਡਿੰਗਸ ਪਈ ਹੈ ਸਾਡੇ ਪਰਮਾਨੈਂਟ ਪ੍ਰੋਜੈਕਟ ਚੱਲ ਰਹੇ ਨੇ ਸਾਨੂੰ ਉਸ ਤੇ ਸਪੈਂਡ ਕਰਨੀ ਹੁੰਦੀ ਹੈ ਫਿਰ ਕਿਉਂਕਿ ਇਹ ਫੰਡਿੰਗ ਜਿਹੜੀ ਹੈ ਖਾਲਸਾ ਐਡ ਨੂੰ ਖਾਲਸਾ ਐਡ ਇੰਡੀਆ ਨੂੰ ਉਹ ਇਹ ਤਾਂ ਹੈ ਨਹੀਂ ਕਿ ਸਾਨੂੰ ਫਿਕਸਡ ਹੈ ਕਿ ਹਰ ਮਹੀਨੇ 50 ਲੱਖ ਰੁਪਏ ਕਿਸੇ ਨੇ ਡੋਨੇਟ ਕਰਨਾ ਹੀ ਕਰਨਾ ਇਹ ਫਿਕਸਡ ਨਹੀਂ ਹ ਲੋਕੀ ਇਮੋਸ਼ਨਲ ਹੋਏ ਪਏ ਨੇ ਕੰਮ ਦੇਖ ਰਹੇ ਨੇ ਗਰਾਉਂਡ ਤੇ ਤੁਸੀਂ ਜ਼ਮੀਨ ਤੇ ਉਤਰੇ ਹੋਇਓ ਤਾਂ ਲੋਕੀ ਡੋਨੇਟ ਜ਼ਿਆਦਾ ਕਰਦੇ ਨੇ ਕਿਉਂਕਿ ਉਦੋਂ ਤੁਹਾਡਾ ਜਿਹੜਾ ਰੀਚ ਹੈ ਉਹ ਜ਼ਿਆਦਾ ਵੱਧ ਜਾਂਦੀ ਹੈ ਬਟ ਤੁਸੀਂ ਸਕੂਲ ਚਲਾ ਰਹੇ ਹੋ ਤੁਹਾਨੂੰ 4 ਸਾਲ ਹੋ ਗਏ ਸਕੂਲ ਚਲਾਉਂਦੇ ਉਹ ਇੱਕ ਵਾਰ ਲੋਕਾਂ ਨੂੰ ਪਤਾ ਹੈ ਵੀ ਸਕੂਲ ਚੱਲ ਰਿਹਾ ਬਟ ਉਸ ਤੋਂ ਬਾਅਦ ਉਹ ਭੁੱਲ ਜਾਂਦੇ ਨੇ ਕਿ ਸਕੂਲ ਚੱਲ ਰਿਹਾ ਅੱਛਾ ਚਲੋ ਚੱਲ ਰਿਹਾ ਚੱਲਦਾ ਹੋਏਗਾ ਇਹ ਤਾਂ ਕੋਈ ਨਵਾਂ ਪ੍ਰੋਜੈਕਟ ਥੋੜੀ ਹੈ ਸੋ ਜਿਹੜੀ ਡੋਨੇਸ਼ਨਸ ਨੇ ਉਹ ਫਲਕਚੂਏਟ ਕਰਦੀ ਉਹਦਾ ਗ੍ਰਾਫ ਕਦੇ ਅੱਪ ਹੁੰਦਾ ਕਦੇ ਡਾਊਨ ਹੁੰਦਾ ਅਸੀਂ ਵੀ ਬਹੁਤ ਇਹ ਇਹ ਮਤਲਬ ਫਾਈਨੈਂਸ਼ੀਅਲੀ ਵੀ ਕਈ ਵਾਰ ਸਟਰਗਲ ਕਰਨਾ ਪੈਂਦਾ ਚੀਜ਼ਾਂ ਨੂੰ ਲੈ ਕੇ ਕਿ ਫਿਰ ਸੈਲਰੀਜ਼ ਨੂੰ ਲੈ ਕੇ ਸਟਰਗਲ ਕਰਨਾ ਪੈਂਦਾ ਸੋ ਅਸੀਂ ਬਟ ਉਹ ਚੀਜ਼ਾਂ ਨੂੰ ਮੈਨੇਜ ਕਰਦੇ ਜੇ ਕੋਈ ਵਿਦੇਸ਼ ਤੋਂ ਪੈਸੇ ਮੰਨ ਲਓ ਇੰਡੀਆ ਦੇ ਚੈਪਟਰ ਨੂੰ ਭੇਜਦਾ ਤੁਸੀਂ ਮਨਾ ਕਰ ਦਿੰਦੇ ਹੋ ਸਾਡੇ ਵਾਪਸ ਚਲੇ ਜਾਂਦੇ ਨੇ ਜੀ ਅੱਛਾ ਤੇ ਸਾਡੇ ਕੋਲੇ ਕੋਈ ਵੀ ਅਗਰ ਪੈਸਾ ਕੋਈ ਆਊਗਾ ਕੈਸ਼ ਵੀ ਨਹੀਂ ਸਾਡੇ ਨਹੀਂ ਜੀ ਲੈਂਦੇ ਨਹੀਂ ਜੀ ਅਸੀਂ ਨਹੀਂ ਲੈਂਦੀ ਨਾ ਸਾਡੇ ਕੋਲੇ ਜੇ ਕੋਈ ਵੀ ਡੋਨੇਸ਼ਨ ਦੇਗਾ ਸਾਨੂੰ ਇੰਡੀਅਨ ਆਈਡੀ ਚਾਹੀਦੀ ਆ ਜੇ ਕੋਈ ਕੈਸ਼ ਪੈਸੇ ਲੈ ਕੇ ਆਊਗਾ ਵੀ ਦੇਣਾ ਵੀ ਚਾਹੁੰਦਾ ਬਾਹਰ ਵਾਲਾ ਤਾਂ ਇੱਥੇ ਇੰਡੀਆ 'ਚ ਕਿਸੇ ਆਈਡੀ ਦੇ ਜੇ ਇੰਡੀਆ ਦੀ ਆਈਡੀ ਤੇ ਇੰਡੀਆ ਦਾ ਪੈਨ ਕਾਰਡ ਸਾਨੂੰ ਚਾਹੀਦਾ ਉਸ ਤੋਂ ਬਿਨਾ ਅਸੀਂ ਪੈਸਾ ਕੋਈ ਵੀ ਰਸੀਦ ਨਹੀਂ ਕੱਟ ਪਾਵਾਂਗੇ ਇਹ ਸਾਡਾ ਸਟ੍ਰਿਕਟ ਲਾਅ ਹੈ ਅਸੀਂ ਉਸ ਦੇ ਅਕੋਰਡਿੰਗਲੀ ਸਾਰਾ ਪੇਪਰ ਵਰਕ ਜਿਹੜਾ ਕੰਪਲੀਟ ਰੱਖਦੇ ਹਾਂ ਤੇ ਹੁਣ ਆਉਣ ਵਾਲੇ ਸਮੇਂ ਦੇ ਤੁਹਾਡੇ ਪ੍ਰੋਜੈਕਟ ਕੀ ਨੇ ਮੰਨ ਲਓ ਕਿਉਂਕਿ ਇੱਕ ਪਾਸੇ ਇਧਰ ਐਨਈਏ ਦਾ ਸਾਰਾ ਚੱਲ ਪਿਆ ਕੰਮ ਤੁਹਾਨੂੰ ਸ਼ਾਮਲ ਹੋਣਾ ਪੈਣਾ ਇਨਵੈਸਟੀਗੇਸ਼ਨ 'ਚ ਵੀ ਸ਼ਾਮਲ ਹੋਵੋਗੇ ਤੁਸੀਂ ਕੁਝ ਵੀ ਰਹੇ ਨੇ ਦੂਸਰੇ ਪਾਸੇ ਕੰਮ ਵੀ ਹੈਗਾ ਪੰਜਾਬ 'ਚ ਆਪ ਇਹ ਹੋਰ ਵੀ ਤੁਸੀਂ ਕੰਮ ਰੈਗੂਲਰ ਵੀ ਨਹੀਂ ਦੇਖੋ ਸਾਡੇ ਪਰਮਾਨੈਂਟ ਦੇਖੋ ਹਰ ਇੱਕ ਚੀਜ਼ ਦਾ ਕਿਤੇ ਨਾ ਕਿਤੇ ਆਖੇਕਰ ਆਪਣਾ ਇਨਸਾਨ ਆ ਮੈਂ ਵੀ ਇਨਸਾਨ ਆ ਹਨਾ ਮੇਰੀ ਇਹ ਤਾਂ ਹੈ ਨਹੀਂ ਮੇਰੇ ਕੋਲ 60 ਸਾਲ ਦੀ ਉਮਰ ਹੈ ਤੇ ਮੈਂ ਬੜੀ ਦੁਨੀਆ ਦੇਖੀ ਹੈ ਚਲੋ ਜਿੰਨਾ ਕਿ ਸਾਡੇ ਕੋਲੇ ਤਜਰਬਾ 60 ਵੀ ਹੁਣ ਤਾਂ ਵੀ ਬੰਦਾ ਉਦਾਸ ਤਾਂ ਦਾਸ ਨਿਰਾਸ਼ ਤਾਂ ਬੰਦੇ ਨੇ ਸਾਰੀ ਉਮਰ ਹੁੰਦੇ ਰਹਿਣਾ ਚਲੋ ਬਟ ਸਟਿਲ ਜਿੰਨਾ ਕਿ ਅਸੀਂ ਪੇਸ਼ੈਂਸ ਦੇ ਨਾਲ ਔਰ ਜਿੰਨਾ ਟਰਾਂਸਪੇਰੈਂਟ ਹੋ ਕੇ ਅਸੀਂ ਆਪਣੇ ਕੰਮ ਹੈ ਜਿਹੜੇ ਉਹ ਕਰ ਸਕਦੇ ਹਾਂ ਉਹ ਕਰ ਰਹੇ ਹਾਂ ਬਟ ਜਿਹੜੇ ਸਾਡੇ ਪ੍ਰੋਜੈਕਟਸ ਨੇ ਕੱਲ ਵੀ ਜਦੋਂ ਇਹ ਸਾਰਾ ਇਨਸੀਡੈਂਟ ਵਾਪਰਿਆ ਉਸ ਤੋਂ ਬਾਅਦ ਵੀ ਹੁਣ ਸਾਡਾ ਪਟਿਆਲੇ ਵੇਅਰਹਾਊਸ ਚ ਪੈਕੇਜਿੰਗ ਚੱਲ ਰਹੀ ਹੈ ਘੱਟੋ ਘੱਟ 100 150 ਵੋਲੰਟੀਅਰ ਇੱਥੇ ਲੱਗਾ ਹੋਇਆ ਮੈਂ ਕੱਲ ਦੁਪਹਿਰੇ ਉੱਥੇ ਚਲਾ ਗਿਆ ਸੀ ਤੇ ਉਹਨਾਂ ਨੂੰ ਯੂ نو ਥੋੜਾ ਜਿਹਾ ਚੀਅਰ ਅਪ ਕੀਤਾ ਕਿ ਯਾਰ ਇਹ ਇੱਕ ਪਾਰਟ ਆਫ ਦਾ ਯੂ نو ਪ੍ਰੋਸੈਸ ਹੈ ਕਿ ਤੁਸੀਂ ਇੱਕ ਸਿਸਟਮ ਚ ਕੰਮ ਕਰ ਰਹੇ ਹੋ ਸਿਸਟਮ ਨੇ ਕੁਐਸਚਨ ਕਰਨਾ ਆਪਾਂ ਸੌਰ ਦੇਤਾ ਠੀਕ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਰੀਚ ਆਊਟ ਕੀਤਾ ਉਹ ਤਰੀਕਾ ਨਹੀਂ ਚੰਗਾ ਲੱਗਿਆ ਬਟ ਜੇ ਇਹ ਪ੍ਰੋਜੈਕਟ ਨੂੰ ਕਿਸੇ ਵੀ ਤਰੀਕੇ ਨਾਲ 1% ਕਿਸੇ ਦੇ ਮਨਚ ਮੋਰਲ ਨਹੀਂ ਡਾਊਨ ਹੋਣਾ ਚਾਹੀਦਾ ਸੋ ਕੱਲ ਉੱਥੇ ਕੀਰਤਨ ਵੀ ਕੀਤਾ ਅਰਦਾਸ ਵੀ ਕੀਤੀ ਸਾਰੇ ਵੋਲੰਟੀਅਰਾਂ ਨੇ ਸਾਰੀ ਸੇਵਾ ਵੀ ਕੀਤੀ ਔਰ ਰਾਤੀ 10 ਵਜੇ ਫਿਰ ਉਹਦੀ ਸੇਵਾ ਦੀ ਸਮਾਪਤੀ ਹੋਈ ਸੋ ਪ੍ਰੋਜੈਕਟਸ ਤਾਂ ਵੱਧੇ ਰਹਿਣਗੇ ਇਹ ਕੰਟੀਨਿਊ ਰਹੇਗਾ ਇਹ ਮਾਲਕ ਦਾ ਭਾਣਾ ਹੈ ਇਹ ਇਸ ਭਾਣੇ ਚ ਰਹਿ ਕੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣਾ ਇਹੀ ਤਾਂ ਸਾਡੀ ਆਈਡੈਂਟੀਟੀ ਹੈ ਇਹੀ ਤਾਂ ਸਾਡਾ ਸਿਧਾਂਤ ਹੈ ਸੋ ਇਸੇ ਸਿਧਾਂਤ ਦੇ ਉੱਤੇ ਆਪਾਂ ਕੰਮ ਕਰ ਰਹੇ ਹਾਂ ਬਟ ਮੈਂ ਇੱਕ ਚੀਜ਼ ਇਹ ਵੀ ਚੀਜ਼ ਕਹਿਣਾ ਚਾਹੁੰਦਾ ਕਈ ਵਾਰ ਮੈਂ ਜਿਵੇਂ ਤੁਸੀਂ ਕੁਐਸਚਨ ਕੀਤਾ ਦੋ ਚੀਤੀ ਹੁੰਨਾ ਕਿ ਯਾਰ ਅਸੀਂ ਸੇਵਾ ਕਰੀ ਜਾ ਰਹੇ ਹਾਂ ਸਰਕਾਰਾਂ ਵੀ ਰੀਚ ਕਰਦੀਆਂ ਨੇ ਵੀ ਭਾਈ ਅਮਰਪ੍ਰੀਤ ਸਿੰਘ ਇੱਥੇ ਨਾ ਆਕਸੀਜਨ ਭਜਵਾ ਦਿਓ ਇੱਥੇ ਆਜ ਕੀ ਚਾਹੀਦੀ ਹੈ ਅਸੀਂ ਕਹਿੰਨੇ ਅੱਛਾ ਚੈੱਕ ਕਰਦੇ ਸਾਡੀ ਟੀਮ ਜਾ ਕੇ ਅੱਛਾ ਵਾਕਈ ਲੋੜ ਓਕੇ ਜੀ ਕਰ ਦਿੰਨੇ ਆ ਇੰਡੀਵਿਜੂਅਲ ਕੋਈ ਧਰਮ ਤੋਂ ਕੋਈ ਨਹੀਂ ਦੇਖਿਆ ਕੋਈ ਜਾਤ ਨਹੀਂ ਦੇਖੀ ਕੋਈ ਰਿਲੀਜੀਅਨ ਨਹੀਂ ਦੇਖਿਆ ਬਟ ਉਸ ਤੋਂ ਬਾਅਦ ਵੀ ਕੁਐਸਚਨ ਮਾ ਕਿਉਂ ਹੈ ਸਾਡੇ ਤੇ ਜਦੋਂ ਮੈਂ ਕਈ ਵਾਰ ਦੋ ਚੀਤੀ ਹੁੰਨਾ ਤਾਂ ਮੇਰੇ ਮਨ 'ਚ ਇਹ ਚੀਜ਼ ਆਉਂਦੀ ਹੈ ਕਿ ਯਾਰ ਕੀ ਪਤਾ ਪਾਸਟ ਦੇ ਵਿਚਕਾਰ ਜਦੋਂ ਅਸੀਂ ਨਿਆਣੇ ਸੀ ਸਕੂਲ ਗoing ਸਟੂਡੈਂਟ ਸੀ ਜਦੋਂ ਇਹ 84 ਦਾ ਦੌਰ 90s ਦਾ ਦੌਰ ਸੀਗਾ ਤਾਂ ਸਾਡੀ ਕੁਝ ਜਥੇਬੰਦੀਆਂ ਨੇ ਗਲਤੀਆਂ ਵੀ ਕੀਤੀਆਂ ਹੋਣਾਂ ਇਹੋ ਜਿਹੀਆਂ ਜਿੰਨਾ ਕਰਕੇ ਫੋਰਨ ਫੰਡਿੰਗ ਫੋਰਨ ਕਨੈਕਸ਼ਨ ਫੋਰਨ ਜੇ ਉਹ ਉਹ ਸਾਰਾ ਕੁਝ ਉਸ ਚੀਜ਼ਾਂ ਕਰਕੇ ਹੋ ਰਿਹਾ ਵੀ ਸਾਨੂੰ ਅੱਜ ਵੀ ਉਹ ਚੀਜ਼ ਦੇਖਣੇ ਕਿ ਕਿਉਂਕਿ ਹੁਣ ਕੱਲ ਜਦੋਂ ਆਏ ਸਾਡੇ ਦਫ਼ਤਰ 'ਚ ਕੁਦਰਤੀ ਉਹਨਾਂ ਕਿਉਂਕਿ ਟੈਂਪਰੇਰੀ ਆਫਿਸ ਅਸੀਂ ਉੱਪਰ ਮੂਵ ਕੀਤਾ ਹੋਇਆ ਫਰਸਟ ਫਲੋਰ ਤੇ ਉੱਥੇ ਦੋ ਤਿੰਨ ਵੀਰ ਸਾਡੇ ਯੂ ਨੋ ਮਤਲਬ ਇਸ਼ਨਾਨ ਪਾਣੀ ਕਰਕੇ ਬਾਹਰ ਆਪਣੇ ਕੱਪੜੇ ਵਗੈਰਾ ਸੁੱਕਣੇ ਪਾ ਰਹੇ ਸੀਗੇ ਵੋਲੰਟੀਅਰ ਸੀਗੇ ਹੈਨਾ ਉਹਨੂੰ ਪੁੱਛਦੇ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਕਿੱਥੋਂ ਆਏ ਹੋ ਕੀ ਕਰਦੇ ਹੋ ਆ ਤਿੰਨ ਚਾਰ ਸਵਾਲ ਕੀਤੇ ਉਹ ਕਹਿੰਦਾ ਮੈਂ ਫਲਾਣਾ ਸਿੰਘ ਇੱਥੋਂ ਦੀ ਰਾਜਸਥਾਨ ਤੋਂ ਆਇਆ ਮੈਂ ਵਕੀਲ ਆ ਅੱਛਾ ਕਿੰਨੇ ਪੈਸੇ ਮਿਲਦੇ ਖਾਲਸਾ ਕਹਿੰਦਾ ਮੈਂ ਸੇਵਾ ਕਰਨ ਆਇਆ ਹੈ ਸੇਵਾ ਕਰਨ ਮਤਲਬ ਇਨ ਸ਼ੌਕਡ ਇਨ ਸ਼ੌਕਡ ਬਟ ਦ ਥਿੰਗ ਇਜ਼ ਕਿ ਸਾਡਾ ਸਿਧਾਂਤ ਹੈ ਇਹ ਚੀਜ਼ ਹੁਣ ਸਾਡੇ ਕੋਲੇ ਕਈ ਬਿਜ਼ਨਸਮੈਨ ਕਰੋੜਪਤੀ ਬਿਜ਼ਨਸਮੈਨ ਆਪਣਾ ਸਮਾਂ ਕੱਢ ਕੇ ਹਫ਼ਤੇ ਲਈ ਦੋ ਦਿਨਾਂ ਦੇ ਲਈ ਸੇਵਾ ਕਰਨ ਨੇ ਕਿ ਅਸੀਂ ਹੱਥੀ ਸੇਵਾ ਕਰਨੀ ਹੈ ਕਿਉਂਕਿ ਇਹ ਪਲੈਟਫਾਰਮ ਬਣਿਆ ਹੈ ਇੱਕ ਪਲੈਟਫਾਰਮ ਹੈ ਕਿ ਤੁਸੀਂ ਹੁੱਡਾ ਵੀ ਆਏ ਤੁਹਾਡੇ ਲਈ ਹਾਂ ਰੰਜੀਤ ਹੁੱਡਾ ਵੀ ਹੋ ਕੇ ਗਿਆ ਦੋ ਦਿਨ ਰਿਹਾ ਇੱਕ ਦਿਨ ਹਰਿਆਣਾ ਲਾਇਆ ਉਹਨੇ ਪੂਰਾ ਦਿਨ ਇੱਕ ਦਿਨ ਪੂਰਾ ਦਿਨ ਪਟਿਆਲੇ ਪੰਜਾਬ ਖਨੋਰੀ ਸਾਰੇ ਕਿੱਥੇ ਲਾਇਆ ਕਿਉਂ ਆਪਣੇ ਬੀਜ਼ੀ ਸ਼ੈਡਿਊਲ ਚੋਂ ਕਿਉਂ ਕੋਈ ਕੰਮ ਇਹ ਕਰ ਰਿਹਾ ਇੱਥੇ ਹੁਣ ਤੁਸੀਂ ਪੁੱਛੋ ਕਿ ਰੰਜੀਤ ਹੁੱਡਾ ਪੈਸੇ ਲੈ ਕੇ ਗਿਆ ਸਾਡੇ ਤੋਂ ਜਾਂ ਖਾਲਸਾ ਈਨੂੰ ਪ੍ਰੋਮੋਸ਼ਨ ਲਈ ਪੈਸੇ ਦਿੱਤੇ ਨੇ ਉਹ ਸੇਵਾ ਕਰਨ ਆਇਆ ਉਹਦਾ ਖੁਦ ਦਾ ਫੋਨ ਆਇਆ ਕਿ ਭਾਜੀ ਮੈਂ 2 ਦਿਨ ਫਰੀ ਆ ਅਮਰਪ੍ਰੀਤ ਮੈਂ ਆ ਜਾ ਕਿੱਥੇ ਆਵਾਂ ਦੱਸੋ ਕੀ ਸਮਾਨ ਚਾਹੀਦਾ ਕੀ ਲੈ ਕੇ ਆਵਾਂ ਤੇ ਜੇ ਇਸ ਚੀਜ਼ ਦੇ ਉੱਤੇ ਵੀ ਕੁਐਸਚਨ ਹੋਣ ਲੱਗ ਜੇ ਕਿ ਕੋਈ ਬੰਦਾ ਤੁਹਾਡੇ ਨਾਲ ਜੁੜ ਰਿਹਾ ਕੋਈ ਵਾਕਈ ਭਾਵਨਾ ਇਹ ਜਿਹੜੀ ਵਾਕਈ ਭਾਵਨਾ ਹੈ ਇਸ ਚੀਜ਼ ਤੇ ਟਰਸਟ ਕਰਨਾ ਪੈਣਾ ਹੈ ਚਾਹੇ ਤੁਸੀਂ 10 ਸਾਲ ਹੋਰ ਲਗਾ ਲਓ ਇਸ ਚੀਜ਼ ਨੂੰ ਕਿ ਵਾਕਈ ਇਹ ਸੇਵਾ ਕਰ ਰਹੇ ਨੇ ਉਹਰੇ ਵਾਕੇ ਵਾਕੇ ਹੀ ਰਹਿਣਗੇ ਕਿਉਂਕਿ ਅਸਲ ਚ ਖਾਲਸਾ ਏਡ ਇੰਡੀਆ ਦੇ ਵਿੱਚ ਘਰ ਜਿਹੜੀਆਂ ਸੇਵਾਵਾਂ ਕਰ ਰਿਹਾ ਜੋ ਲੋਕਾਂ ਦੇ ਲਈ ਕੰਮ ਕਰ ਰਿਹਾ ਲੋਕੀ ਉਸ ਤੋਂ ਉਹਨਾਂ ਨੂੰ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਉਹਨਾਂ ਨੂੰ ਕੋਈ ਕੁਐਸਚਨ ਮਾਰਕ ਨਹੀਂ ਅੱਜ ਜਗ ਐਨਆਈਏ ਮੇਰੇ ਤੋਂ ਕੁਐਸਚਨ ਕਰੀਏ ਐਨਆਈਏ ਜਾਵੇ ਖਨੋਰੀ ਜਾਵੇ ਅਰਬਨ ਸਟ੍ਰੀਟ ਜਾਵੇ ਪਟਿਆਲੇ ਚ ਜਿਹੜੇ ਮਰਜੀ ਏਰੀਆ ਚ ਜਾਵੇ ਮਾਨਸੇ ਦੇ ਕੋਈ ਜ਼ਿਲ੍ਹੇ ਚ ਜਾਵੇ ਜਿੱਥੇ ਜਿੱਥੇ ਪਾਣੀ ਅੱਜ ਵੀ ਖੜਾ ਹੈ ਉੱਥੇ ਜਾਵੇ ਵੀ ਕਿੰਨੇ ਬੰਦੇ ਦੀ ਜਾਨ ਬਚਾਈਆ ਖਾਲਸਾ ਢ ਨੇ ਉੱਥੋਂ ਰਿਐਲਿਟੀ ਚੈੱਕ ਹੋਣਾ ਤੁਸੀਂ ਕਹਿ ਰਹੇ ਹੋ ਨਾ ਤੁਹਾਡੀ ਆਈਡਿਓਲੋਜੀ ਦਾ ਕੀ ਪਤਾ ਲੱਗੇਗਾ ਤੁਹਾਡੀ ਸੋਚ ਕੀ ਹੈ ਉਸ ਦਾ ਕਿਵੇਂ ਪਤਾ ਲੱਗੇਗਾ ਉਸ ਦਾ ਪਤਾ ਤਾਂ ਗਰਾਊਂਡ ਤੇ ਜਾ ਕੇ ਲੱਗੇਗਾ ਉਸ ਦਾ ਪਤਾ ਤੁਹਾਨੂੰ ਸਾਡੇ ਘਰ ਚ ਕੱਪੜਿਆਂ ਚੋਂ ਨਹੀਂ ਮਿਲਣਾ ਉਸ ਦਾ ਪਤਾ ਤੁਹਾਨੂੰ ਸਾਡੇ ਕੰਮ ਤੋਂ ਪਤਾ ਲੱਗਣਾ ਹੈ ਗਰਾਊਂਡ ਤੇ ਜਾ ਕੇ ਜਿੱਥੇ ਅਸੀਂ ਕਦੇ ਆਕਸੀਜਨ ਵੰਡੀ ਹੈ ਕਿੱਥੇ ਅਸੀਂ ਆਕਸੀਜਨ ਪਲਾਂਟ ਲਾਏ ਨੇ ਕਿੱਥੇ ਅਸੀਂ ਕਿਸੇ ਦਾ ਘਰ ਪਾ ਕੇ ਦਿੱਤਾ ਕਿੱਥੇ ਅਸੀਂ ਕਿਸੇ ਦਾ ਵਿਆਹ ਕਰਾ ਕੇ ਦਿੱਤਾ ਗਰੀਬ ਦਾ ਕਿੱਥੇ ਕਿਸੇ ਦੇ ਬੱਚੇ 10 ਸਾਲਾਂ ਤੋਂ ਖਾਲਸਾੜ ਦੀ ਐਜੂਕੇਸ਼ਨ ਦੀ ਸਪੋਰਟ ਦੇ ਨਾਲ ਪੜ ਪਾ ਰਹੇ ਨੇ ਕਿਹੜੇ ਬੱਚੇ ਡਿਗਰੀ ਲੈ ਬੈਠੇ ਨੇ ਕਿਹੜੇ ਸਕੂਲ ਚ ਫ੍ਰੀ ਆਫ ਕੋਸਟ ਪੜ ਰਹੇ ਨੇ ਕੀ ਟ੍ਰੇਨਿੰਗ ਅਸੀਂ ਉੱਥੇ ਦੇ ਰਹੇ ਹਾਂ ਜਵਾਕਾਂ ਨੂੰ ਕੀ ਸਾਡੇ ਹੁਣ ਆਈਐਸ ਪੀਸੀਐਸ ਦੀ ਤਿਆਰੀ ਦੇ ਲਈ ਅਸੀਂ ਪ੍ਰੈਪਰੇਸ਼ਨ ਕਰਾ ਰਹੇ ਹਾਂ ਬੱਚਿਆਂ ਨੂੰ ਕੀ ਅਸੀਂ ਜਾਨਾਂ ਬਚਾਈਆਂ ਲੋਕਾਂ ਦੀਆਂ ਕਿੱਥੇ ਅਸੀਂ ਹੁਣ ਸਾਡੇ ਵੋਲੰਟੀਅਰ ਇੱਕ ਤਾਂ ਮਤਲਬ ਸੇਵਾ ਭਾਵਨਾ ਲੈ ਕੇ ਕਿਸ਼ਤੀਆਂ 'ਚ ਬੈਠ ਕੇ ਜਾਨ ਜੋਖਮ 'ਚ ਪਾ ਕੇ ਤੇ ਲੋਕਾਂ ਦੀ ਜਾਨ ਬਚਾ ਰਹੇ ਨੇ ਤੇ ਉੱਥੇ ਇਹ ਕੁਐਸਚਨ ਮਾਰ ਕੀਤਾ ਜਾ ਰਿਹਾ ਕਿ ਵੋਲੰਟੀਅਰ ਤੁਸੀਂ ਪੈਸੇ ਕਿਥੋਂ ਲੈਂਦੇ ਹੋ ਕਿਉਂ ਆ ਜਾਂਦੇ ਹੋ ਤੁਹਾਡੇ 'ਚ ਭਾਵਨਾ ਕਿੱਥੋਂ ਆ ਰਹੀ ਹੈ ਇਹ ਕੁਐਸਚਨ ਗਲਤ ਨੇ ਇਹ ਹਰਟ ਕਰਦੇ ਆ ਕਿ ਇਹ ਆਈਡੋਲੋਜੀ ਜੇ ਤੁਸੀਂ ਚੈੱਕ ਕਰਨੀ ਹੈ ਤੁਸੀਂ ਚੈੱਕ ਲੋਕਾਂ ਤੋਂ ਕਰੋ ਜੇ ਲਿੰਕ ਚੈੱਕ ਕਰਨੇ ਆ ਤੁਹਾਡੇ ਮੰਨ ਲੋ ਜੇ ਲਿੰਕ ਚੈੱਕ ਕਰਦੇ ਆ ਲਿੰਕ ਨੂੰ ਲੋਕਾਂ ਨਾਲ ਚੈੱਕ ਕਰੋ ਕਿ ਉਹ ਕੀ ਕਰ ਰਹੇ ਆ ਅਸੀਂ ਗਰਾਊਂਡ ਦੇ ਉੱਤੇ ਸਾਨੂੰ ਜਵਾਬ ਦੇਣ ਦੀ ਲੋੜ ਨਹੀਂ ਹੈ ਕਿ ਅਸੀਂ ਕਰ ਕੀ ਰਿਹਾ ਸਾਡੇ ਸੋਸ਼ਲ ਪਲੈਟਫਾਰਮਸ ਸਾਡੇ ਏਰੀਆਜ਼ ਦੇ ਨਾਮ ਪਏ ਨੇ ਅਸੀਂ ਕਿੱਥੇ ਕਿੱਥੇ ਐਕਟਿਵ ਆ ਉੱਥੋਂ ਦੀ ਲਿੰਕ ਚੈੱਕ ਹੋ ਜਾਣਗੇ ਕਿ ਕਿਹੜੇ ਵੋਲੰਟੀਅਰ ਜੁੜੇ ਨੇ ਕਿਹੜੇ ਪਰਿਵਾਰ ਜੁੜੇ ਨੇ ਕਿਹੜਾ ਸਟਾਫ ਜੁੜਿਆ ਹੋਇਆ ਉਹਨਾਂ ਦੀ ਆਈਡੋਲੋਜੀ ਕੀ ਹੈ ਕਿਹੜੇ ਧਰਮ ਦਾ ਸਟਾਫ ਹੈ ਕਈ ਵਾਰ ਇਹ ਵੀ ਕੋਸ਼ਿਸ਼ ਨਹੀਂ ਹੁੰਦੀ ਕਿ ਤੁਸੀਂ ਸਟਾਫ ਦੇ ਵਿਚਕਾਰ ਹਿੰਦੂ ਨੂੰ ਕਿਉਂ ਰੱਖ ਲਿਆ ਮੁਸਲਮਾਨ ਨੂੰ ਕਿਉਂ ਰੱਖ ਲਿਆ ਸਿੱਖਾਂ ਨੂੰ ਕਿਉਂ ਨਹੀਂ ਸਾਰੇ ਧਰਮਾਂ ਦੇ ਅਸੀਂ ਸਟਾਫ ਮੀਨਸ ਕੀ ਹੁੰਦਾ ਹੈ ਸਟਾਫ ਮੀਨਸ ਉਸ ਦੀ ਕੁਆਲੀਫਿਕੇਸ਼ਨ ਚੈੱਕ ਕਰਕੇ ਜੋ ਇੱਕ ਪੋਜੀਸ਼ਨ ਦੇ ਵਿੱਚ ਕਰ ਫਿੱਟ ਬੈਠਦੀ ਹੈ ਉਸ ਨੂੰ ਹਾਇਰ ਕਰਨਾ ਜਾਂ ਸਟਾਫ ਦੀ ਇਹ ਹੈ ਕਿ ਵੀ ਇਹ ਕੁਆਲੀਫਿਕੇਸ਼ਨ ਨੂੰ ਤੁਸੀਂ ਕੰਪਰੋਮਾਈਜ਼ ਕਰੋ ਉਹਨੂੰ ਕੁਛ ਨਾ ਆਉਂਦਾ ਹੋਵੇ ਬਟ ਉਸ ਦੀ ਆਈਡੈਂਟੀਟੀ ਉਸ ਆ ਰਿਲੀਜੀਅਨ ਇਹ ਹੋਣਾ ਚਾਹੀਦਾ ਉੱਥੇ ਅਸੀਂ ਮਾਰ ਖਾ ਜਾਾਂਗੇ ਸੋ ਜੇ ਲਿੰਕ ਜੇ ਐਡਾਲੋਜੀ ਚੈੱਕ ਕਰਨੀ ਹੈ ਮੈਂ ਗੱਲਾਂ ਚੋਂ ਮੈਨੂੰ ਇੱਕਦਮ ਇਹ ਚੀਜ਼ ਕਲਿੱਕ ਕੀਤੀ ਕਿ ਤੁਸੀਂ ਐਡਾਲੋਜੀ ਚੈੱਕ ਕਰਨ ਲਈ ਤੁਹਾਨੂੰ ਪਤਾ ਲੱਗੇਗਾ ਕਿ ਅੱਛਾ ਕਿਸ ਥੀਜ ਬੈਠ ਕੇ ਅਮਰਪ੍ਰੀਤ ਨੇ ਉੱਥੇ ਜਾ ਕੇ ਕੀ ਕੀਤਾ ਐਂਟੀ ਨੈਸ਼ਨਲ ਐਕਟੀਵਿਟੀ ਉੱਥੇ ਕਿਸੇ ਦਾ ਘਰ ਬਣਿਆ ਉੱਥੇ ਕੀ ਸੀ ਐਂਟੀ ਨੈਸ਼ਨਲ ਐਕਟੀਵਿਟੀ ਲਿੰਕ ਤਾਂ ਉਹ ਨੇ ਨਾ ਸਾਡੇ ਕੰਮ ਤਾਂ ਉਹ ਹੈ ਸਾਡਾ ਵਰਕਿੰਗ ਜਿਹੜੀ ਹੈ ਜੋ ਦਿਨ ਦਿਹਾੜੀ 24 ਘੰਟੇ 24/7 ਜਿਸ ਕਰਕੇ ਸਾਡੀ ਇਨਕੁਆਰੀ ਹੈ ਸਾਡਾ ਕੰਮ ਤਾਂ ਗਰਾਊਂਡ ਤੇ ਹੈ ਨਾ ਮੇਰੇ ਘਰ 'ਚ ਨਹੀਂ ਹੈ ਜਾਂ ਸਾਡੇ ਦਫ਼ਤਰ 'ਚ ਸੋ ਘਰੇ ਆ ਕੇ ਇਸ ਤਰੀਕੇ ਨਾਲ ਟ੍ਰੀਟ ਕਰਨਾ ਇਹ ਸ਼ੌਕਿੰਗ ਸੀਗਾ ਔਰ ਹਰਟਫੁਲ ਸੀ ਬਟ ਠੀਕ ਹੈ ਅਸੀਂ ਕੋਆਪਰੇਟ ਕੀਤਾ ਕਿਉਂਕਿ ਦੇਸ਼ ਦੀ ਏਜੰਸੀ ਆ ਅਗਰ ਉਹ ਨੋਟਿਸ ਲੈ ਕੇ ਆਈ ਹੈ ਸਾਨੂੰ ਕੋਆਪਰੇਟ ਕਰਨਾ ਪੈਣਾ ਹੱਸ ਕੇ ਕਰੀਏ ਰੋ ਕੇ ਕਰੀਏ ਕਰਨਾ ਪੈਣਾ ਅਸੀਂ ਕੋਆਪਰੇਟ ਕੀਤਾ ਔਰ ਫਿਊਚਰ ਚ ਵੀ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿ ਤੁਸੀਂ 2 ਮਹੀਨੇ ਪਹਿਲਾਂ ਤੁਹਾਡੇ ਇੱਥੇ ਸਟੇਟ ਦੇ ਬੰਦੇ ਹੋ ਕੇ ਗਏ ਆ ਉਸ ਤੋਂ 1 ਮਹੀਨੇ ਪਹਿਲਾਂ ਕੋਈ ਹੋਰ ਹੋ ਕੇ ਗਿਆ ਮੈਂ ਕਿ ਮੈਂ ਤਾਂ ਇਹ ਚੀਜ਼ਾਂ ਫੇਸ ਕਰ ਰਿਹਾ ਤੁਸੀਂ ਮੈਨੂੰ ਬੁਲਾ ਲਿਆ ਕਰੋ ਨਾ ਫੈਮਲੀ ਦੇ ਵਿਚਕਾਰ ਕੱਲ ਮੇਰਾ ਜਿਵੇਂ ਮੈਂ ਦੱਸਿਆ ਬਰਥਡੇ ਸੀ ਮੇਰਾ ਛੋਟਾ ਬੇਟਾ ਉਹ ਉਹਨਾਂ ਦੇ ਸਾਹਮਣੇ 10 15 ਪੁਲਿਸ ਵਾਲੇ ਅੰਦਰ ਬੈਠੇ ਨੇ ਕਾਰਡ ਲੈ ਕੇ ਆਇਆ ਸੁੱਤਾ ਉੱਠਾ ਸਵੇਰੇ 7 ਵਜੇ ਕਿਉਂਕਿ 5 ਵਜੇ ਉਹ ਆਗੇ ਸੀ ਕਾਰਡ ਲੈ ਗਿਆ ਪਾਪਾ ਮੈਂ ਤੁਹਾਡੇ ਲਈ ਕਾਰਡ ਬਣਾਇਆ ਸੀ ਮੈਂ ਵਾਈਫ ਨੂੰ ਕਿਹਾ ਵੀ ਇਹਨੂੰ ਅੰਦਰ ਲੈ ਕੇ ਜਾਓ ਬੱਚੇ ਤੇ ਕੀ ਇਮਪ੍ਰੈਸ਼ਨ ਪੈ ਰਿਹਾ ਹੈ ਕਿਤੇ ਉਹ ਸਕੂਲ ਚ ਜਾ ਕੇ ਪ੍ਰਾਊਡ ਫੀਲ ਕਰਦਾ ਹੈ ਕਿ ਮੈਂ ਅਮਰਪੁਰ ਦੀ ਦਾ ਬੇਟਾ ਉਹਦੇ ਟੀਚਰਸ ਉਹਨੂੰ ਕਿੰਨਾ ਜ਼ਿਆਦਾ ਪਿਆਰ ਦਿੰਦੇ ਨੇ ਕਿ ਤੇਰੇ ਪਾਪਾ ਬਹੁਤ ਚੰਗਾ ਕੰਮ ਕਰਦੇ ਨੇ ਤੇ ਕਿਤੇ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਦੇ ਵਿੱਚ ਘਰ ਮਨ ਚ ਆਉਣਾ ਉਹ ਚੀਜ਼ ਕਿਤੇ ਨਾ ਕਿਤੇ ਤਾਂ ਸੀ ਇਸ ਤੇ ਫਿਊਚਰ ਰਿਜ਼ਲਟਸ ਪਤਾ ਨਹੀਂ ਕੀ ਹੋਣਗੇ ਬਟ ਸਾਨੂੰ ਇਹ ਚੀਜ਼ ਦਿਖ ਰਹੀ ਹੈ ਕਿ ਇਹ ਇਸ ਤਰ੍ਹਾਂ ਜਿਹੜੇ ਲੋਕ ਜਾਂ ਜਿਹੜੇ ਪਰਿਵਾਰ ਜਿਹੜੀ ਸਪੋਰਟ ਹੈ ਉਹ ਸਪੋਰਟ ਨੂੰ ਢਾਹ ਲੱਗਦੀ ਹੈ ਅਸੀਂ ਇੱਕ ਚੰਗਾ ਇੱਕ ਚੰਗਾ ਸਮਾਜ ਸਿਰਜਣ ਦੇ ਲਈ ਇਹ ਸਾਰੇ ਕਾਰਜ ਕਰ ਰਹੇ ਹਾਂ ਚੰਗੇ ਸਮਾਜ ਦੇ ਵਿਚਕਾਰ ਇੱਕ ਇੱਕ ਇਹੋ ਜਿਹਾ ਪਲੇਟਫਾਰਮ ਪੈਦਾ ਕਰ ਰਹੇ ਜਿਹੜਾ ਕੱਲ੍ਹ ਅਮਰਪ੍ਰੀਤ ਦਾ ਨਹੀਂ ਹੈ ਅੱਜ ਅਮਰਪ੍ਰੀਤ ਹੈਗਾ ਕੱਲ ਨੂੰ ਨਹੀਂ ਹੋਏਗਾ ਅਸੀਂ ਵੀ ਦੁਨੀਆ ਤੋਂ ਚਲੇ ਜਾਣਾ ਬਟੇ ਜੇ ਪਲੈਟਫਾਰਮ ਬਿਲਡ ਕਰ ਰਹੇ ਆਂ ਪਲੈਟਫਾਰਮ ਸੰਗਤ ਦਾ ਸੰਗਤ ਸੇਵਾ ਕਰੇ ਆ ਕੇ ਨੌਜਵਾਨ ਜੁੜਨ ਬਜ਼ੁਰਗ ਜੁੜਨ ਅੱਜ ਬਜ਼ੁਰਗ ਬੀਬੀਆਂ ਛੋਟੇ ਬੱਚੇ ਸਕੂਲ ਚ ਅਸੀਂ ਸਾਨੂੰ ਲੈਕਚਰ ਲਈ ਬੁਲਾਉਂਦੇ ਨੇ ਕਿ ਤੁਸੀਂ ਮੋਟੀਵੇਟ ਕਰੋ ਮੋਟੀਵੇਸ਼ਨਲ ਲੈਕਚਰ ਦਿਓ ਅਗਰ ਅਸੀਂ ਐਂਟੀ ਨੈਸ਼ਨਲ ਨਾ ਤਾਂ ਸਕੂਲਾਂ ਵੱਲੇ ਸਾਨੂੰ ਬੁਲਾ ਕੇ ਮੋਟੀਵੇਸ਼ਨਲ ਲੈਕਚਰ ਕਿਉਂ ਕਰਵਾ ਰਹੇ ਨੇ ਯੂਨੀਵਰਸਿਟੀਆਂ ਵੱਲੇ ਸਾਨੂੰ ਆਨਰ ਕਿਉਂ ਕਰ ਰਹੇ ਨੇ ਸਰਕਾਰਾਂ ਕਿਉਂ ਸਾਨੂੰ ਰੈਕੋਗਨਾਈਜ਼ ਕਰ ਰਹੀਆਂ ਨੇ ਸਰਕਾਰਾਂ ਕਰ ਰਹੀਆਂ ਨੇ ਕਿ ਤੁਹਾਡੇ ਤੁਸੀਂ ਅਵਾਰਡ ਸੈਰੇਮਨੀ ਚ ਆਓ ਜਿੱਥੇ-ਜਿੱਥੇ ਜੋ-ਜੋ ਕੰਮ ਚੱਲ ਰਹੇ ਜਿਹੜਾ ਕੋਈ ਰੈਕੋਗਨਾਈਜ਼ ਕਰ ਰਿਹਾ ਅਸੀਂ ਹਰ ਇੱਕ ਜਗ੍ਹਾ ਤੇ ਹਾਜ਼ਰ ਹਾਂ ਸੋ ਇਹੀ ਭਾਵਨਾ ਦੇ ਨਾਲ ਅਸੀਂ ਤੁਰਿਆ ਬਟ ਸਾਡੇ ਭਾਵਨਾ ਨੂੰ ਕੁਐਸਚਨ ਮਾਰਕ ਦੇ ਯੂ نو ਕੁਐਸਚਨ ਮਾਰਕ ਨਾ ਪਾਇਆ ਜਾਵੇ ਉਸ ਕਟਾਰੇ 'ਚ ਨਾ ਖੜਾ ਕੀਤਾ ਜਾਵੇ ਕਿ ਹਾਂ ਵੀ ਇਹ ਵੀ ਭਾਵਨਾ ਕਿੱਥੋਂ ਆ ਗਈ ਇਹ ਭਾਵਨਾ ਕਿਉਂ ਪੈਦਾ ਹੋ ਗਈ ਇਹ ਭਾਵਨਾ ਸਾਡੇ ਗੁਰੂਆਂ ਨੇ ਦਿੱਤੀ ਆ ਇਹ ਸਾਡੇ ਖੂਨ 'ਚ ਆ ਇਹ ਨਹੀਂ ਜਾ ਸਕਦੀ ਕਦੇ ਵੀ ਇਹ ਸਾਡੇ ਸੇਵਾਦਾਰਾਂ ਨੂੰ ਤੁਸੀਂ ਪੁੱਛ ਲਓ ਵੀ ਹੁਣ ਵੀ ਤੁਸੀਂ ਬਾਹਰ ਜਾਓਗੇ ਨਾ ਤੁਸੀਂ ਪੁੱਛੋ ਕੋਈ ਕਿੱਥੋਂ ਕਿੱਥੋਂ ਆਇਆ ਮੈਂ ਨਈਅਲੇ ਨੂੰ ਕਿਹਾ ਮੈਂ ਕਿਹਾ ਜੀ ਇਹਨਾਂ ਤੋਂ ਪੁੱਛੋ ਕਿੱਥੋਂ ਕਿੱਥੋਂ ਤੁਸੀਂ ਪੁੱਛ ਰਹੇ ਹੋ ਨਾ ਮੈਂ ਕਿਹਾ ਸਾਰਿਆਂ ਨੂੰ ਪੁੱਛੋ ਤੁਸੀਂ ਸ਼ੌਕਡ ਹੋਵੋਗੇ ਕਿਉਂਕਿ ਭਾਵਨਾ ਹੈਗੀ ਹੈ ਸਾਰਿਆਂ 'ਚ ਤਾਂ ਹੀ ਉਹ ਇੱਥੇ ਪਹੁੰਚੇ ਨੇ ਔਰ ਕੋਈ ਵੀ ਇਹ ਨਹੀਂ ਕਿ ਸਾਰੇ ਸਿੱਖੀ ਨੇ ਕੋਈ ਹਿੰਦੂ ਆ ਕੋਈ ਕੌਣ ਆ ਪਰ ਉਹ ਸੇਵਾ ਕਰਨ ਆਏ ਨੇ ਕਿਉਂਕਿ ਉਹਨਾਂ ਨੂੰ ਭਾਵਨਾ ਹੈ ਸੋ ਭਾਵਨਾ ਦੇ ਉੱਤੇ ਕੁਐਸਚਨ ਮਾਰਕ ਨਹੀਂ ਹੋਣਾ ਚਾਹੀਦਾ ਧੰਨਵਾਦ ਹੁਣ ਵੀ ਸਾਡੇ ਨਾਲ ਗੱਲਬਾਤ ਕਰਨੀ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਮਾਂ ਦੇਣ ਲਈ